ਪੱਗ ਦੀਆਂ ਖਬਰਾਂ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਹਰਪ੍ਰੀਤ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਮੇਰਾ ਸਾਥ ਦੇਣ ਜਾ ਰਹੇ ਨੇ ਰਣਜੀਤ ਝੂਠੀ ਜੀ, ਪਰਮਿੰਦਰ ਸਿੰਘ ਜੀ ਅਤੇ ਹਰਨੇਆ ਗੁਲਾਟੀ ਜੀ। ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਇੱਥੇ ਮੈਂ ਤੁਹਾਨੂੰ ਦੋ ਵੀਡੀਓ ਕਲਿੱਪ ਵਿਖਾਉਣੇ ਚਾਹੂੰਗਾ। ਪਹਿਲਾ ਵੀਡੀਓ ਕਲਿੱਪ ਭਗਵੰਤ ਮਾਨ ਅਤੇ ਧਰਮਵੀਰ ਗਾਂਧੀ ਜੀ ਦੀ ਆਡੀਓ ਕਲਿੱਪ ਦਾ, ਅਤੇ ਸੈਕਿੰਡ ਵੀਡੀਓ ਕਲਿੱਪ ਜਿਹੜਾ ਕਿ ਭਗਵੰਤ ਮਾਨ ਜੀ ਨੇ ਉਹਦੀ ਸਫਾਈ ਵਿੱਚ ਗੱਲਬਾਤ ਕੀਤੀ ਆ। ਹਾਂਜੀ ਹਾਂਜੀ, ਇਹ ਮੈਨੂੰ ਪਤਾ ਲੱਗਿਆ ਫੂਲ ਕੇ ਹੋ ਰਹੀ ਆਪਣੇ ਵਿਰੁੱਧ, ਸਾਰਿਆਂ ਵਿਰੁੱਧ ਉਹ ਲਈ ਫਿਰਦੇ ਨੇ ਇੱਥੇ ਤਿਕੜਮਬਾਜ਼ੀਆਂ। ਅੱਛਾ, ਗਾਂਧੀ ਜੀ ਨੇ ਦੇਖੋ ਜਮਾਨਤ ਜ਼ਬਤ ਕਰਾਤੀ, ਉਹਨਾਂ ਦੀ ਪਰਫਾਰਮੈਂਸ ਆਪਾਂ ਦੇਖ ਹੀ ਲਈ ਹੈ। ਅੱਛਾ, ਉਦੋਂ ਮਾਹੌਲ ਕੀ ਸੀਗਾ? ਨਹੀਂ ਬੱਚੇ ਕਹਿੰਦੇ ਹੈ, ਤੇ ਉਧਰੋਂ ਸਾਧੂ ਸਿੰਘ ਹੋਰਾਂ ਦੀ ਵੀ ਦੇਖ ਲਓ ਤੁਸੀਂ ਵੀ ਕਿਹਾ ਵੀ ਉਹਨਾਂ ਨੂੰ ਕੋਈ ਉੱਥੇ ਹਲਕੇ ਦੇ ਵਿੱਚ ਜਿਹੜਾ ਕਿੰਗਰਾ ਜਿਹਾ ਕਹੀ ਜਾਂਦਾ। ਅੱਛਾ, ਵੀ ਉਹਨਾਂ ਨੂੰ ਕੋਈ ਉੱਥੇ ਕਹਿੰਦੇ ਨੇ ਵੀ ਅਸੀਂ ਤਾਂ ਗਲਤੀ ਕਰ ਲਈ, ਹੈਨਾ, ਤੇ ਭਗਵੰਤ ਮਾਨ ਨੂੰ ਚੁਟਕਲੇ ਸੁਣਾਉਂਦਾ ਰਹਿੰਦਾ ਜੀ, ਕਵਿਤਾ ਸੁਣਾਉਂਦਾ ਰਹਿੰਦਾ, ਹੈਨਾ। ਅੱਛਾ ਅੱਛਾ, ਠੀਕ ਹੈ ਠੀਕ ਹੈ। ਕਿਉਂਕਿ ਸ਼ਾਹ ਇਹ ਜਿਹੜਾ ਗਰੁੱਪ ਹੈ ਨਾ, ਖਾਲਸਾ ਗਰੁੱਪ, ਇਹ ਫੂਲ ਕੇ ਉਹਨਾਂ ਨਾਲ ਫਿਰਦਾ ਜੀ। ਕਿਹੜਾ ਕਿਹੜਾ ਗਰੁੱਪ? ਕਿਹੜਾ ਹੈ? ਖਾਲਸਾ। ਖਾਲਸਾ ਹਾਂ, ਖੋਪ ਤਾਂ ਪੱਕਾ, ਉਹਦੇ ਟਿਕਟ ਵੀ ਫੂਲ ਕੇ ਦਵਾਈ ਹੋਈ ਹੈ। ਖਾਲਸਾ ਹੋ ਗਿਆ, ਛੋਟੇਪੁਰ ਹੋ ਗਿਆ, ਕਿੰਗਰਾ ਹੋ ਗਿਆ, ਕੰਗ ਹੋ ਗਿਆ, ਇਹਨਾਂ ਨੂੰ ਆਏ ਵੀ ਅਸੀਂ ਬੰਦੇ ਆਪਦੇ ਸਾਰੇ MLA ਲੜਾਂਗੇ, ਬਸ ਆਪ MLA ਬਣੀ ਬੈਠੇ ਨੇ ਉਹਨੂੰ। ਇਹ ਤਾਂ ਕਿਵੇਂ ਹੋ ਸਕਦਾ ਹੈ? ਪਤਾ ਨਹੀਂ ਕਿਹੜੇ ਕਿਹੜੇ ਬੰਦੇ ਨੇ ਇਹਨਾਂ ਨੂੰ ਦੇਖਾ ਹੋ ਗਿਆ ਵੀ ਦਿੱਲੀ ਦੇ ਵਿੱਚ ਦੇਖ ਲਓ ਵੀ ਝਾੜੂ ਨੂੰ ਪਈਆਂ ਨੇ, ਝਾੜੂ ਨੂੰ ਵੋਟਾਂ ਪੈਣਗੇ, ਬੰਦਾ ਨੀ ਦੇਖਣਾ। ਪੰਜਾਬ ਦੇ ਵਿੱਚ ਪਰਸਨੈਲਿਟੀ ਬੇਸ ਕੰਮ ਹੈ ਜੀ। ਪੱਕਾ ਪੱਕਾ ਜੀ, ਪੱਕਾ ਪੰਜਾਬ ਚ ਪਰਸਨੈਲਿਟੀ, ਥੋੜੀ ਪਰਸਨੈਲਿਟੀ ਚੱਲੀ ਹੈ ਦੇਖੋ। ਬਿਲਕੁਲ ਜੀ, ਬਿਲਕੁਲ ਬਿਲਕੁਲ, ਭਗਵੰਤ ਸਾਹਿਬ ਦੀ ਪਰਸਨੈਲਿਟੀ ਚੱਲੀ ਹੈ, ਮੇਰੀ ਪਰਸਨੈਲਿਟੀ ਚੱਲੀ ਹੈ। ਬਿਲਕੁਲ ਬਿਲਕੁਲ, ਅਸੀਂ ਲੋਕਾਂ ਚ ਵਿਚਰਦੇ ਸੀਗੇ, ਅਸੀਂ ਲੋਕਾਂ ਚ ਵਿਚਰੇ ਸੀ। ਕਿੰਨੇ ਸਾਲ ਹੋਏ? ਛੋਟੀਆਂ ਦੋਨਾਂ ਦੇ, ਤੁਹਾਡੇ ਦੋਨਾਂ ਦਾ 30 ਸਾਲ ਦਾ ਚੈਲੈਂਜ ਚੱਲਦਾ। ਬਿਲਕੁਲ ਜੀ, ਬਿਲਕੁਲ ਬਿਲਕੁਲ, ਮੇਰਾ 20 ਸਾਲ ਦਾ ਸੈਲੀਬ੍ਰਿਟੀ ਸਟੇਟਸ ਹੈ। ਬਿਲਕੁਲ ਜੀ, ਬਿਲਕੁਲ, ਐਂ ਨਹੀਂ ਰਿਹਾ ਹੈਗਾ ਵੀ ਆਪਾਂ। ਅੱਛਾ ਗੱਲ ਸੁਣੋ, ਫਿਰ ਜੇ ਆਏ ਨਹੀਂ ਹੈਗਾ ਫਿਰ ਜੋਤੀ ਮਾਨ ਕਿਉਂ ਨਹੀਂ ਜਿੱਤੀ? ਬਿਲਕੁਲ ਬਿਲਕੁਲ, ਨਹੀਂ ਰਾਮ ਨਹੀਂ ਜਿੱਤੇ, ਨਹੀਂ ਜਿੱਤੇ, ਬਿਲਕੁਲ ਠੀਕ ਗੱਲ ਹੈ। ਫਿਰ ਜੇ ਪੰਜਾਬ ਦੇ ਲੋਕਾਂ ਚ ਨਹੀਂ ਜਿੱਤਿਆ ਹੋਇਆ ਤਾਂ ਫੂਲਕਾ ਕਿਉਂ ਨਹੀਂ ਜਿੱਤਿਆ? ਬਿਲਕੁਲ ਜੀ, ਬਿਲਕੁਲ ਬਿਲਕੁਲ ਜੀ, ਬਿਲਕੁਲ ਜੀ। ਫਿਰ ਹਿੰਮਤ ਸਿੰਘ ਸ਼ੇਰਗਿੱਲ ਕਿਉਂ ਨਹੀਂ ਜਿੱਤਿਆ? ਬਿਲਕੁਲ ਝਾੜੂ ਦਾ ਉਹਦੇ ਕੋਲ ਵੀ ਸੀ। ਆਈ ਐਗਰੀ, ਆਈ ਐਗਰੀ, ਆਈ ਐਗਰੀ, ਹੈਨਾ। ਹਾਂਜੀ, ਇਸ ਕਰਕੇ ਮਤਲਬ ਇਹ ਨੀ ਹੁੰਦਾ ਕਿ ਕੱਲਾ ਝਾੜੂ ਨੂੰ ਨੀ ਪਈਆਂ, ਤਾਂ ਆਪਣੀਆਂ ਪਰਸਨੈਲਿਟੀਆਂ ਨੂੰ ਵੋਟਾਂ ਪਈਆਂ ਜੀ। ਬਿਲਕੁਲ ਠੀਕ ਹੈ ਜੀ, ਬਿਲਕੁਲ ਠੀਕ। ਉਹਨਾਂ ਨਾਲ ਸੀਰੀਅਸਲੀ ਬਹਿ ਕੇ ਗੱਲ ਕਰੀਏ ਕਿ ਵੀ ਆਰ ਦਾ ਵਿਨਰ ਯਾ ਐਂਡ ਵੀ ਆਰ ਦਿੱਲੀ ਵਿਨਰ ਦਾ ਆਲਸੋ ਯਾ, ਦੈਟਸ ਰਾਈਟ। ਅਸੀਂ ਆਪਣਾ ਜਿਹੜੇ ਮੋਰਚਿਆਂ ਤੇ ਸਾਡੀ ਡਿਊਟੀ ਲਾਈ ਅਸੀਂ ਰਿਕਾਰਡ ਕੱਢ ਕੇ ਦੇਖ ਲਓ ਸਾਡੇ ਸਾਰੇ ਬੰਦੇ ਜਿੱਤੇ ਨੇ। ਦੈਟਸ ਰਾਈਟ, ਦੈਟਸ ਰਾਈਟ, ਹੈਨਾ। ਤੇ ਵੀ ਵੰਡ ਕੇ ਡਿਊਟੀਆਂ ਲਈਆਂ ਅਸੀਂ, ਦੋ ਦੋ ਹਲਕੇ ਤੁਸੀਂ ਸੰਭਾਲ ਲਏ, ਮੈਂ ਚਲੋ ਮੇਰੀ ਡਿਊਟੀ ਸਾਰੀ ਦਿੱਲੀ ਸੀ। ਹਾਂਜੀ ਹਾਂਜੀ, ਇਹਨਾਂ ਨੂੰ ਪਤਾ ਤੇ ਵੀ ਸਾਨੂੰ ਹੁਣ ਪੰਜਾਬ ਪੈਨ ਪੰਜਾਬ ਕੇਸ ਦਿਓ ਇੱਕ ਤਾਂ। ਹਾਂਜੀ ਠੀਕ ਹੈ, ਤੇ ਨਾਲ ਸਾਡੀ ਟੀਮ ਸਾਨੂੰ ਆਪ ਬਣਾਉਣ ਦੇ ਰਾਈਟਸ ਦਿਓ ਜੀ। ਠੀਕ ਹੈ ਜੀ, ਬਿਲਕੁਲ ਠੀਕ ਹੈ, ਹੈਨਾ। ਚੱਕ ਚੱਕ ਕੇ ਸਾਡੇ ਕੋਲ ਲਾਤੇ ਮਨਜੀਤ ਮਨਜਾਤੀ ਹੋ ਰਹੀਆਂ, ਆ ਡਾਕਟਰ ਉਹ ਕਿਹੜਾ ਤੁਹਾਡੇ ਵਾਲਾ ਕੀ ਨਾਮ ਹੁੰਦਾ? ਬਲਵੀਰ, 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 ਹਾਂ ਹਾਂ, ਹੈਨਾ। ਰੁਪਿੰਦਰ ਕੌਰ ਪਤਾ ਨੀ ਕੌਣ ਬਰਨਾਲੇ ਲਾਤੀ ਹੈ, ਤੇ ਮਤਲਬ ਜਿਹੜੇ ਰਹੇ ਖੁਚੇ ਬਚੇ ਖੁਚੇ ਸਾਰੇ ਜਿਨ੍ਹਾਂ ਨੇ ਹਰਾਉਣ ਚ ਸਾਡਾ ਯੋਗਦਾਨ ਪਾਇਆ, ਜਿਨ੍ਹਾਂ ਨੇ ਸਾਡੇ ਜਿੱਤਣ ਤੇ ਸ਼ੋਕ ਮਨਾਇਆ। ਹਾਂਜੀ ਹਾਂਜੀ, ਬਿਲਕੁਲ, ਉਹ ਸਾਡੇ ਇੰਚਾਰਜ ਲਾ ਦੇ ਤੁਸੀਂ। ਔਰ ਇਹ ਨਹੀਂ ਹੋ ਸਕਦਾ, ਇਹ ਨਹੀਂ ਹੋ ਸਕਦਾ। ਤੇ ਨਤੀਜਾ ਹੈ ਇਨਕੀ ਬਖਲਾਹਟ ਹੈ, ਪੰਜਾਬ ਮੇ ਆਮ ਆਦਮੀ ਪਾਰਟੀ ਕਾ ਜੋ ਉਭਾਰ ਦੇਖ ਕਰ ਐਸਾ ਕਰ ਰਹੇ ਹੈ। ਔਰ ਉਸ ਟੇਪ ਮੇ ਹਮ ਦੋ MP ਇਹ ਬਾਤ ਕਰ ਰਹੇ ਹੈ ਕਿ ਅਗਰ ਪੰਜਾਬ ਮੇ ਕੋਈ ਗਰੁੱਪਿਜ਼ਮ ਹੈ ਉਸਕੋ ਹਮ ਦਿੱਲੀ ਵਾਲੋਂ ਕੋ ਬਤਾ। ਜੀ ਤੋ ਗਾਂਧੀ ਸਾਹਿਬ ਸੇ ਪੁੱਛੀਏ ਕਿ ਐਸੀ ਨਾਰਮਲ ਸੀ ਕੋਈ ਆਮ ਛੋਟੀ ਮੋਟੀ ਬਾਤਚੀਤ ਕੋ ਇਤਨਾ ਬੜਾ ਇਸ਼ੂ ਕ੍ਰੀਏਟ ਕਰਤੇ ਹੈ? ਐਸਾ ਨਹੀਂ ਹੈ, ਮੈਂ ਆਮ ਆਦਮੀ ਪਾਰਟੀ ਕਾ ਵਫਾਦਾਰ ਸਿਪਾਹੀ ਹੂੰ। ਔਰ ਟੇਪ ਮੇ ਕਹੀਂ ਵੀ ਅਰਵਿੰਦ ਕੇਜਰੀਵਾਲ ਕਾ ਨਾਮ ਨਹੀਂ ਲਿਆ ਗਿਆ। ਇਹ ਵੀ ਕਰੇਂਗੇ? ਕਹਾਂ ਸੇ ਆਇਆ? ਅਗਰ ਗਾਂਧੀ ਜੀ ਕਹਿ ਰਹੇ ਕਿ ਮੈਨੇ ਲੀਜ ਨਹੀਂ ਕੀ ਹੈ ਤੋ ਫਿਰ ਕਹਾਂ ਸੇ ਆਇਆ ਇਸਕਾ ਮਤਲਬ? ਯੇ ਮੁਨਸੇ ਪੁੱਛੀਏ ਮੈਂ ਉਨ ਪਰ ਨਹੀਂ ਮੈਂ, ਲੇਕਿਨ ਟੇਪ ਮੇ ਕੁਛ ਐਸਾ ਨਹੀਂ ਹੈ ਜੋ ਇਤਨਾ ਬੜਾ ਇਸ਼ੂ ਕ੍ਰੀਏਟ ਕਰ ਲਿਆ। ਉਸਮੇ ਸਿਰਫ ਮੈਂ ਯੇ ਕਹਿ ਰਹਾ ਹੂੰ ਕਿ ਪੰਜਾਬ ਕਾ ਜੋ ਲੜਾਈ ਹੈ ਸੰਘਰਸ਼ ਹੈ ਬਹੁਤ ਬੜਾ ਹੈ, ਔਰ ਇਸਮੇ ਯੇ ਅਗਰ ਪੰਜਾਬ ਮੇ ਕੋਈ ਗਰੁੱਪਿਜ਼ਮ ਹੈ ਉਸਕੋ ਹਮਕੋ ਦਿੱਲੀ ਵਾਲੋਂ ਕੋ ਬਤਾਨਾ ਚਾਹੀਏ। ਉਸ ਟੇਪ ਮੇ ਮੈਂ ਕਭੀ ਮੈਂ ਯੇ ਕਹਿਤਾ ਹੂੰ ਨਜ਼ਰ ਆ ਰਹਾ ਹੂੰ ਕਿ ਗਾਂਧੀ ਜੀ ਆਪ ਪੈਰਲਲ ਰੈਲੀ ਕਰ ਲੋ, ਜਾਂ ਗਾਂਧੀ ਜੀ ਆਪ ਕੇਜਰੀਵਾਲ ਜੀ ਜਾਂ ਸੰਜੀ ਜੀ ਕੇ ਖਿਲਾਫ ਬੋਲ ਦੋ। ਉਹ ਤਾਂ ਮੈਂ ਤਾਂ ਇਹ ਚਾਹਤਾ ਹੂੰ, ਮੈਂ ਕਿਸੀ ਧੜੇ ਸੇ ਨਹੀਂ ਹੂੰ, ਮੈਂ ਪੰਜਾਬ ਕੀ ਜਨਤਾ ਕੇ ਪਬਲਿਕ ਕੇ ਧੜੇ ਸੇ ਹੂੰ। ਮੈਂ ਇਹ ਚਾਹਤਾ ਹੂੰ ਆਮ ਆਦਮੀ ਪਾਰਟੀ ਇਕੱਠੇ ਰੱਖੇ, ਪੰਜਾਬ ਕਾ ਇਲੈਕਸ਼ਨ ਬਹੁਤ ਬੜਾ ਇਲੈਕਸ਼ਨ ਹੈ, ਵਹਾਂ ਪੇ ਬਹੁਤ ਸਖਤ ਮੁਕਾਬਲਾ ਹੋਣੇ ਵਾਲਾ ਹੈ, ਧਨਾੜ ਗੁੰਡਾਗਰਦੀ ਔਰ ਮਾਫੀਆਜ਼ ਕੇ ਖਿਲਾਫ ਹਮਾਰਾ ਜੋ ਹੈ ਲੜਾਈ ਹੈ। ਤੋ ਛੋਟੇ ਮੋਟੇ ਐਸੇ ਜੋ ਬਾਤੇਂ ਹੈ ਇਨਕੋ ਉਭਾਰ ਕੇ ਮੀਡੀਆ ਮੇਂ ਵੀ ਗਲਤ ਮੈਸੇਜ ਆਤਾ ਲੋਗੋਂ ਕੇ ਦਿਲ ਮੇਂ ਵੀ, ਲੇਕਿਨ ਮੈਂ ਆਪਕੋ ਯੇ ਕਹਿਣਾ ਚਾਹਤਾ ਹੂੰ, ਮੈਂ ਕੇਜਰੀਵਾਲ ਜੀ ਕਾ ਅਰਵਿੰਦ ਆਮ ਆਦਮੀ ਪਾਰਟੀ ਜੀ ਕਾ ਹਮਾਰੇ ਪ੍ਰਧਾਨ ਹੈ, ਉਨਕੀ ਨੇਤ੍ਰਤਵ ਪਰ ਮੁਝੇ ਕੋਈ ਸ਼ੱਕ ਨਹੀਂ ਹੈ, ਔਰ ਮੈਂ ਉਨਕੇ ਨੇਤ੍ਰਤਵ ਮੇਂ ਵਫਾਦਾਰ ਸਿਪਾਹੀ ਕੀ ਤਰ੍ਹਾਂ ਕਾਮ ਕਰ ਰਹਾ ਹੂੰ। ਜਿੱਦਾਂ ਕਿ ਤੁਸੀਂ ਸਾਰਿਆਂ ਨੇ ਵੀਡੀਓ ਵਿੱਚ ਵੇਖਿਆ, ਭਗਵੰਤ ਮਾਨ ਜੀ ਕੁਝ ਆਪ ਦੀ ਲੀਡਰਸ਼ਿਪ ਤੋਂ ਨਾਰਾਜ਼ਗੀ ਵਿਖਾ ਰਹੇ ਸੀ। ਹੁਣ ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ ਰਣਜੀਤ ਸਿੰਘ ਜੀ ਤੋਂ। ਰਣਜੀਤ ਸਿੰਘ ਜੀ, ਤੁਸੀਂ ਕੀ ਕਹਿਣਾ ਚਾਹੋਗੇ ਦੋਵੇਂ ਵੀਡੀਓ ਵੇਖਣ ਤੋਂ ਬਾਅਦ?
ਹਰਪ੍ਰੀਤ, ਜਿਸ ਤਰ੍ਹਾਂ ਕਿ ਵੀਡੀਓ ਵਿੱਚ ਸਾਫ਼ ਆ, ਪਹਿਲਾਂ ਤਾਂ ਜਿਹੜੀ ਧਰਮਵੀਰ ਗਾਂਧੀ ਉਹਨਾਂ ਦੀ ਹੋ ਰਹੀ ਹੈ ਕਨਵਰਸੇਸ਼ਨ, ਉਹਦੇ ਵਿੱਚ ਭਗਵੰਤ ਮਾਨ ਉਹਨਾਂ ਨੇ ਇੱਕ ਚੀਜ਼ ਸਾਫ਼ ਸਾਫ਼ ਕਹੀ ਹੈ ਕਿ ਮੈਂ ਸੈਲੀਬ੍ਰਿਟੀ ਹੈਗਾ, ਯਾਨੀ ਕਿ ਉਹ ਆਪਣੇ ਆਪ ਨੂੰ ਇੱਕ ਆਮ ਆਦਮੀ ਨਹੀਂ ਮੰਨਦੇ ਹੈਗੇ। ਉਸ ਤੋਂ ਉਪਰੰਤ ਜਿਸ ਤਰ੍ਹਾਂ ਉਹਨਾਂ ਨੇ ਆਪਣੀ ਹੀ ਪਾਰਟੀ ਦੇ HS ਫੁਲਕਾ ਜਾਂ ਫਿਰ ਹਿੰਮਤ ਸਿੰਘ ਸ਼ੇਰਗਿੱਲ ਉਹਨਾਂ ਬਾਰੇ ਕਿਹਾ ਕਿ ਉਹ ਵੀ ਝਾੜੂ ਦੇ ਬੇਸ 'ਤੇ ਲੜੇ ਸਨ ਅਤੇ ਉਹਨਾਂ ਨੂੰ ਵੋਟਾਂ ਬਹੁਤੀਆਂ ਹੋ ਜਾਂ ਉਹ ਜਿੱਤ ਤੱਕ ਪ੍ਰਾਪਤ ਨਹੀਂ ਕਰ ਸਕੇ। ਸੁੱਚਾ ਸਿੰਘ ਛੋਟੇ ਬਾਰੇ ਵੀ ਕਮੈਂਟ ਹੈਗੇ ਆ, ਹਰਿੰਦਰ ਸਿੰਘ ਖਾਲਸਾ ਉਹਨਾਂ ਬਾਰੇ ਵੀ ਉਹਨਾਂ ਨੇ ਕੁਛ ਕਮੈਂਟ ਦਿੱਤੇ ਹੈਗੇ ਆ। ਕੀ ਅਗਰ ਭਗਵੰਤ ਮਾਨ ਇਹਨਾਂ ਨੂੰ ਡਿਨਾਈ ਕਰ ਰਹੇ ਹੈਗੇ ਆ ਕਿ ਜੀ ਇਹ ਸਾਡੀ ਇੱਕ ਪਰਸਨਲ ਗੱਲਬਾਤ ਸੀ, ਕੀ ਭਗਵੰਤ ਮਾਨ ਹੁਣੀ ਆਮ ਆਦਮੀ ਪਾਰਟੀ ਦੇ ਮੈਂਬਰ ਹੁੰਦੇ ਹੋਏ ਆਮ ਆਦਮੀ ਪਾਰਟੀ ਤੋਂ ਸਾਂਸਦ ਜਿੱਤੇ ਨੇ, ਕੀ ਉਹਨਾਂ ਨੂੰ ਇਹ ਲੱਗਦਾ ਕਿ ਉਹ ਸੈਲੀਬ੍ਰਿਟੀ ਕਰਕੇ ਜਿੱਤੇ ਨੇ? ਅਗਰ ਇਹੋ ਜਿਹਾ ਸੀ, ਅਗਰ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਫਤੂਰ ਚੜਿਆ ਹੋਇਆ ਕਿ ਮੈਂ ਸੈਲੀਬ੍ਰਿਟੀ ਕਰਕੇ ਜਿੱਤਿਆ ਹਾਂ, ਤਾਂ ਉਹਨੂੰ ਯਾਦ ਰੱਖਣਾ ਚਾਹੀਦਾ ਕਿ ਇਸ ਤੋਂ ਪਹਿਲਾਂ ਉਹ PPP ਵੱਲੋਂ, ਯਾਨੀ ਕਿ ਪੀਪਲਸ ਪਾਰਟੀ ਆਫ ਪੰਜਾਬ ਵੱਲੋਂ ਵੀ ਇਲੈਕਸ਼ਨ ਲੜ ਚੁੱਕੇ ਨੇ। ਉਸ ਵਕਤ ਉਹਨਾਂ ਦੀ ਜਿਹੜੀ ਹਾਰ ਆ ਉਹ ਵਿਧਾਨ ਸਭਾ ਦੇ ਵਿੱਚ ਹੋਈ ਸੀਗੀ ਅਤੇ ਇਸ ਵਾਰ ਜਿਹੜੀ ਲੋਕ ਸਭਾ ਦੇ ਵਿੱਚ ਉਹਨਾਂ ਨੂੰ ਜਿੱਤ ਪ੍ਰਾਪਤ ਹੋਈ ਆ, ਉਹ ਕਿਤੇ ਨਾ ਕਿਤੇ ਉਸ ਦੇ ਵਿੱਚ ਅਰਵਿੰਦ ਕੇਜਰੀਵਾਲ ਉਹਨਾਂ ਦੀ ਸੋਚ ਔਰ ਪੰਜਾਬ ਦੇ ਲੋਕਾਂ ਦਾ ਗੁੱਸਾ ਦੋਨਾਂ ਪਾਰਟੀਆਂ ਪ੍ਰਤੀ, ਚਾਹੇ ਉਹ ਸ਼੍ਰੋਮਣੀ ਅਕਾਲੀ ਦਲ BJP ਦੇ ਗੱਠਜੋੜ ਹੋਵੇ ਜਾਂ ਫਿਰ ਕਾਂਗਰਸ ਹੋਵੇ, ਉਹਦਾ ਜਿਹੜਾ ਗੁੱਸਾ ਸੀ ਉਹ ਲੋਕਾਂ ਦੇ ਵਿੱਚ ਕਾਫੀ ਸੀ। ਜ਼ਿਆਦਾਤਰ ਅਗਰ ਮੈਂ ਦੇਖਾਂਗੇ ਜਿਹੜੇ ਸਾਂਸਦ ਮੈਂਬਰ ਜਿੱਤੇ ਨੇ, ਧਰਮਵੀਰ ਗਾਂਧੀ ਉਹਨਾਂ ਨੂੰ ਇਲੈਕਸ਼ਨ ਤੋਂ ਪਹਿਲਾਂ ਕੋਈ ਨਹੀਂ ਸੀ ਜਾਣਦਾ, ਸਾਰੇ ਜਿੱਤੇ ਨੇ। ਹਰਿੰਦਰ ਸਿੰਘ ਖਾਲਸਾ ਉਹਨਾਂ ਦਾ ਜਿਹੜਾ ਪੁਰਾਣਾ ਰੈਕਡ ਆ ਉਹ ਵੀ ਠੀਕ ਠਾਕ ਆ, ਪ੍ਰੋਫੈਸਰ ਸਾਧੂ ਸਿੰਘ ਉਹਨਾਂ ਦਾ ਰੈਕਡ ਜਿਹੜਾ ਉਹ ਵੀ ਠੀਕ ਠਾਕ ਆ, ਪਰ ਉਹਨਾਂ ਦੀ ਜਿਹੜੀ ਜਿੱਤ ਨਸੀਬ ਹੋਈ ਆ ਉਹ ਨਸੀਬ ਹੋਈ ਸੀ ਅਰਵਿੰਦ ਕੇਜਰੀਵਾਲ ਉਹਨਾਂ ਦੀ ਇੱਕ ਸੋਚ ਨੂੰ ਕਿ ਇਨਸਾਨ ਬਹੁਤ ਹੀ ਇਮਾਨਦਾਰ ਆ, ਪਰ ਉਹਨਾਂ ਨੂੰ ਕੇਜਰੀਵਾਲ ਸਾਹਿਬ ਨੂੰ ਇਹ ਨਹੀਂ ਸੀ ਪਤਾ ਕਿ ਜਿਹੜੇ ਭਗਵੰਤ ਮਾਨ ਨੂੰ ਉਹ ਸੋਚਦੇ ਨੇ ਕਿ ਬਹੁਤ ਵਧੀਆ ਲੀਡਰ ਸਾਹਿਬ ਹੋਏਗਾ, ਉਹਦੇ ਦਿਮਾਗ ਦੇ ਵਿੱਚ ਉਹਦੇ ਜ਼ਹਿਨ ਦੇ ਵਿੱਚ ਇੰਨਾ ਕੁ ਜ਼ਹਿਰ ਭਰਿਆ ਹੋਇਆ ਕਿ ਉਹ ਆਪਣੇ ਆਪ ਨੂੰ ਪਾਰਟੀ ਨੂੰ ਉੱਪਰ ਸਮਝ ਰਿਹਾ ਔਰ ਇਹ ਦੱਸ ਰਿਹਾ ਸੀ ਕਿ ਮੈਂ ਸੈਲੀਬ੍ਰਿਟੀ ਹੋ ਗਿਆ ਜਿੱਥੇ, ਨਾ ਕਿ ਪਾਰਟੀ ਕਰਕੇ। ਰਣਜੀਤ ਸਿੰਘ ਜੀ, ਤੁਹਾਡੇ ਕਮੈਂਟ 'ਚੋਂ ਮੈਨੂੰ ਦੋ ਤਿੰਨ ਕੁਸ਼ਚਨ ਜ਼ਰੂਰ ਪੁੱਛਣੇ ਬਣਦੇ ਨੇ, ਪਰ ਉਹਨਾਂ ਕੁਸ਼ਚਨਾਂ 'ਤੇ ਮੈਂ ਬਾਅਦ 'ਚ ਆਊਂਗਾ। ਪਹਿਲਾਂ ਮੈਂ ਪੁੱਛੂੰਗਾ ਪਰਮਿੰਦਰ ਸਿੰਘ ਅਤੇ ਹਰਨੇਆ ਜੀ ਤੋਂ ਕਿ ਤੁਸੀਂ ਦੋਵੇਂ ਕੀ ਕਹਿਣਾ ਚਾਹੁੰਦੇ ਜੋ ਆਡੀਓ ਕਲਿੱਪ ਸੁਣਨ ਤੋਂ ਬਾਅਦ। ਹਰਪ੍ਰੀਤ ਜੀ, ਮੈਂ ਇੱਥੇ ਕਹਿਣਾ ਚਾਹੁੰਦਾ ਕਿ ਇੱਦਾਂ ਦੀਆਂ ਜਿਹੜੀਆਂ ਗੱਲਾਂ ਬਾਤਾਂ ਹੈਗੀਆਂ ਇਹ ਆਮ ਤੌਰ 'ਤੇ ਜਿਹੜੇ ਵੀ ਪੋਲੀਟੀਸ਼ੀਅਨਸ ਹੈਗੇ ਆ ਉਹ ਆਪਸ ਦੇ ਵਿੱਚ ਕਰਦੇ ਆ। ਹਰੇਕ ਪੋਲੀਟੀਕਲ ਪਾਰਟੀ ਦੇ ਵਿੱਚ ਡਿਫਰੈਂਸਿਸ ਜਿਹੜੇ ਨੇਤਾਵਾਂ ਦੇ ਵਿੱਚ ਆਪਸੀ ਡਿਫਰੈਂਸਿਸ ਜਿਹੜੇ ਹੋ ਸਕਦੇ ਆ ਔਰ ਉਹ ਆਪਣੇ ਨਾਲ ਦੇ ਜਿਨ੍ਹਾਂ ਨਾਲ ਲੱਗਦਾ ਉਹਨਾਂ ਨੂੰ ਕਿ ਮੇਰੀ ਥੋੜ੍ਹੀ ਬਹੁਤ ਸੋਚ ਜਿਸ ਨਾਲ ਮਿਲਦੀ ਆ ਉਹ ਡਿਸਕਸ ਕਰਦੇ ਆ। ਈਵਨ ਇਹ ਪੋਲੀਟੀਕਲ ਲੈਵਲ 'ਤੇ ਅਸੀਂ ਨਾ ਵੀ ਜਾਈਏ ਆਮ ਤੌਰ 'ਤੇ ਫਰੈਂਡਸ ਦੇ ਵਿੱਚ ਵੀ ਹੁੰਦਾ ਆ। ਸੋ ਇਹਦੇ ਵਿੱਚ ਮੈਨੂੰ ਲੱਗਦਾ ਹੈ ਕਿ ਕੋਈ ਬਹੁਤ ਜ਼ਿਆਦਾ ਇਸਨੂੰ ਵੱਡਾ ਕਰਕੇ ਦੇਖਣ ਦੀ ਜ਼ਰੂਰਤ ਨਹੀਂ ਹੈਗੀ। ਠੀਕ ਆ, ਉਹਨਾਂ ਨੇ ਗੱਲ ਕੀਤੀ ਆ, ਜ਼ਰੂਰ ਕੀਤੀ ਆ, ਉਹਨਾਂ ਦੇ ਕੁਛ ਕਮੈਂਟ ਜਿਹੜੇ ਹੈਗੇ ਆ ਉਹ ਉਹਨਾਂ ਨੇ ਪਾਰਟੀ ਤੱਕ ਵੀ ਪਹੁੰਚਾਏ ਹੋਣਗੇ ਔਰ ਆਪਣੇ ਨਾਲ ਦੇ ਜਿਹੜੇ ਉਹਨਾਂ ਦੇ ਕੁਲੀਗ ਹੈਗੇ ਆ ਉਹਨਾਂ ਨਾਲ ਵੀ ਉਹਨਾਂ ਨੇ ਡਿਸਕਸ ਕੀਤੇ ਆ। ਸੋ ਇਹਦੇ ਨਾਲ ਮੈਂ ਨਹੀਂ ਸਮਝਦਾ ਕਿ ਇਹ ਬਹੁਤ ਜ਼ਿਆਦਾ ਵੱਡੀ ਗੱਲ ਹੈਗੀ ਇੱਥੇ। ਹਰਨੇਆ ਜੀ। ਜੀ ਬਿਲਕੁਲ ਹਰਪ੍ਰੀਤ ਜੀ, ਜਿਵੇਂ ਕਿ ਪਹਿਲਾਂ ਤਾਂ ਰਣਜੀਤ ਜੀ ਨੇ ਗੱਲ ਕਹੀ ਕਿ ਭਗਵੰਤ ਮਾਨ ਜੀ ਇੱਕ ਸੈਲੀਬ੍ਰਿਟੀ ਨੇ, ਇਸ ਲਈ ਉਹ ਆਪਣੇ ਆਪ ਨੂੰ ਕਾਮਨ ਮੈਨ ਨਹੀਂ ਸਮਝਦੇ ਅਤੇ ਆਮ ਆਦਮੀ ਪਾਰਟੀ ਜਿਹੜੀ ਪਹਿਚਾਣ ਹੈ ਕਾਮਨ ਮੈਨ ਦੇ ਤੌਰ 'ਤੇ ਉਹ ਨਹੀਂ ਸਮਝਦੇ। ਮੈਂ ਇੱਕ ਚੀਜ਼ ਇਹ ਕਹਿਣਾ ਚਾਹੁੰਦੀ ਹਾਂ ਕਿ ਜੇ ਉਹ ਆਪਣੇ ਆਪ ਨੂੰ ਕਾਮਨ ਮੈਨ ਨਹੀਂ ਸਮਝਦੇ ਸ਼ਾਇਦ ਉਹ ਆਮ ਆਦਮੀ ਪਾਰਟੀ ਨਾਲ ਜੁੜਦੇ ਹੀ ਨਹੀਂ। ਬਾਕੀ ਰਹਿ ਗਈ ਗੱਲ ਉਹਨਾਂ ਵੱਲੋਂ ਕੀਤੀ ਗਈ ਟਿੱਪਣੀ ਦੀ, ਦੇਖੋ ਜੀ ਜਦ ਤੁਸੀਂ ਆਪਣੇ ਕਿਸੇ ਦੋਸਤ ਨਾਲ ਗੱਲ ਕਰਦੇ ਹੁੰਦੇ ਹੋ ਅਤੇ ਕਿਸੇ ਚੀਜ਼ ਬਾਰੇ ਉਹਨੂੰ ਸਮਝਾ ਰਹੇ ਹੁੰਦੇ ਹੋ ਅਤੇ ਕਈ ਵਾਰੀ ਕਿਸੇ ਥਰਡ ਬੰਦੇ ਨੂੰ ਲੈ ਕੇ ਜਾਂ ਥਰਡ ਪਾਰਟੀ ਨੂੰ ਲੈ ਕੇ ਤੁਸੀਂ ਕੋਈ ਨਾ ਕੋਈ ਟਿੱਪਣੀ ਕਰਦੇ ਹੋ ਕਿਉਂਕਿ ਸ਼ਾਇਦ ਉਸ ਬੰਦੇ ਦੇ ਇੰਟਰਸਟ ਵਿੱਚ ਹੀ ਉਹ ਗੱਲ ਹੋ ਰਹੀ ਹੁੰਦੀ ਹੈ। ਅਤੇ ਮੈਨੂੰ ਨਹੀਂ ਲੱਗਦਾ ਕਿ ਜੋ ਗੱਲ ਭਗਵੰਤ ਮਾਨ ਨੇ ਉੱਥੇ ਕੀਤੀ ਹੈ ਉਹ ਕਿਸੇ ਵੀ ਤਰ੍ਹਾਂ ਗਲਤ ਹੈ ਜਾਂ ਉਸਨੂੰ ਇੰਨਾ ਵੱਡਾ ਮੁੱਦਾ ਬਣਾਉਣਾ ਚਾਹੀਦਾ ਹੈ, ਕਿਉਂਕਿ ਸਿੱਧੀ ਜੀ ਗੱਲ ਹੈ ਕੋਈ ਵੀ ਬੰਦਾ ਹੋਵੇ ਜਦੋਂ ਆਪਣੇ ਦੋਸਤ ਨਾਲ ਗੱਲ ਕਰ ਰਿਹਾ ਹੁੰਦਾ ਹੈ, ਕਿਸੇ ਨਾਲ ਕੋਈ ਜਾਣਕਾਰੀ ਸਾਂਝੀ ਕਰ ਰਿਹਾ ਹੁੰਦਾ, ਕਈ ਵਾਰੀ ਕੁਛ ਕਮੈਂਟਸ ਨਿਕਲਦੇ ਹਨ ਅਤੇ ਗੁੱਸੇ 'ਚ ਬੰਦੇ ਕੁਛ ਵੀ ਕਹਿੰਦਾ ਹੈ, ਪਰ ਇਹਦਾ ਇਹ ਮਤਲਬ ਨਹੀਂ ਕਿ ਤੁਸੀਂ ਉਹਨੂੰ ਉਹਦੇ ਕੈਰੇਕਟਰ ਖਿਲਾਫ਼ ਜਾਂ ਉਹਦੀ ਇੰਟੈਗ੍ਰਿਟੀ 'ਤੇ ਸ਼ੱਕ ਕਰਨਾ ਸ਼ੁਰੂ ਕਰ ਦਿਓ। ਓਪਨ ਡਿਬੇਟ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਪਰਮਿੰਦਰ ਜੀ ਅਤੇ ਹਰਨੇਆ ਜੀ ਤੋਂ ਇੱਕ ਕੁਸ਼ਚਨ ਜ਼ਰੂਰ ਪੁੱਛੂੰਗਾ। ਮੈਨੂੰ ਗੱਲਬਾਤ ਦਾ ਇਸ ਕੁਸ਼ਚਨ ਦਾ ਆਨਸਰ ਸਿਰਫ ਹਾਂ ਜਾਂ ਨਾ 'ਤੇ ਦਿਓ ਕਿ ਤੁਸੀਂ ਦੋਵੇਂ ਮੰਨਦੇ ਜੋ ਕਿ ਜਿਹੜੀ ਇਹ ਗੱਲਬਾਤ ਹੈ ਭਗਵੰਤ ਮਾਨ ਅਤੇ ਗਾਂਧੀ ਵਿੱਚ ਰੀਅਲ ਕਨਵਰਸੇਸ਼ਨ ਆ, ਕਿ ਇਹਨੇ ਭਗਵੰਤ ਮਾਨ ਦੀ ਵੋਇਸ ਨੂੰ ਇੱਦਾਂ ਯੂਜ਼ ਨਹੀਂ ਕੀਤਾ ਹੋਏ? ਨਹੀਂ, ਮੈਨੂੰ ਨਹੀਂ ਲੱਗਦਾ ਕਿ ਇਹ ਗਲਤ ਹੋਏਗੀ ਕਿਉਂਕਿ ਉਸ ਦਿਨ ਗਾਂਧੀ ਜੀ ਨੇ ਵੀ ਇਹ ਕਮੈਂਟਸ ਦਿੱਤੇ ਹਨ ਕਿ ਜੋ ਗਾਂਧੀ ਜੀ ਭਗਵੰਤ ਮਾਨ ਤੇ ਗਾਂਧੀ ਜੀ ਦੇ ਵਿੱਚ ਹੋਈ ਕਨਵਰਸੇਸ਼ਨ ਦੀ ਰੀਅਲ ਆਡੀਓ ਕਲਿੱਪ ਹੈ, ਰਾਈਟ? ਰੀਅਲ ਆਡੀਓ ਕਲਿੱਪ ਹੀ ਲੱਗਦੀ, ਮੈਨੂੰ ਨਹੀਂ ਲੱਗਦੀ ਕਿ ਇਹ ਹੋਕਸ ਹੋ ਸਕਦੀ, ਬਿਕੋਜ਼ ਇੰਨੀ ਠੀਕ ਹੈ ਮੰਨ ਲਿਆ ਟੈਕਨੋਲੋਜੀ ਹੈਗੀ ਹੈ ਪਰ ਇੰਨੀ ਓਰਿਜਨੈਲਿਟੀ ਦੇ ਨਾਲ ਉਸਨੂੰ ਇਸ ਤਰ੍ਹਾਂ ਟਰਾਂਸਫਾਰਮ ਕਰਨਾ ਬਹੁਤ ਔਖਾ ਹੈ। ਅਤੇ ਨਾਲੇ ਗਾਂਧੀ ਜੀ ਨੇ ਵੀ ਇਸ ਗੱਲ ਕਹੀ ਹੈ ਕਿ ਮੈਨੂੂੰ ਨਹੀਂ ਲੱਗਦਾ ਕਿ ਭਗਵੰਤ ਮਾਨ ਨੇ ਜੋ ਮੇਰੇ ਨਾਲ ਗੱਲ ਕੀਤੀ ਸੀ ਕਰੀਬ 6 ਮਹੀਨੇ ਪਹਿਲੇ ਜਿਹੜੀ ਇਹ ਗੱਲ ਹੋਈ ਸੀ ਉਹ 'ਚ ਕੁਝ ਗਲਤ ਕਿਹਾ ਹੈਗਾ। ਪਰਮਿੰਦਰ ਜੀ, ਤੁਸੀਂ ਮੰਨਦੇ ਜੋ ਭਗਵੰਤ ਮਾਨ ਤੇ ਗਾਂਧੀ ਜੀ ਦੀ ਵਿੱਚ ਹੋਈ ਗੱਲਬਾਤ ਦਾ ਰੀਅਲ ਆਡੀਓ ਕਲਿੱਪ ਆ? ਬਿਲਕੁਲ ਹਰਪ੍ਰੀਤ ਜੀ,
थैंक यू तुसी दोवां ने यह गल मनी क्योंकि वीकेंड जो असी इहदी डिबेट रेडियो ते कीती सी ते कुछ सज्जना ने आख्या सी कि नहीं है जे फेक क्लिप ही हो सकता वा बट एटलीस्ट तुसी दोवें यह मानते जो कि फेक क्लिप नहीं है। हुण ते आपां जे वेखीए ते जिहड़ा आपां सैकिंड वीडियो क्लिप प्ले कीता सी उस भगवंत मान जी भी मन चुके ने कि यह फेक नहीं आ, इह उहनां दी ही आवाज़ आ। हुण ओपन डिबेट का सब तो पहला टॉपिक होगा सैलीब्रिटी वर्ड यूज़ किया गया सी रणजीत सिंह जी दे वल्लों। हरनेया जी कह रहे थे कि जे उस अपने आप को सैलीब्रिटी मानते होंगे आप नहीं ज्वाइन करते। दूजे पास भगवंत मान जी आप कह रहे हैं कि मैं 20 साल तो सैलीब्रिटी हाँ। हुण इत्थे क्वेश्चन ये बनता वा कि भगवंत मान जी अजे भी अपने आप को सैलीब्रिटी मानते ने, जे वो अपने आप को सैलीब्रिटी मानते ने तो आप दे विच की कर रहे ने, सिर्फ आप दे विच तां आए ने कि उन्होंने लगता है कि वधिया प्लेटफॉर्म आ जिहदे थ्रू असीं जित सकते हाँ या फिर कोई होर रीजन आ। रणजीत सिंह जी ओपन डिबेट बाय द वे जी हरप्रीत जी जी गल तुसीं कीती है सैलीब्रिटी की, डेफिनेटली भगवंत मान दिन लगा सी कि आम आदमी पार्टी जी है एक बहुत ही वधिया उन्हां वास्ते प्लेटफॉर्म आ। अगर कांग्रेस में भी जाते तो शायद वो एडे वे लीडर साथ ना होंगे जिस तरह उन्होंने आम आदमी पार्टी संघारा मिल रहा। श्रोमणी अकाली दल जाते शायद फिर भी उन्होंने पता है कि उन्होंने नंबर कितने मिनिस्ट्री तक लगने बहुत टाइम लग जाना है। इको एक पार्टी से पहला PPP गए वो उत्थे भी उन्होंने देखा कि मनप्रीत बादल तो उपर जाना थोड़ा औखा आ। आम आदमी को पार्टी ज्वाइन करने बदले उन्होंने को सिर्फ इको एक चीज़ थी कि उन्होंने कोई योजा चेहरा मोहरा है नहीं पंजाब के जोड़ा कि पंजाब के लोगों वैल नोन हों। अगर मैं भगवंत मान की गल करा उन्होंने पहला यह कहा जी क्योंकि उदों भी गल उठी थी कि भगवंत मान ने शर्त रखी है कि मैं संगरूर तो एज ए MP के तौर पर इलैक्शन लड़ागा तो ही वह पार्टी के गए है। गल सैलीब्रिटी दहुत सारिया चीज़ा ने हरप्रीत जी अगर मैं कल दस लगा तो बहुत टाइम खराब होगा पर मैं मोटा मोटा दसना अगर वो सैलीब्रिटी अपने ना समझे कनेडा आके अपने वर्करा सिर्फ 5 मिनट देने 7 दिन के फेरे के बाकी टाइम किसी को मिलना भी नहीं। सिर्फ यह कहना कि मैं इतने सिर्फ एक बंद मिलना आया बाकी मीडिया ने मेरा कोई लैन देन नहीं है किसी को ना मिलना कि यह सैलीब्रिटी नहीं। इस तरह का उन्होंने पार्टी के लीडर भी नहीं करते जिहड़ियां कि स्थापित पार्टियां ने कितने ना कि भगवंत मान ने अपने आप को एज ए पंजाब के CM के कैंडीडेट के तौर पर देखना शुरू करता से। उन्होंने यह लग रहा है कि बदलाव लोग चाहते हैं पंजाब डेफिनेटली चाहते हैं तो शायद उन्होंने दिमाग के उन्होंने दिल जहन घर कर चुका है कि मेरे तो बिना पंजाब का CM होर कोई भी बंदा जिहड़ा वह नहीं बन सकता। इस करके शायद कितने ना कि भी सुनया होगा एक उन्होंने वीडियो में यह भी पूछा गया कि अरविंद केजरीवाल हो सकते हैं सीधा उन्होंने कहता कि नहीं जी पंजाब का CM कोई पंजाब का बंदा होगा केजरीवाल से इतने प्रचार कर आ सकता है 4-5 महीने वो CM के कैंडीडेट नहीं हो सकते। इट मीनस भगवंत मान अपने आप को एज ए बतौर मुख्यमंत्री हूँ तो देख रहे हैं। हरप्रीत जी ਇੱਥੇ ਤੁਸੀਂ ਰਣਜੀਤ ਜੀ ਇੱਕ ਗੱਲ ਕੀਤੀ ਹੈ ਕਿ ਵੈਲ ਨੋਨ ਚਿਹਰਾ ਇੱਕ ਦੇਖਣਾ ਚਾਹੁੰਦੇ ਸੀਗੇ ਆਮ ਆਦਮੀ ਪਾਰਟੀ ਵੀ ਲੱਭਦੀ ਪਈ ਸੀ ਕੋਈ ਵੈਲ ਨੋਨ ਚਿਹਰਾ ਜਿਹੜਾ ਹੈ ਪੰਜਾਬ ਦੇ ਵਿੱਚ ਤਾਂ ਮੇਰੇ ਹਿਸਾਬ ਦੇ ਨਾਲ ਪੰਜਾਬ ਦੇ ਵਿੱਚ ਵੈਲ ਨੋਨ ਚਿਹਰਾ ਜੇ ਭਗਵੰਤ ਮਾਨ ਨੂੰ ਮੰਨਿਆ ਜਾਵੇ ਤਾਂ ਕੋਈ ਇਹਦੇ ਵਿੱਚ ਅਤਕਥਨੀ ਨਹੀਂ ਹੈਗੀ ਬਹੁਤ ਜਾਣਿਆ ਪਛਾਣਿਆ ਨਾਮ ਹੈਗਾ ਸੀ ਬੜੇ ਇੱਕ ਵਧੀਆ ਸੋਚ ਲੈ ਕੇ ਹਮੇਸ਼ਾ ਤੋਂ ਚੱਲਦੇ ਰਹੇ ਆ। ਕੁਐਸਚਨ ਆ ਸੈਲੀਬ੍ਰਿਟੀ ਦਾ ਬਿਲਕੁਲ ਭਗਵੰਤ ਮਾਨ ਜੀ ਆਪਣੇ ਨੂੰ ਸੈਲੀਬ੍ਰਿਟੀ ਸਮਝਦੇ ਨੇ ਜੇ ਸੈਲੀਬ੍ਰਿਟੀ ਸਮਝਦੇ ਨੇ ਤੇ ਆਪ ਵਿੱਚ ਕੀ ਕਰ ਰਹੇ ਨੇ ਆਪ ਵਿੱਚ ਉਹ ਸਿਰਫ ਇਸ ਕਰਕੇ ਆਏ ਨੇ ਕਿਉਂਕਿ ਇੱਕ ਵਧੀਆ ਮੌਕਾ ਹੈ ਤੇ ਮੌਕਾ ਵੇਖ ਕੇ ਸ਼ਾਇਦ ਉਹਨਾਂ ਦਾ ਚੌਕਾ ਵੱਜੇ। ਹਰਪ੍ਰੀਤ ਜੀ ਇੱਥੇ ਸੈਲੀਬ੍ਰਿਟੀ ਵਰਡ ਜ਼ਰੂਰ ਯੂਜ਼ ਕੀਤਾ ਗਿਆ ਪਰ ਇੱਥੇ ਸੈਲੀਬ੍ਰਿਟੀ ਦਾ ਜਿਹੜਾ ਮਤਲਬ ਹੈਗਾ ਉਹ ਹੈਗਾ ਵੈਲ ਨੋਨ ਜਿਸ ਨੂੰ ਲੋਕ ਜਾਣਦੇ ਹੋਣ। ਮੈਂ ਤੁਸੀਂ ਉਹਨਾਂ ਦੀ ਜਿਹੜਾ ਆਡੀਓ ਕਲਿੱਪ ਫਿਰ ਤੋਂ ਸੁਣੋ। ਹਾਂਜੀ ਹਾਂਜੀ ਬਿਲਕੁਲ ਸੈਲੀਬ੍ਰਿਟੀ ਸਟੇਟਸ ਮੈਂ 20 ਸਾਲ ਤੋਂ ਸੈਲੀਬ੍ਰਿਟੀ ਆ 20 ਸਾਲ ਤੋਂ ਉਹਨਾਂ ਦਾ ਸੈਲੀਬ੍ਰਿਟੀ ਸਟੇਟਸ ਆ ਮਤਲਬ ਉਹ 20 ਸਾਲ ਤੋਂ ਵੈਲ ਨੋਨ ਹੈਗੇ ਆ ਠੀਕ ਹੈ ਹਰ ਕੋਈ ਉਹਨਾਂ ਨੂੰ ਜਾਣਦਾ ਇਹ ਬੱਚਾ ਬੱਚਾ ਜਿਹੜਾ ਆ ਉਹਨਾਂ ਦੇ ਜੋਕਸ ਦੇ ਉੱਤੇ ਪਹਿਲਾਂ ਜਾਣਦਾ ਰਿਹਾ ਪਰ ਉਹਨਾਂ ਦੇ ਹਰੇਕ ਜਿਹੜੇ ਕਾਮੇਡੀ ਵੀ ਉਹ ਕਰਦੇ ਹੁੰਦੇ ਸੀ ਹਰੇਕ ਕਾਮੇਡੀ ਦੇ ਵਿੱਚ ਵੀ ਉਹਨਾਂ ਦਾ ਇੱਕ ਮੈਸੇਜ ਜਿਹੜਾ ਸੀਗਾ ਉਹ ਛੁਪਿਆ ਹੁੰਦਾ ਸੀਗਾ ਸੋ ਅਗਰ ਅਸੀਂ ਉਹਨਾਂ ਦੀ ਇਸ ਚੀਜ਼ ਨੂੰ ਦੇਖੀਏ ਤਾਂ ਉਹ ਵੈਲ ਨੋਨ ਹੈਗੇ ਆ ਨੋ ਡਾਊਟ ਉਹਨਾਂ ਦਾ ਸੈਲੀਬ੍ਰਿਟੀ ਸਟੇਟਸ ਹੈਗਾ ਸੀਗਾ ਜਾਂ ਹੈਗਾ ਹੈ ਬਿਲਕੁਲ ਹੈਗਾ ਆ ਪਰ ਸੈਲੀਬ੍ਰਿਟੀ ਜੇ ਉਹ ਆਪਣੇ ਆਪ ਨੂੰ ਸੈਲੀਬ੍ਰਿਟੀ ਸਮਝਦੇ ਤਾਂ ਸ਼ਾਇਦ ਆਮ ਆਦਮੀ ਪਾਰਟੀ ਨੂੰ ਜੁਆਇਨ ਹੀ ਨਾ ਕਰਦੇ। ਜੇ ਉਹ PPP ਦੇ ਵਿੱਚ ਗਏ ਸੀਗੇ ਤਾਂ ਉਹਨਾਂ ਉਹ ਕੁਝ ਵਿਚਾਰਧਾਰਾ ਉਹਨਾਂ ਨੂੰ ਸ਼ਾਇਦ ਜਿਹੜੀ ਆਕਰਸ਼ਿਤ ਉਹਨਾਂ ਨੇ ਕੀਤੀ ਸੀਗੀ ਉਹ ਤਾਂ ਕਰਕੇ ਜਿਹੜੀ PPP ਵੱਲ ਗਏ ਸੀਗੇ ਪਰ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿੱਚ ਵੀ ਤਾਂ ਹੀ ਆਇਆ ਕਿ ਹਾਂ PPP ਜਿਹੜੀ ਸੀਗੀ ਉਹ ਇੰਨੀ ਜ਼ਿਆਦਾ ਸਟਰੋਂਗ ਨਹੀਂ ਸੀ ਹੋ ਰਹੀ ਔਰ ਉਹਦੇ ਨਾਲ ਨਾਲ ਆਮ ਆਦਮੀ ਪਾਰਟੀ ਦੇ ਵਿੱਚ ਉਹਨੂੰ ਵਧੀਆ ਇੱਕ ਪਲੇਟਫਾਰਮ ਜਿਹੜਾ ਮਿਲਦਾ ਪਿਆ ਸੀਗਾ ਔਰ ਮੇਰੇ ਹਿਸਾਬ ਦੇ ਨਾਲ ਅਗਰ ਕੋਈ ਕੰਮ ਕਰਨਾ ਚਾਹੁੰਦਾ ਹੈ ਤਾਂ ਉਹਨੂੰ ਵਧੀਆ ਪਲੇਟਫਾਰਮ ਮਿਲਦਾ ਪਿਆ ਹੋਵੇ ਹਰ ਕੋਈ ਕਰੂਗਾ ਅਗਰ ਮੈਨੂੰ ਪਲੇਟਫਾਰਮ ਮਿਲੂਗਾ ਮੈਂ ਵੀ ਕਰੂੰਗਾ ਪਰ ਇੱਥੇ ਸਿਰਫ ਜਾਂ ਇੱਕ ਹੈਗਾ ਕਿ ਇੱਕ ਵਧੀਆ ਸੋਚ ਜਿਹੜੀ ਸੀਗੀ ਉਹਨੂੰ ਉਹਨਾਂ ਨੇ ਜੁਆਇਨ ਕੀਤਾ ਉਹ ਆਪਣਾ ਸੈਲੀਬ੍ਰਿਟੀ ਸਟੇਟਸ ਜਿਹੜਾ ਸੀਗਾ ਉਹਨੂੰ ਨਾਲ ਲੈ ਕੇ ਨਹੀਂ ਆਏ ਹੈਗੇ ਉਹਨੂੰ ਉਹਨਾਂ ਨੇ ਸਿਰਫ ਇਲੈਕਸ਼ਨ ਨੂੰ ਜਿੱਤਣ ਤੱਕ ਜਾਂ ਲੋਕਾਂ ਤੱਕ ਪਹੁੰਚ ਬਣਾਉਣ ਲਈ ਜਿਹੜਾ ਯੂਜ਼ ਕੀਤਾ ਆ।
ਮੈਂ ਵੀ ਥੋੜ੍ਹਾ ਦੱਸਣਾ ਚਾਹਾਂਗੀ ਤੁਹਾਡੇ ਸਵਾਲ ਦਾ ਜਵਾਬ ਮੈਂ ਵੀ ਦੇਣਾ ਚਾਹੁੰਦੀ ਹਾਂ। ਦੇਖੋ ਅਸੀਂ ਇਸ ਗੱਲ ਨੂੰ ਨਕਾਰ ਨਹੀਂ ਸਕਦੇ ਕਿ ਇਸ ਵੇਲੇ ਕਈ ਅਜਿਹੇ ਸਾਨੂੰ ਦੌਰ ਦੇਖਣ ਨੂੰ ਮਿਲਦੇ ਜਿੱਥੇ ਕਾਫੀ ਸੈਲੀਬ੍ਰਿਟੀਜ਼ ਪੋਲੀਟਿਕਸ 'ਚ ਐਂਟਰ ਕਰਦੇ ਇਵੈਂਚੁਅਲੀ, ਠੀਕ ਹੈ। ਹੁਣ ਜੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸੈਲੀਬ੍ਰਿਟੀ ਸਟੇਟਸ ਮੇਰਾ ਰਿਹਾ ਹੈ ਜਾਂ ਜੋ ਵੀ ਰਿਹਾ, ਮੈਂ 20 ਸਾਲਾਂ ਤੋਂ ਲੋਕਾਂ ਦੇ ਨਾਲ ਜੁੜਿਆ ਹਾਂ, ਠੀਕ ਹੈ। ਇੱਕ ਪੋਲੀਟੀਕਲ ਲੀਡਰ ਬਣਨ ਲਈ ਜੇ ਉਹਨਾਂ ਦੀ ਪਛਾਣ ਉਹਨਾਂ ਨੂੰ ਕੰਮ ਆਉਂਦੀ ਹੈ ਅਤੇ ਉਹ ਇੱਕ ਕਾਮਨ ਮੈਨ ਦੀ ਵੋਇਸ ਬਣ ਕੇ ਆਪਣੀ ਪਛਾਣ ਨੂੰ ਲੈ ਕੇ ਜਿੱਤਦੇ ਹਨ ਅਤੇ ਉਹ 'ਚ ਕੋਈ ਗਲਤ ਨਹੀਂ ਹੈਗਾ। ਸਵਾਲ ਹੀ ਖੜਾ ਹੁੰਦਾ ਹੈ ਕਿ ਜੇ ਉਹਨਾਂ ਨੇ ਇਹ ਗੱਲ ਕਹੀ ਹੈ ਤਾਂ ਮੇਰੇ ਖਿਆਲ ਤੋਂ ਇਸ 'ਚ ਕੁਛ ਗਲਤ ਨਹੀਂ ਹੈ, ਕਿਉਂਕਿ ਸੈਲੀਬ੍ਰਿਟੀ ਬਣਨਾ ਲੋਕਾਂ ਦੇ ਵਿੱਚ ਪਛਾਣ ਬਣਾਉਣਾ ਵੀ ਕੋਈ ਸੌਖਾ ਕੰਮ ਨਹੀਂ ਹੈ ਅਤੇ ਉਸ ਇਮੇਜ ਨੂੰ ਮੇਨਟੇਨ ਕਰਨਾ ਵੀ ਕੋਈ ਸੌਖਾ ਕੰਮ ਨਹੀਂ ਹੈ। ਅਤੇ ਜੇ ਉਹਨਾਂ ਨੇ ਇਹ ਗੱਲ ਕਹੀ ਹੈ ਤਾਂ ਕਿੱਥੇ ਵੀ ਕਿਸੇ ਵੀ ਪਾਸਿਓਂ ਗਲਤ ਨਹੀਂ ਹੈ। ਪੀਪਲਸ ਪਾਰਟੀ ਨੂੰ ਜੁਆਇਨ ਕਰਕੇ ਜੇ ਉਹਨਾਂ ਨੂੰ ਉਹ ਪਲੈਟਫਾਰਮ ਨਹੀਂ ਮਿਲਿਆ ਤਾਂ ਠੀਕ ਹੈ, ਅਗਲਾ ਬੰਦਾ ਦੇਖੇਗਾ ਕਿ ਉਹਨੂੰ ਅਗਲਾ ਪਲੈਟਫਾਰਮ ਕਿਹੜਾ ਮਿਲ ਰਿਹਾ ਹੈ। ਅਤੇ ਜਿਹੜਾ ਵੀ ਪਲੈਟਫਾਰਮ ਉਹਨੂੰ ਮਿਲੇਗਾ ਉਹ ਤਾਂ ਚੌਕਾ ਤਾਂ ਮਾਰੇਗਾ ਹੀ, ਜ਼ਰੂਰ ਮਾਰੇਗਾ ਮੌਕੇ 'ਤੇ, ਚੌਕਾ ਤਾਂ ਮਾਰਨਾ ਹੀ ਉਹਨੇ। ਅਤੇ ਉਹਨੇ ਜੇ ਮਾਰ ਰਿਹਾ ਤਾਂ ਕੋਈ ਗਲਤ ਨਹੀਂ ਹੈ। ਸਿੰਘ ਜੀ ਤੁਹਾਡੇ ਤੋਂ ਇੱਕ ਸਵਾਲ ਪੁੱਛਣਾ ਚਾਹੂੰਗਾ। ਤੁਸੀਂ ਹੁਣੇ ਕਹਿ ਰਹੇ ਸੀ ਕਿ ਨਹੀਂ ਉਹ ਆਪਣੇ ਨੂੰ ਸੈਲੀਬ੍ਰਿਟੀ ਹੁਣ ਨਹੀਂ ਸਮਝਦੇ। ਜੇ ਭਗਵੰਤ ਮਾਨ ਜੀ ਸੈਲੀਬ੍ਰਿਟੀ ਨਹੀਂ ਸਮਝਦੇ, ਹੁਣ ਤੋਂ 3-4 ਮਹੀਨੇ ਪਹਿਲਾਂ ਟੋਰਾਂਟੋ 'ਚ ਇੱਕ ਸ਼ੋਅ ਕਰਨ ਆਏ ਸੀ ਤਾਂ ਜੋ ਰਣਜੀਤ ਜੀ ਨੇ ਗੱਲ ਕੀਤੀ ਸੀ ਉੱਥੇ ਉਹ ਐਜ਼ ਅ ਐਕਟਰ ਆਈ ਸੀ। ਕਿਉਂ ਆਪਣੇ ਆਪ ਨੂੰ ਸੈਲੀਬ੍ਰਿਟੀ ਨਹੀਂ ਸਮਝਦੇ? ਮੈਂ ਇਹ ਨਹੀਂ ਕਿਹਾ ਕਿ ਉਹ ਸੈਲੀਬ੍ਰਿਟੀ ਨਹੀਂ ਸਮਝਦੇ। ਅਨੇਹਾ ਜੀ ਇਹਦਾ ਜਵਾਬ ਮੈਂ ਹਰਪ੍ਰੀਤ ਜੀ ਬਿਲਕੁਲ ਦੇਣਾ ਚਾਹੂੰਗਾ। ਮੇਰਾ ਕੁਐਸਚਨ ਤੇ ਪੂਰਾ ਹੋ ਗਿਆ, ਮੇਰਾ ਕੁਐਸਚਨ ਸੁਣ ਲਓ ਪਹਿਲਾਂ, ਮੇਰਾ ਕੁਐਸਚਨ ਪੂਰਾ ਨਹੀਂ ਹੋਇਆ। ਜੇ ਭਗਵੰਤ ਮਾਨ ਜੀ ਆਪਣੇ ਆਪ ਨੂੰ ਸੈਲੀਬ੍ਰਿਟੀ ਨਹੀਂ ਸਮਝਦੇ ਜਦੋਂ ਕੈਨੇਡਾ ਦੇ ਟ੍ਰਿਪ ਤੇ ਆਉਣ ਡਿਆ, ਜਦੋਂ ਕਿ ਉਹ ਇੰਡੀਆ ਵਿੱਚ MP ਆ, ਤੁਹਾਨੂੰ ਨਹੀਂ ਲੱਗਦਾ ਇੱਥੇ ਆ ਕੇ ਉਹ ਕੀ ਕਹਿੰਦੇ ਆ ਕਿ ਸ਼ੋਅ ਕਰਨਾ ਉਹਨਾਂ ਨੂੰ ਸ਼ਾਇਦ ਕਿਤੇ ਸ਼ੋਭਾ ਨਹੀਂ ਦਿੰਦਾ? ਜਿਹੜੇ ਭਗਵੰਤ ਮਾਨ ਜੀ ਇਸ ਟਾਈਮ MP ਆਪ ਦੇ MP ਆ, ਜੇ ਉਹਨਾਂ ਕੈਨੇਡਾ ਦਾ ਦੌਰਾ ਰੱਖਣਾ ਵੀ ਸੀ ਤੇ ਕਿਤੇ ਨਾ ਕਿਤੇ ਉਹਨਾਂ ਨੂੰ ਐਜ਼ ਏ ਆਪ ਦੇ MP ਆਉਣਾ ਚਾਹੀਦਾ ਸੀ, ਜਦਕਿ ਇਨਸਟੈਡ ਉਹ ਇੱਕ ਸ਼ੋਅ ਕਰਨ ਆਏ। ਤੇ ਇਹ ਵੀ ਉਹਨਾਂ ਨੇ ਜਦੋਂ ਵੀ ਅਸੀਂ ਭਗਵੰਤ ਮਾਨ ਜੀ ਨੂੰ ਇਹ ਕਦੀ ਵੀ ਇੰਟਰਵਿਊ ਵਾਸਤੇ ਰਿਕੁਐਸਟ ਭੇਜੀ, ਉਹਨਾਂ ਦਾ ਇੱਕੋ ਹੀ ਸਾਫ ਜਵਾਬ ਹੁੰਦਾ ਵਾ, ਕੈਨੇਡਾ ਵਿੱਚ ਮੈਂ ਇੱਕੋ ਹੀ TV ਚੈਨਲ ਨਾਲ ਕੰਮ ਕਰਨਾ ਕਿਉਂਕਿ ਮੈਂ ਉਹਨਾਂ ਨੂੰ ਹੀ ਪ੍ਰਮੋਟ ਕਰਨਾ ਹੈ। ਹੁਣ ਤੁਸੀਂ ਮੈਨੂੰ ਇਹ ਦੱਸੋਗੇ ਕਿ ਇੱਥੇ ਭਗਵੰਤ ਮਾਨ ਜੀ ਸੈਲੀਬ੍ਰਿਟੀ ਨੇ ਕਿ MP ਨੇ? ਬਿਕੋਜ਼ MP ਹੁੰਦੇ ਹੋਏ ਵੀ ਉਹ ਇਹ ਕਹਿ ਰਹੇ ਨੇ ਕੈਨੇਡਾ ਵਿੱਚ ਮੈਂ ਇੱਕੋ TV ਚੈਨਲ ਨਾਲ ਕੰਮ ਕਰਨਾ ਕਿਉਂਕਿ ਮੈਂ ਉਹਨੂੰ ਪ੍ਰਮੋਟ ਕਰਨਾ ਹੈ। ਹਰਪ੍ਰੀਤ ਜੀ ਇੱਕ ਜਿਹੜੀ ਕ੍ਰੈਡੀਬਿਲਟੀ ਜਾਂ ਕਹਿ ਲਈਏ ਕਿ ਇੱਕ ਐਫੀਲੀਏਸ਼ਨ ਜਿਹੜੀ ਹੈਗੀ ਆ ਉਹ ਜ਼ਰੂਰ ਉਹਨਾਂ ਨੇ ਇੱਕ ਪਰਟੀਕੁਲਰ ਚੈਨਲ ਦੇ ਨਾਲ ਜਾਂ ਇੱਕ ਪਰਟੀਕੁਲਰ ਮੀਡੀਆ ਦੇ ਨਾਲ ਦਿੱਤੀ ਆ, ਪਰ ਇੱਕ ਚੀਜ਼ ਦਾ ਸਾਨੂੰ ਜਿਹੜਾ ਧਿਆਨ ਰੱਖਣਾ ਚਾਹੀਦਾ, ਹਰ ਇੱਕ ਜਿਹੜਾ ਕੋਈ ਵੀ ਪੋਲੀਟੀਸ਼ੀਅਨ ਆ, ਕੋਈ ਵੀ ਸੈਲੀਬ੍ਰਿਟੀ ਆ, ਉਹਦੀ ਆਪਣੀ ਪਰਸਨਲ ਲਾਈਫ ਵੀ ਹੈਗੀ ਆ। ਸੋ ਆਪਣੀ ਪਰਸਨਲ ਲਾਈਫ ਦੇ ਵਿੱਚ ਉਹ ਕੀ ਕਰਦਾ ਪਿਆ ਆ ਔਰ ਉਹ ਕਿਸ ਨਾਲ ਐਫੀਲੀਏਟ ਹੁੰਦਾ ਪਿਆ ਆ। ਹਾਂ, ਅਗਰ ਉਹ ਆਮ ਆਦਮੀ ਪਾਰਟੀ ਦੇ ਵਰਕਰ ਦੇ ਤੌਰ 'ਤੇ ਆਉਂਦੇ, ਅਗਰ ਉਹ ਐਜ਼ ਅ MP ਇੰਡੀਆ ਤੋਂ ਇੱਥੇ ਆਉਂਦੇ, ਫਿਰ ਸੀਗਾ ਕਿ ਹਾਂ ਉਹ ਆਪਣੀ ਅਫੀਸ਼ੀਅਲ ਵਿਜ਼ਿਟ ਤੇ ਆਏ ਹੋਏ ਆ। ਤੇ ਹਰਪ੍ਰੀਤ ਜੀ ਮੇਰਾ ਆਨਸਰ ਫਿਨਿਸ਼ ਨਹੀਂ ਹੋਇਆ। ਹਰਪ੍ਰੀਤ ਜੀ ਚੈਨਲ ਤੇ ਇੰਟਰਵਿਊਜ਼ ਦੇਣੇ ਨੇ ਕਿਉਂਕਿ ਮੈਂ ਉਹਨੂੰ ਪ੍ਰਮੋਟ ਕਰਨਾ ਵਾ, ਇਹਦਾ ਮਤਲਬ ਇੱਕ ਟ੍ਰਿਪ ਦੀ ਗੱਲ ਨਹੀਂ ਕਰ ਰਿਹਾ ਮੈਂ, ਇਹਦਾ ਮਤਲਬ ਕਿ ਉਹਨਾਂ ਦੇ 5 ਸਾਲ ਦਾ ਜਿਹੜਾ MP ਦਾ ਟਰਮ ਆ ਉਹ ਕਹਿ ਰਹੇ ਨੇ ਮੈਂ ਇੱਕੋ TV ਚੈਨਲ ਨੂੰ ਪ੍ਰਮੋਟ ਕਰਨਾ ਵਾ। ਹਰਪ੍ਰੀਤ ਜੀ ਇਹ ਕਦੋਂ ਗਈ ਗਈ ਆ? ਤੁਹਾਨੂੰ ਤੁਹਾਡੇ ਕੋਲ ਗਲਤ ਇਨਫੋਰਮੇਸ਼ਨ ਆ। ਉਹਨਾਂ ਨੇ ਇੰਨੀ ਗੱਲ ਕਦੀ ਨਹੀਂ ਕਹੀ ਹੈਗੀ ਕਿ ਉਹ 5 ਸਾਲ ਦੇ ਵਿੱਚ ਇੱਕੋ TV ਚੈਨਲ ਨੂੰ ਜਾਂ ਇੱਕੋ ਮੀਡੀਆ ਨੂੰ ਪ੍ਰਮੋਟ ਕਰਨਗੇ। ਉਹਨਾਂ ਨੇ ਕਦੀ ਵੀ ਜਿਹੜੇ ਆਪ ਦੇ ਕਰਮਚਾਰੀ ਆਪ ਨਾਲ ਕੰਮ ਕਰਦੇ ਨੇ ਟੋਰਾਂਟੋ, ਉਹਨਾਂ ਨੇ ਮੈਨੂੰ ਆਪ ਫੋਨ ਤੇ ਇਹ ਗੱਲ ਆਖੀ ਆ। ਉਹਨਾਂ ਆਖੀ ਸੀ ਕਿ ਹਰਪ੍ਰੀਤ ਜੀ ਸਾਡਾ ਨਾਂ ਨਾ ਲਿਓ, ਬਟ ਸਾਨੂੰ ਤੇ ਆਪ 5 ਮਿੰਟ ਮਿਲ ਰਹੇ ਨੇ। ਉਹ ਕਹਿ ਰਹੇ ਨੇ ਕਿ ਮੈਂ ਇੱਕੋ ਜਗ੍ਹਾ ਇੰਟਰਵਿਊ ਕਰਨੀ ਆ, ਇੱਕੋ ਚੈਨਲ ਦੇ ਨਾਲ ਸ਼ੋਅ ਕਰਨਾ ਵਾ। ਹੁਣ ਤੁਸੀਂ ਕਹਿ ਰਹੇ ਹੋ ਜੋ 5 ਸਾਲ ਵਾਸਤੇ MP ਨੇ, ਹੁਣ ਇਹ ਕੀ ਹੋਇਆ? MP ਹੋ ਗਏ ਕਿ ਨਾਲ ਇੱਕ TV ਚੈਨਲ ਪ੍ਰਮੋਟ ਕਰਨਾ 5 ਸਾਲ ਵਾਸਤੇ? ਹਰਪ੍ਰੀਤ ਜੀ ਕਿਤੇ ਨਾ ਕਿਤੇ ਸੈਲੀਬ੍ਰਿਟੀ ਸਟੇਟਸ ਦੀ ਗੱਲ ਤੇ ਕਰ ਹੀ ਰਹੇ ਨੇ ਉਹ। ਹਰਪ੍ਰੀਤ ਜੀ ਮੈਂ ਅਗੇਨ ਉਹੀ ਗੱਲ ਕਹਿਣਾ ਪਿਆ, ਜੇ ਸਾਡੇ ਪੰਜਾਬ ਦੇ ਵਿੱਚ ਸਿੱਧੂ ਸਾਹਿਬ ਹੈਗੇ ਆ, ਜੇ ਉਹ TV ਚੈਨਲ ਦੇ ਉੱਤੇ ਕੰਮ ਕਰਦੇ ਪਏ ਆ ਜਾਂ ਉਹ ਇੱਕ TV ਚੈਨਲ ਨਾਲ ਹੀ ਕੰਮ ਕਰਦੇ ਪਏ, ਉਹਨਾਂ ਦਾ ਕੰਟਰੈਕਟ ਹੈਗਾ ਆ, ਤਾਂ ਉਸੇ ਚੈਨਲ ਨਾਲ ਹੀ ਕੰਮ ਕਰਨਗੇ, ਉਹ ਕਿਸੇ ਹੋਰ ਚੈਨਲ ਦੇ ਕੋਲ ਨਹੀਂ ਜਾ ਸਕਦੇ। ਮੈਂ ਇੰਟਰਵਿਊ ਜਾਂ ਇੰਟਰਵਿਊ ਦੀ ਗੱਲ ਕਰ ਰਿਹਾ, ਅੱਜ ਤੱਕ ਨਵਜੋਤ ਸਿੰਘ ਸਿੱਧੂ ਨੂੰ ਜਦੋਂ ਵੀ ਅਸੀਂ ਕਾਲ ਕਰੀ, ਉਹਨਾਂ ਨੇ ਕਦੀ ਨਹੀਂ ਆਖਿਆ ਮੈਂ ਫਲਾਣੇ ਚੈਨਲ ਨਾਲ ਇੰਟਰਵਿਊ ਕਰਨੀ ਹੈ ਕਿਉਂਕਿ ਮੈਂ ਉਹਨੂੰ ਪ੍ਰਮੋਟ ਕਰਨਾ ਹੈ। ਜਦੋਂ MP ਸੀ ਉਦੋਂ ਵੀ ਸਿੱਧੂ ਸਾਹਿਬ ਦਾ ਇਹੀ ਆਨਸਰ ਹੁੰਦਾ ਸੀ। ਮੈਂ ਹੁਣ ਤੁਹਾਡੀ ਭਗਵੰਤ ਮਾਨ ਜੀ ਦੀ ਗੱਲ ਕਰ ਰਿਹਾ, ਜੋ ਕੁਝ ਭਗਵੰਤ ਮਾਨ ਜੀ ਨੇ ਗਾਂਧੀ ਜੀ ਨੂੰ ਆਖਿਆ ਮੈਂ ਇੱਕ ਸੈਲੀਬ੍ਰਿਟੀ ਹਾਂ, ਉਹ ਤੇ ਅੱਜ ਦੀ ਡੇਟ ਦੇ ਵਿੱਚ ਵੀ ਕਰ ਰਹੇ ਨੇ ਉਹ। ਹਰਪ੍ਰੀਤ ਜੀ ਅੱਜ ਦੀ ਡੇਟ ਦੇ ਵਿੱਚ ਕਰਦੇ ਪਏ ਆ, ਪਰ ਉਹਦੇ 'ਚ ਕੋਈ ਗਲਤ ਨਹੀਂ ਹੈਗਾ। ਠੀਕ ਆ, ਉਹਨਾਂ ਦਾ ਉਹਨਾਂ ਦੀ ਪਰਸਨਲ ਲਾਈਫ ਹੈਗਾ ਹੀ, ਉਹਨਾਂ ਦੀ ਪ੍ਰੋਫੈਸ਼ਨਲ ਜਿਹੜੀ ਲਾਈਫ ਹੈਗੀ ਆ ਅਪਾਰਟ ਫਰੋਮ ਬੀਇੰਗ ਐਨ MP, ਅਗਰ ਉਹ ਆਪਣੀ ਪ੍ਰੋਫੈਸ਼ਨਲ ਲਾਈਫ ਜਿਹੜਾ ਉਹਨਾਂ ਦਾ ਪਹਿਲਾਂ ਦਾ ਜਿਹੜਾ ਕੰਮ ਹੈਗਾ ਆ, ਅਗਰ ਉਹ ਕੰਮ ਦੇ ਨਾਲ ਕਿਸੇ ਪਰਟੀਕੁਲਰ ਚੈਨਲ ਨਾਲ ਐਫੀਲੀਏਟ ਹੁੰਦੇ, ਮੈਂ ਨਹੀਂ ਸਮਝਦਾ ਕਿ ਉਹ ਕੋਈ ਬੁਰੀ ਗੱਲ ਹੈਗੀ ਆ ਜਾਂ ਕੋਈ ਉਹਨਾਂ ਪਾਰਟੀ ਦੇ ਪੱਖ ਦੇ ਉੱਤੇ ਜਾਂ ਪਾਰਟੀ ਦੇ ਫਰੰਟ ਦੇ ਉੱਤੇ ਉਹ ਕੋਈ ਗਲਤ ਗੱਲ ਹੈਗੀ ਆ। ਰਣਜੀਤ ਸਿੰਘ ਜੀ ਤੁਸੀਂ ਕੀ ਕਹੋਗੇ?
ਹਰਪ੍ਰੀਤ ਜੀ ਇਕੱਲੀ ਇੱਥੇ ਉਹਨਾਂ ਨੇ ਜਿਹੜੀ ਗੱਲ ਕਰਦੇ ਹੈਗੇ ਆਪਾਂ ਕਿ ਜੀ ਉਹਨਾਂ ਨੇ ਆਹ ਗੱਲ ਕਹਿ ਦਿੱਤੀ ਉਹਨਾਂ ਨੇ ਭਗਵੰਤ ਮਾਨ ਦਾ ਸਟੇਟਸ ਇਕੱਲਾ ਇਹਦੇ ਨਹੀਂ ਉਹਨਾਂ ਨੇ ਦੋ ਤਿੰਨ ਚੈਨਲ ਵਾਲੇ ਹੋਰ ਵੀ ਕਹਾਂ ਜੀ ਮੈਂ ਫਲਾਣੇ ਚੈਨਲ ਨੂੰ ਇੰਟਰਵਿਊ ਨਹੀਂ ਦੇਣੀ ਜਾਂ ਮੈਂ ਆਹ ਨਹੀਂ ਕਰਨਾ ਜਾਂ ਮੈਂ ਉਹ ਨਹੀਂ ਕਰਨਾ ਆਮ ਤੌਰ 'ਤੇ ਉਹ ਇਕੱਲੇ MP ਨਹੀਂ ਹੈਗੇ ਉਹ ਜਿਹੜੇ ਆਮ ਆਦਮੀ ਦਾ ਸਾਂਸਦ ਦਲ ਹੈ ਨਾ ਉਹਦੇ ਹੁਣ ਲੀਡਰ ਵੀ ਹੈਗੇ ਉਹਨਾਂ ਨੂੰ ਇਹ ਵੀ ਧਿਆਨ 'ਚ ਰੱਖਣਾ ਚਾਹੀਦਾ ਹੈਗਾ ਔਰ ਜਿਸ ਤਰ੍ਹਾਂ ਭਗਵੰਤ ਮਾਨ ਉਹਨਾਂ ਨੇ ਇਹਦੇ ਵਿੱਚ ਹਰਪ੍ਰੀਤ ਮੈਂ ਜਾਣਾ ਚਾਹੂੰਗਾ ਥੋੜ੍ਹੀ ਜਿਹੀ ਵੀਡੀਓ ਕਲਿੱਪ ਹੈਗੀ ਆ ਉਹਦੇ ਵਿੱਚ ਉਹਨਾਂ ਨੇ ਕਿਹਾ ਜੀ ਫੂਲਕਾ ਹੁਣ ਹੀ ਤੁਰੇ ਫਿਰਦੇ ਹੈਗੇ ਆ ਸ਼ਾਇਦ ਭਗਵੰਤ ਮਾਨ ਨੂੰ ਇਹ ਭੁੱਲ ਗਿਆ ਕਿ HS ਫੂਲਕਾ ਉਹ ਇਨਸਾਨ ਆ ਜਿਨ੍ਹਾਂ ਨੇ ਫਰੀ ਸੇਵਾ ਕੀਤੀ ਹੈ ਸਭ ਤੋਂ ਵੱਧ ਸਿੱਖ ਕੌਮ ਦੀ ਜਦ ਤੋਂ ਨਵੰਬਰ ਦੇ ਵਿੱਚ ਦਿੱਲੀ ਦੇ ਆਪਾਂ ਕਹਿ ਦਈਏ ਕਤਲਿਆਂ ਹੋਇਆ ਸੀ ਉਹਨਾਂ ਨੇ ਕੋਈ ਵੀ ਪੈਸਾ ਨਹੀਂ ਲਿਆ ਆਪਣੇ ਤੌਰ 'ਤੇ ਲੜ ਰਹੇ ਆ ਅੱਜ ਭਗਵੰਤ ਮਾਨ ਨੂੰ ਇਹ ਲੱਗਣ ਲੱਗ ਪਿਆ ਕਿ ਫੂਲਕਾ ਉਹ ਫੂਲਕਾ ਉਹਨਾਂ ਤੋਂ ਬਹੁਤ ਵੱਡੇ ਨੇ ਜਾਂ ਅਗਰ ਉਹ ਜਿੱਤ ਗਏ ਨੇ ਅਗਰ ਭਗਵੰਤ ਮਾਨ ਦੇ ਵਿੱਚ ਇਹੋ ਜਿਹਾ ਕੁਛ ਦਿਮਾਗ ਦੇ ਵਿੱਚ ਫਤੂਰ ਹੈਗਾ ਆ ਤਾਂ ਉਹਨਾਂ ਨੂੰ ਬਹੁਤ ਜਲਦੀ ਕੱਢ ਲੈਣਾ ਚਾਹੀਦਾ ਕਿ ਉਹ ਇੱਕ ਆਮ ਪਬਲਿਕ ਦੇ ਵਿੱਚੋਂ ਗਏ ਨੇ ਕਿਉਂਕਿ ਲੋਕ ਚਾਹੁੰਦੇ ਸੀ ਚੇਂਜ ਲੋਕਾਂ ਨੇ ਅਰਵਿੰਦ ਕੇਜਰੀਵਾਲ ਦੀ ਸੋਚ ਨੂੰ ਵੋਟ ਪਾਈ ਆ ਲੋਕਾਂ ਨੇ ਭਗਵੰਤ ਮਾਨ ਨੂੰ ਵੋਟ ਨਹੀਂ ਪਾਈ ਅਗਰ ਭਗਵੰਤ ਮਾਨ ਦੇ ਦਿਮਾਗ 'ਚ ਹਾਲੇ ਵੀ ਹੈਗਾ ਆ ਇੱਕ ਪਾਸੇ ਤਾਂ ਪਹਿਲਾਂ ਗਾਂਧੀ ਹੁਣ ਨਾਲ ਗੱਲ ਕਰ ਰਹੇ ਹੈਗੇ ਆ ਦੂਜੇ ਪਾਸੇ ਹੁਣ ਇਹ ਵੀ ਕੰਫਰੈਂਸ ਦੇਖੋ ਜੀ ਕਿ ਜਿਹੜੇ ਸੰਜੇ ਸਿੰਘ ਹੈਗੇ ਆ ਪਾਰਟੀ ਦੇ ਲੀਡਰ ਉਹ ਕਹਿ ਰਹੇ ਆ ਕਿ ਇਹ ਜਿਹੜੀ ਆਡੀਓ ਰਿਲੀਜ਼ ਕੀਤੀ ਗਈ ਆ ਇਹ ਕਿਸੇ ਏਜੰਸੀ ਵੱਲੋਂ ਕੀਤੀ ਗਈ ਆ ਭਗਵੰਤ ਮਾਨ ਉਹਨੂੰ ਧਰਮਵੀਰ ਗਾਂਧੀ ਦੇ ਨਾਲ ਲੈਂਦੇ ਆ ਜਦਕਿ ਆਡੀਓ ਤੁਸੀਂ ਦੇਖਦੇ ਹੋ ਉਹ ਧਰਮਵੀਰ ਗਾਂਧੀ ਨਾਲ ਸਲਾਹੀ ਪਏ ਆ ਉਹਦੇ ਵਿੱਚ ਉਹਨਾਂ ਨੇ ਕੋਈ ਲੀਡਰ ਨਹੀਂ ਛੱਡਿਆ ਚਾਹੇ ਫੂਲਕਾ ਸਾਹਿਬ ਹੋਣ ਚਾਹੇ ਖਾਲਸਾ ਚਾਹੇ ਛੋਟੇਪੁਰ ਚਾਹੇ ਸ਼ੇਰਗਿੱਲ ਸਾਰਿਆਂ ਦੇ ਉੱਪਰ ਤਵਾ ਲਾਈ ਜਾਂਦੇ ਜੀ ਇਹ ਕੀ ਆ ਇਹ ਕੀ ਆ ਇਟ ਮੀਨਸ ਉਹ ਇਹ ਸਮਝਦੇ ਆ ਕਿ ਮੇਤੋਂ ਵਧੀਆ ਲੀਡਰ ਇਸ ਵੇਲੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਕੋਲ ਨਹੀਂ ਆ ਪਰ ਭਗਵੰਤ ਜੀ ਇੱਕ ਗੱਲ ਫੇਰ ਭੁੱਲਦੇ ਹੈਗੇ ਆ ਕਿ ਲੋਕਾਂ ਨੂੰ ਜੋ ਕਰਕੇ ਸਾਇਆ ਤੇ ਜਾ ਸਕਦਾ ਪਰ ਲੋਕਾਂ ਦੇ ਭਲੇ ਲਈ ਕੰਮ ਕਰਨੇ ਜਿਹੜੇ ਆ ਉਹ ਕਿੰਨੇ ਮੁਸ਼ਕਲ ਹੁੰਦੇ ਹੈਗੇ ਆ ਅਗਰ ਸਰਕਾਰ ਚਲਾਉਣੀ ਪੈ ਜਾਵੇ ਭਗਵੰਤ ਮਾਨ ਉਹਨਾਂ ਨੂੰ ਸਭ ਤੋਂ ਪਹਿਲਾਂ ਜਿਹੜਾ ਉਹਨਾਂ ਦਾ ਵੱਡਾ ਇਲਜ਼ਾਮ ਇਹ ਲੱਗਦਾ ਜੀ ਕਿ ਉਹ ਰਾਤ ਨੂੰ ਰੋਜ਼ ਨਸ਼ੇ ਵਾਲਾ ਬੋਲਦੇ ਆ ਦਿਨ ਨੂੰ ਅਤੇ ਰਾਤ ਨੂੰ ਖੁਦ ਆਪ ਬੋਤਲ ਕਹਿ ਰਹੀ ਆਪਾਂ ਦਾਰੂ ਕਹਿੰਦੇ ਆ ਉਹ ਪੀ ਕੇ ਸੌਂਦੇ ਹੈਗੇ ਆ ਮੈਂ ਕਾਫੀਆਂ ਨਾਲ ਗੱਲ ਕੀਤੀ ਮੈਨੂੰ ਇਹਦੇ ਬਾਰੇ ਕਲੈਰਿਟੀ ਨਹੀਂ ਸੀ ਔਰ ਕਈਆਂ ਨੇ ਤਾਇਦ ਵੀ ਕੀਤੀ ਇਸ ਗੱਲ ਦੀ ਕਿ ਗੱਲ ਬਿਲਕੁਲ ਸਹੀ ਹੈ ਜੀ ਕਿ ਉਹ ਇੰਨਾ ਕੁ ਨਸ਼ਾ ਕਰਦੇ ਹੈਗੇ ਆ ਕਿ ਰਾਤ ਤੋਂ ਸ਼ਾਮ ਨੂੰ ਕਈ ਵਾਰ ਉਹਨੂੰ ਇਹ ਵੀ ਨਹੀਂ ਪਤਾ ਲੱਗਦਾ ਉਹ ਗੱਲ ਕੀ ਰਿਹਾ ਜਿਹੜੀ ਇਹ ਆਡੀਓ ਆਈ ਹੈਗੀ ਆ ਇਹਦੇ ਵਿੱਚ ਆਪਾਂ ਦੇਖ ਸਕਦੇ ਹਾਂ ਕਿ ਕਿਤੇ ਨਾ ਕਿਤੇ ਉਹਨਾਂ ਦੀ ਜ਼ਬਾਨ ਜਿਹੜੀ ਆ ਉਹ ਲੜ ਖੜਾਉਂਦੀ ਆ ਉਹ ਭਗਵੰਤ ਮਾਨ ਜਿਹੜਾ ਕੈਸਟਾਂ ਦੇ ਵਿੱਚ ਜਿਹੜਾ ਸਟੇਜਾਂ ਦੇ ਉੱਪਰ ਖੜ ਕੇ ਤੋਤੇ ਵਾਂਗੂ ਹਰ ਗੱਲ ਕਹਿ ਰਿਹਾ ਇੱਥੇ ਉਹਦੀ ਜ਼ਬਾਨ ਕਿਤੇ ਨਾ ਕਿਤੇ ਲੜ ਖੜਾ ਰਹੀ ਹੈਗੀ ਆ ਅਗਰ ਭਗਵੰਤ ਮਾਨ ਨੂੰ ਸਭ ਤੋਂ ਪਹਿਲਾਂ ਇਹ ਕਲੀਅਰ ਕਰਨਾ ਪਏਗਾ ਕਿ ਉਹ ਕੇਸ ਤੌਰ 'ਤੇ ਵਿਚਰੇ ਨੇ ਲੋਕਾਂ ਦੇ ਵਿੱਚ ਇੱਕ ਆਮ ਆਦਮੀ ਪਾਰਟੀ ਦੇ ਵਰਕਰ ਦੇ ਤੌਰ 'ਤੇ ਵਿਚਰੇ ਨੇ ਜਾਂ ਫਿਰ ਇੱਕ ਸੈਲੀਬ੍ਰਿਟ ਦੇ ਤੌਰ 'ਤੇ ਅਗਰ ਸੈਲੀਬ੍ਰਿਟ ਤੌਰ 'ਤੇ ਨੇ ਤਾਂ ਮੇਰੇ ਖਿਆਲ 'ਚ ਫਿਰ ਅਰਵਿੰਦ ਕੇਜਰੀਵਾਲ ਨੂੰ ਸੋਚਣਾ ਚਾਹੀਦਾ ਕਿ ਇਹੋ ਜਿਹੇ ਬੰਦਿਆਂ ਦੀ ਪਾਰਟੀ ਵਿੱਚ ਥਾਂ ਹੈ ਜਾਂ ਨਹੀਂ ਮੈਂ ਗੱਲ ਕਹਿਣਾ ਚਾਹਾਂਗੀ ਰਣਜੀਤ ਜੀ ਨੇ ਗੱਲ ਕੀਤੀ ਕਿ ਭਗਵੰਤ ਮਾਨ ਸ਼ਾਇਦ ਮਤਲਬ ਕਿ ਕੁਛ ਨਸ਼ਿਆਂ ਦੀ ਨਸ਼ੇ ਕਰਦੇ ਹਨ ਜਾਂ ਫਿਰ ਸ਼ਰਾਬ ਪੀਂਦੇ ਹਨ ਅਤੇ ਉਹਨਾਂ ਦੀ ਆਵਾਜ਼ ਜਿਹੜੀ ਹੈ ਥਿਰਕਦੀ ਹੈ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਇਹ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਉਹਨਾਂ ਦੀ ਨਿੱਜੀ ਲਾਈਫ ਹੈ ਸਾਨੂੰ ਇਹਦੇ 'ਚ ਇੰਟਰਫੇਅਰ ਨਹੀਂ ਕਰਨਾ ਚਾਹੀਦਾ ਕਿਉਂਕਿ ਭਾਵੇਂ ਉਹਨਾਂ ਦੀ ਆਵਾਜ਼ ਥਿਰਕਦੀ ਹੋਵੇ ਜਾਂ ਨਹੀਂ ਥਿਰਕਦੀ ਹੋਵੇ ਮੁੱਦਾ ਇਹ ਨਹੀਂ ਹੈਗਾ ਕਿ ਉਹ ਕਿੰਨੀ ਕੁ ਡਰਿੰਕ ਕਰਦੇ ਹੈ ਅਤੇ ਕਿੰਨਾ ਕੁ ਉਹ ਨਸ਼ਾ ਕਰਦੇ ਨੇ ਅਸੀਂ ਗੱਲ ਆ ਗਈ ਹੁਣ ਵਾਪਸ ਗੱਲ ਕਰਾਂਗੇ ਮੁੱਦੇ ਦੇ ਉੱਤੇ ਕਿ ਉਹਨਾਂ ਨੇ ਬਾਕੀ ਐਗਰੀ ਕਰਦਾ ਐਕਚੁਅਲੀ ਉਹਨਾਂ ਦੀ ਪਰਸਨਲ ਲਾਈਫ ਤੇ ਸਾਨੂੰ ਕਮੈਂਟ ਨਹੀਂ ਕਰਨਾ ਚਾਹੀਦਾ ਉਹਨਾਂ ਦੀ ਪਰਸਨਲ ਲਾਈਫ ਜੋ ਮਰਜ਼ੀ ਕਰਨ ਪਰ ਜਦੋਂ ਤੁਸੀਂ ਕਿਤੇ ਬਾਹਰ ਜਾ ਕੇ ਕਹਿੰਦੇ ਰਹੋ ਨਸ਼ਾ ਹਟਾਓ ਨਸ਼ਾ ਹਟਾਓ ਤੇ ਆਪ ਨਸ਼ੇ ਕਰੋ ਡੋਂਟ ਯੂ ਥਿੰਕ ਕਿ ਉੱਥੇ ਕਮੈਂਟ ਕਰਨਾ ਬਣਦਾ ਵਾ ਪਰ ਅਗੇਨ ਇਹ ਕਿਸੇ ਨੇ ਕਹਿਤਾ ਕਿ ਹਾਂਜੀ ਉਹ ਨਸ਼ਾ ਕਰਦੇ ਹਨ ਤਾਂ ਅਸੀਂ ਵਿਸ਼ਵਾਸ ਕਰ ਲਈਏ ਕਿ ਉਹ ਨਸ਼ਾ ਕਰਦੇ ਹਨ ਕਿਸੇ ਨੇ ਨਹੀਂ ਕਹਿ ਰਹੀ ਹਰ ਰਹੇ ਜੀ ਆਮ ਆਦਮੀ ਪਾਰਟੀ ਦੇ ਵਰਕਰ ਜਿਹੜੇ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਨੇ ਉਹ ਵੀ ਕਹਿ ਰਹੇ ਨੇ ਕਿ ਡੈਫੀਨਿਟਲੀ ਉਹ ਦਾਰੂ ਕਰ ਦਿੰਦੇ ਨੇ ਅਗੇਨ ਦ ਕੁਐਸਚਨ ਕਮਸ ਕਿ ਤੁਸੀਂ ਪਰਸਨਲ ਲਾਈਫ ਤੇ ਕਿਉਂ ਅਟੈਕ ਕਰ ਰਹੇ ਹੋ ਇਸ ਤਰ੍ਹਾਂ ਤੇ ਕਈ ਸਾਰੇ ਜਿਹੇ ਲੀਡਰ ਹਨ ਉਹ ਕਈ ਸਾਰੀ ਗੱਲਾਂ ਨੂੰ ਕਹਿੰਦੇ ਹਨ ਕਈ ਸਾਰੀ ਗੱਲਾਂ ਦੀ ਪੁਸ਼ਟੀ ਕਰਦੇ ਹਨ ਕਿ ਅਸੀਂ ਉਹਨਾਂ ਤੋਂ ਕਲੀਨ ਚਿੱਟ ਉਹਨਾਂ ਨੂੰ ਦੇ ਸਕਦੇ ਹਾਂ ਕਿ ਉਹ ਕੰਮ ਨਹੀਂ ਕਰਦੇ ਹੋਣਗੇ ਨਹੀਂ ਹੋ ਸਕਦਾ ਹਰ ਕਿਸੇ ਜੇ ਪੋਲੀਟੀਕਲ ਪਾਰਟੀ ਦੀ ਤੁਸੀਂ ਗੱਲ ਕਰੋ ਉਹ ਚ ਬੈਡ ਐਪਲ ਤੇ ਬੈਡ ਔਰੇਂਜਸ ਤਾਂ ਹੋਣਗੇ ਹੀ ਹੋਣਗੇ ਠੀਕ ਹੈ ਮੈਂ ਹੁਣ ਇਹ ਨਹੀਂ ਕਹਿ ਰਹੀ ਕਿ ਹਾਂ ਜੋ ਕਿ ਭਗਵੰਤ ਮਾਨ ਜੀ ਨੇ ਉਹ ਵੀ ਹੀਜ਼ ਵਨ ਆਫ ਦ ਬੈਡ ਐਪਲਸ ਔਰ ਵਨ ਆਫ ਦ ਬੈਡ ਔਰੇਂਜਸ ਬਟ ਯੂ ਕੈਨਟ ਕੰਪੇਅਰ ਹਿਸ ਪ੍ਰਾਈਵੇਟ ਲਾਈਫ ਵਿਦ ਪਬਲਿਕ ਲਾਈਫ ਠੀਕ ਹੈ ਆਪਾਂ ਗੱਲ ਕਰਦੇ ਹਾਂ ਉਹਨਾਂ ਦੀ ਸੈਲੀਬ੍ਰਿਟੀ ਹੋਣ ਬਾਰੇ ਤੁਸੀਂ ਜਿਵੇਂ ਕਿਹਾ ਕਿ ਜਿਹਨਾਂ ਲੋਕਾਂ ਬਾਰੇ ਉਹਨਾਂ ਨੇ ਟਿੱਪਣੀ ਕੀਤੀ ਹੈ ਅਗੇਨ ਸੀ ਉਹ ਆਪਣੇ ਇੱਕ ਫਰੈਂਡ ਨਾਲ ਗੱਲ ਕਰ ਰਹੇ ਸੀ ਉਹ ਉਸਦੇ ਪੱਖ ਵਿੱਚ ਗੱਲ ਕਰ ਰਹੇ ਸੀ ਅਤੇ ਜੇ ਉਹਨਾਂ ਨੇ ਬਾਕੀ ਬੰਦਿਆਂ ਬਾਰੇ ਕੁਛ ਕਹਿ ਵੀ ਦਿੱਤਾ ਤਾਂ ਇੱਥੇ ਮੈਨੂੰ ਨਹੀਂ ਲੱਗਦਾ ਕੁਛ ਗਲਤ ਹੈ ਕਿਉਂਕਿ ਪ੍ਰੋਬਲਮ ਪਤਾ ਕੀ ਹੈ ਕਿ ਇਹ ਚੀਜ਼ ਜਿਹੜੀ ਉਹਨਾਂ ਨੂੰ ਫਰੇਮ ਕਰਨ ਦੀ ਜਾਂ ਉਹਨਾਂ ਨੂੰ ਡੀਫੇਮ ਕਰਨ ਦੀ ਜਾਂ ਫਿਰ ਆਮ ਆਦਮੀ ਪਾਰਟੀ ਨੂੰ ਡੀਫੇਮ ਕਰਨ ਦੀ ਇੱਕ ਛੋਟੀ ਜਿਹੀ ਗੱਲ ਨੂੰ ਫੜ ਕੇ ਉਹਨੂੰ ਬਹੁਤ ਵੱਡਾ ਕੀਤਾ ਜਾ ਰਿਹਾ ਪ੍ਰੋਬਲਮ ਇਹ ਹੈ ਕਿ ਪੰਜਾਬ ਪੋਲੀਟਿਕਸ ਜਿਹੜੀ ਜਿਹੜੀ ਚੱਲ ਰਹੀ ਹੈ ਇਸ ਵੇਲੇ ਉਹ 'ਚ ਕੋਈ ਪਰਟੀਕੁਲਰ ਲੀਡਰ ਦੇ ਤੌਰ 'ਤੇ ਸਾਹਮਣੇ ਆਏ ਤੁਸੀਂ ਗੱਲ ਇਹ ਵੀ ਕਹੀ ਸੀ ਕਿ ਹਾਂ ਉਹ ਆਪਣੇ ਆਪ ਨੂੰ ਸੀ ਐਮ
ਹਰਨੇਹਾ ਜੀ ਇੱਥੇ ਇੱਕ ਗੱਲ ਮੈਂ ਕਹਿਣੀ ਚਾਹੂੰਗਾ ਪਰਮਿੰਦਰ ਜੀ ਹੁਣ ਇੱਕ ਜਿਹੜਾ ਹਰਨੇਹਾ ਜੀ ਨੇ ਕਾਫੀ ਵਧੀਆ ਕੀਤੀ ਹੈ ਕਿ ਜੀ ਉਹ ਸਾਨੂੰ ਪ੍ਰਾਈਵੇਟ ਲਾਈਫ ਇਹੋ ਜਿਹੇ ਲੋਕਾਂ ਦੀ ਉਤਕ ਹੁੰਦੀ ਹੈ ਜੀ ਅਗਰ ਮੈਂ ਉਹਨਾਂ ਦੇ ਪਰਿਵਾਰ ਬਾਰੇ ਗੱਲ ਕਰਾਂ ਅਗਰ ਮੈਂ ਉਹਨਾਂ ਦੇ ਬੱਚਿਆਂ ਬਾਰੇ ਗੱਲ ਕਰਾਂ ਇਹ ਕੋਈ ਇਨਸਾਨ ਜਿਹੜਾ ਇੱਕ ਸਟੇਜ 'ਤੇ ਜੜ ਕੇ ਭਾਸ਼ਣ ਦਿੰਦਾ ਜੀ ਕਿ ਸ਼ਰਾਬ ਪੀਣੀ ਸਾਡੀ ਸਿਹਤ ਲਈ ਹਾਨੀਕਾਰਕ ਆਇਆ ਵਾ ਉਹ ਬੰਦਾ ਸ਼ਾਮ ਨੂੰ ਖੁਦ ਸ਼ਰਾਬ ਪੀਂਦਾ ਨੰਬਰ ਦੋ ਦਿੱਤੇ ਤੁਸੀਂ ਕਿਹਾ ਕਿ ਜੋ ਕੁਛ ਉਹਨਾਂ ਨੇ ਕਿਹਾ ਉਹਦੇ ਵਿੱਚ ਕੁਛ ਗਲਤ ਨਹੀਂ ਜਿਸ ਪਾਰਟੀ ਦੇ ਸਦਕੇ ਜਿਸ ਲੋਕਾਂ ਦੇ ਸਦਕੇ ਉਹ ਇੱਕ MP ਬਣੇ ਨੇ ਉਹਨਾਂ ਦੇ ਨਾਮ ਉਹਦੇ ਦੋ ਅੱਖਰ ਲੱਗੇ ਨੇ ਮੈਂਬਰ ਆਫ ਪਾਰਲੀਮੈਂਟ ਭਗਵੰਤ ਮਾਨ ਅਗਰ ਉਹ HS ਫੂਲਕਾ ਨੂੰ ਆਪਣੇ ਤੋਂ ਘੱਟ ਸਮਝਦੇ ਨੇ ਜੀ ਹਾਂ ਕਿ ਮੈਂ ਸੈਲੀਬ੍ਰਿਟੀ ਸੀ ਮੈਂ ਜਿੱਤ ਗਿਆ ਫੂਲਕਾ ਨੇ ਕੀ ਕਰ ਲਿਆ ਜਾਂ ਉਸ ਦੇ ਵੀ ਕਹਿ ਰਿਹਾ ਕਿ ਸ਼ੇਰਗਿੱਲ ਕੋਈ ਝਾੜੂ ਸੀ ਕਿਤੇ ਨਾ ਕਿਤੇ ਉਹਨਾਂ ਦੀ ਗੱਲਬਾਤ ਦੇ ਵਿੱਚੋਂ ਇੱਕ ਕਹਿ ਲਓ ਕਿ ਹਉਮੈ ਜਿਹੜੀ ਹੈਗੀ ਆ ਮੈਂ ਫਰਕ ਸਿਰਫ ਇੰਨਾ ਕਿ ਕਿਸ ਦੀ ਗੱਲ ਸਾਹਮਣੇ ਆਈ ਹੈ ਤੇ ਮੈਨੂੰ ਨਹੀਂ ਲੱਗਦਾ ਕਿ ਇਹ ਚ ਕੋਈ ਗਲਤ ਹੈ ਤੁਹਾਨੂੰ ਨਹੀਂ ਲੱਗਦਾ ਕਿ ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿੱਚ ਜਿਹੜਾ ਆ ਉਹ ਦਫਾੜ ਹੋਣ ਦੇ ਜ਼ਿਆਦਾ ਚਾਂਸ ਹੈ ਕਿਉਂਕਿ ਜਿਹੜੇ ਲੀਡਰਾਂ ਦੇ ਨਾਮ ਭਗਵੰਤ ਮਾਨ ਨੇ ਸਿੱਧੇ ਸਿੱਧੇ ਲੈਤੇ ਕਿ ਜੀ ਕਿ ਉਹਨਾਂ ਨੇ ਆਹ ਬੰਦੇ ਆ ਆਹ ਬੰਦੇ ਆ ਆਹ ਬੰਦੇ ਆ ਕੀ ਤੁਹਾਨੂੰ ਨਹੀਂ ਲੱਗਦਾ ਕਿ ਜਿਹੜੀ ਆਮ ਆਦਮੀ ਪਾਰਟੀ ਆ ਜਿਹਦੇ ਕੋਲ ਪੰਜਾਬੀ ਨੇ ਬਹੁਤ ਉਮੀਦਾਂ ਲਾਈਆਂ ਹੋਈਆਂ ਸਿਰਫ ਇੱਕ ਭਗਵੰਤ ਮਾਨ ਦੀ ਹਉਮੈ ਨੂੰ ਪੁੱਠੇ ਪਾਉਣ ਲਈ ਉਹ ਆਪਣੀ ਮੈਂ ਨੂੰ ਸਾਬਤ ਕਰਨ ਦੇ ਲਈ ਪੂਰੀ ਪਾਰਟੀ ਨੂੰ ਹੀ ਮੈਂ ਸਾਬਤ ਕਰਨਾ ਕਿ ਰੋਂਗ ਹੈ ਜਿਹੜੀ ਗੱਲ ਜੀ ਜੀ ਤੁਸੀਂ ਹੁਣੀ ਕਹੀ ਹੈ ਕਿ ਇੱਥੇ ਜਿਹੜੀ ਪਾਰਟੀ ਆ ਉਹ ਦੋ ਫਾੜ ਹੋਣ ਲੱਗੀ ਹੈ ਜਾਂ ਦੋ ਫਾੜ ਹੋਣ ਦੀ ਕਦਾਰ ਤੇ ਪਹੁੰਚ ਚੁੱਕੀ ਆ ਮੈਂ ਇੱਥੇ ਜਿਹੜੇ ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ ਆ ਉਹਨਾਂ ਦਾ ਬਿਆਨ ਵੀ ਇੱਕ ਤੁਹਾਨੂੰ ਮੈਂ ਦੱਸ ਦੇਣਾ ਚਾਹੁੰਦਾ ਉਹਨਾਂ ਦਾ ਬਿਆਨ ਆਇਆ ਹੈ ਕਿ ਅਜੇ ਤਾਂ ਹੋਰ ਬਹੁਤ ਕੁਛ ਬਾਹਰ ਆਉਣਾ ਆ ਸੋ ਕਿਤੇ ਨਾ ਕਿਤੇ ਇਹ ਟਾਰਗੇਟਿਡ ਵੀ ਹੋ ਸਕਦਾ ਮੇਰੇ ਕੰਨ ਤੇ ਬੰਦੂਕ ਰੱਖ ਕੇ ਬੁਲਵਾ ਨਹੀਂ ਰਹੇ ਜੇ ਉਹ ਕੰਮ ਹੋਵੇ ਜਾਂ ਕਿਸੇ ਨੇ ਮੇਰੀ ਫੇਕ ਵੋਇਸ ਯੂਜ਼ ਕੀਤੀ ਹੋਵੇ ਫਿਰ ਇਹਨੂੰ ਤੁਸੀਂ ਟ੍ਰੈਪ ਕਹਿ ਸਕਦੇ ਹੋ ਪਰ ਜੇ ਮੈਂ ਬੋਲ ਰਿਹਾ ਮੇਰੀ ਬਾਤ ਕੋਈ ਰਿਕਾਰਡ ਕਰ ਰਿਹਾ ਉਹ ਟ੍ਰੈਪ ਨਹੀਂ ਆ ਨਹੀਂ ਦੇਖਣ ਵਾਲੀ ਗੱਲ ਇਹ ਕਿ ਬਾਕੀ ਲੀਡਰਸ ਦੀ ਟੇਪਸ ਨਹੀਂ ਰਿਲੀਜ਼ ਹੋਈਆਂ ਤੇ ਇਸ ਦਾ ਮਤਲਬ ਇਹ ਹੈ ਕਿ ਕਿਉਂਕਿ ਭਗਵੰਤ ਮਾਨ ਦੀ ਟੇਪ ਹੋਈ ਉੱਚੇ ਉਹਨਾਂ ਨੇ ਇਹ ਗੱਲ ਕਹਿਤੀ ਤੇ ਉਹਨੂੰ ਫੜ ਕੇ ਉਹਨੂੰ ਰਿਲੀਜ਼ ਕਰ ਦਿੱਤਾ ਗਿਆ ਇਹ ਆਬਵੀਅਸਲੀ ਫਰੇਮਿੰਗ ਇਹ ਹੈ ਨਾ ਕਿ ਜੇ ਉਹਨਾਂ ਨੇ ਸਪੋਜ਼ ਕਰੋ ਇਹ 3 ਮਿੰਟ ਦੀ ਜਿਹੜੀ ਟੇਪ ਸੀਗੀ ਰਾਈਟ ਉਹਨਾਂ ਦੀ ਕਨਵਰਸੇਸ਼ਨ 15 ਮਿੰਟ ਦੀ ਹੋਈ ਹੋਵੇ ਅੱਧੇ ਘੰਟੇ ਦੀ ਹੋਈ ਹੋਵੇ ਉਸ ਤੋਂ ਇਲਾਵਾ ਕਈ ਸਾਰੀ ਕਨਵਰਸੇਸ਼ਨਸ ਉਹ ਨਹੀਂ ਰਿਲੀਜ਼ ਕੀਤੀਆਂ ਗਈਆਂ ਕੀ ਪਤਾ ਉਹਨਾਂ ਨੇ ਪਾਰਟੀ ਬਾਰੇ ਕੋਈ ਚੰਗੀ ਗੱਲਾਂ ਵੀ ਕਹੀਆਂ ਹੋਣ ਉਹ ਨਹੀਂ ਰਿਲੀਜ਼ ਕੀਤੀਆਂ ਗਈਆਂ ਬਿਲਕੁਲ ਜੇ ਇਸ ਕਨਵਰਸੇਸ਼ਨ ਦੀ ਅਸੀਂ ਸਟਾਰਟਿੰਗ ਔਰ ਐਂਡਿੰਗ ਦੀ ਗੱਲ ਕਰੀਏ ਕੋਈ ਵੀ ਸਟਾਰਟਿੰਗ ਇਹਦੀ ਹੈ ਨਹੀਂ ਗੀ ਕੋਈ ਵੀ ਐਂਡਿੰਗ ਇਹਦੀ ਹੈ ਨਹੀਂ ਗੀ ਸੋ ਕਿਤੇ ਨਾ ਕਿਤੇ ਵਿੱਚੋਂ ਬਹੁਤ ਕੁਝ ਗਾਇਬ ਹੋ ਸਕਦਾ ਆ ਔਰ ਕਿਤੇ ਨਾ ਕਿਤੇ ਪਰ ਇਹ ਵੀ ਹੋ ਸਕਦਾ ਪਰਮਿੰਦਰ ਸਿੰਘ ਜੀ ਕਿਤੇ ਨਾ ਕਿਤੇ ਇਹ ਤੋਂ ਵਰਸ ਵੀ ਹੋ ਸਕਦਾ ਹੈ ਕਿ ਲੁਕਿਆ ਹੋਵੇ ਬਿਲਕੁਲ ਹੋ ਸਕਦਾ ਬਿਲਕੁਲ ਹੋ ਸਕਦਾ ਹਰਪ੍ਰੀਤ ਜੀ ਵਰਸ ਵਾਲਾ ਹੀ ਰਿਲੀਜ਼ ਕਰਦੇ ਸਿੱਧੀ ਜੀ ਗੱਲ ਹੈ ਆਹੀ ਗੱਲ ਆ ਜੀ ਕਿਉਂਕਿ ਕੰਟਰੋਵਰਸੀ ਕ੍ਰੀਏਟ ਕਰਨੀ ਉਹਨਾਂ ਨੂੰ ਜਿੰਨਾ ਮਸਾਲਾ ਮਿਲੇਗਾ ਆਹੀ ਆਹੀ ਗੱਲ ਪਰਮਿੰਦਰ ਜੀ ਪਰਮਿੰਦਰ ਜੀ ਆਪਾਂ ਗੱਲਬਾਤ ਨੂੰ ਅੱਗੇ ਲੈ ਕੇ ਚੱਲੀਏ ਆਪਾਂ ਗੱਲਬਾਤ ਨੂੰ ਅੱਗੇ ਲੈ ਕੇ ਚੱਲੀਏ ਇਸ ਗੱਲ ਤੇ ਹੀ ਆਪਾਂ ਨਾ ਬਹਿਸ ਕਰੀ ਚੱਲੀਏ ਪੱਕੀ ਗੱਲ ਕੀਤੀ ਗਈ ਹੈ ਜੀ ਲੈਟਸ ਮੂਵ ਔਨ ਟੂ ਨੈਕਸਟ ਟਾਪਿਕ ਓਕੇ ਅਗਲਾ ਕੁਐਸਚਨ ਮੇਰਾ ਤੁਹਾਡੇ ਤਿੰਨਾਂ ਵਾਸਤੇ ਇਹ ਆ ਜੋ ਆਪਾਂ ਭਗਵੰਤ ਮਾਨ ਜੀ ਦੀ ਗੱਲ ਸੁਣੀ ਉਹ ਤੋਂ ਹੀ ਮੇਰਾ ਮੈਂ ਐਗਜ਼ੈਕਟਲੀ ਉਹਨਾਂ ਦੀ ਜੋ ਸਮਰੀ ਆ ਉਹ ਮੈਂ ਤੁਹਾਨੂੰ ਕੁਐਸਚਨ ਦੇ ਰੂਪ ਵਿੱਚ ਪੁੱਛ ਰਿਹਾ ਵਾਂ ਕਿ ਤੁਸੀਂ ਤਿੰਨੇ ਇਹ ਬਿਲੀਵ ਕਰਦੇ ਜੋ ਭਗਵੰਤ ਮਾਨ ਜੀ ਸੈਲੀਬ੍ਰਿਟੀ ਸਟੇਟਸ ਕਰਕੇ ਜਿੱਤੇ ਜਾਂ ਫਿਰ ਉਹ ਆਪ ਦੇ ਵਰਕਰ ਕਰਕੇ ਜਿੱਤੇ ਜਾਂ ਫਿਰ ਉਹ ਤਾਂ ਜਿੱਤੇ ਕਿਉਂਕਿ ਭਗਵੰਤ ਮਾਨ ਜੀ ਨੇ ਉਹ ਚਿਹਰਾ ਅੱਗੇ ਪੇਸ਼ ਕੀਤਾ ਸੀ ਜਿਹੜਾ ਕਿ ਕਰਪਸ਼ਨ ਦੇ ਖਿਲਾਫ ਬੋਲਦਾ ਸੀ ਇਹ ਜਿਹੜੀ ਗੱਲ ਇਹ ਸੈਲੀਬ੍ਰਿਟੀ ਕਰਕੇ ਨਹੀਂ ਜਿੱਤੇ ਹੈਗੇ ਇਹ ਤਾਂ ਪਹਿਲਾਂ ਵੀ ਇਲੈਕਸ਼ਨ ਲੜ ਕੇ ਦੇਖ ਚੁੱਕੇ ਉਹ PP ਵੱਲੋਂ ਵੀ ਕਿ ਉਹਨਾਂ ਦਾ ਕੀ ਹਾਲ ਹੋਇਆ ਸੀ ਇਹ ਜਿਹੜੀ ਇੱਕ ਸੋਚ ਸੀ ਜੀ ਅਰਵਿੰਦ ਕੇਜਰੀਵਾਲ ਜੀ ਸਿੰਘ ਜੀ ਮੈਂ ਤੁਹਾਨੂੰ ਤਿੰਨ ਚੋਇਸਾਂ ਦਿੱਤੀਆਂ ਨੇ ਤਿੰਨਾਂ ਚੋਂ ਕਿਹੜੀ ਕਿਹੜੀ ਚੋਇਸ ਨਾਲ ਐਗਰੀ ਕਰਦੇ ਹੋ ਪਹਿਲਾ ਉਹ ਸੈਲੀਬ੍ਰਿਟੀ ਕਰਕੇ ਜਿੱਤੇ ਦੂਜਾ ਆਪ ਦੇ ਵਰਕਰ ਕਰਕੇ ਜਿੱਤੇ ਤੀਜਾ ਆਪ ਦਾ ਵਰਕਰ ਅਤੇ ਇੱਕ ਇਦਾਂ ਦਾ ਓਨੈਸਟ ਚਿਹਰਾ ਉਹਨਾਂ ਨੇ ਸਾਹਮਣੇ ਕੀਤਾ ਪੇਸ਼ ਕੀਤਾ ਸੀ ਜਨਤਾ ਦੇ ਜਿਹੜਾ ਕਿ ਕਰਪਸ਼ਨ ਦੇ ਖਿਲਾਫ ਬੋਲਦਾ ਸੀ ਜਿਹੜਾ ਕਿ ਟੁੱਟੇ ਹੋਏ ਸਿਸਟਮ ਦੇ ਖਿਲਾਫ ਬੋਲਦਾ ਸੀ
ਪਹਿਲਾਂ ਜੀ ਉਹ ਸੈਲੀਬ੍ਰੇਟ ਕਰਕੇ ਨਹੀਂ ਜਿੱਤੇ ਹੈਗੇ, ਨੰਬਰ ਦੋ ਤੇ ਆਮ ਆਦਮੀ ਦੇ ਹੱਕ ਦੇ ਵਿੱਚ ਇਕੱਲਾ ਭਗਵੰਤ ਮਾਨ ਦੇ ਨਹੀਂ, ਬਹੁਤ ਸਾਰੇ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ ਵੋਟ ਬਹੁਤ ਜ਼ਿਆਦਾ ਭੁਗਤੀ ਹੈਗੀ ਆ। ਨੰਬਰ ਤਿੰਨ ਦੇ ਉੱਤੇ ਭਗਵੰਤ ਮਾਨ ਦਾ ਆਪਣਾ ਜਾਦੂ ਘੱਟ ਸੀ, ਉਸ ਦੇ ਉੱਪਰ ਅਰਵਿੰਦ ਕੇਜਰੀਵਾਲ ਉਹਨਾਂ ਦਾ ਔਰ ਝੜ ਦਾ ਜਾਦੂ ਜ਼ਿਆਦਾ ਸੀ। ਉਸ ਵਕਤ ਹਰਪੀ ਜੀ ਦੇਖਿਆ ਹੋਗਾ ਨਿੱਕੇ ਨਿੱਕੇ ਬੱਚੇ ਵੀ ਭਗਵੰਤ ਮਾਨ ਨੂੰ ਇਹ ਨਹੀਂ ਕਹਿ ਰਹੇ ਸੀ ਕਿ ਭਗਵੰਤ ਨੂੰ ਵੋਟ ਪਾਉਣੀ ਆ, ਉਹ ਕਹਿੰਦੇ ਸੀ ਵੋਟ ਕਿੱਥੇ ਲਾਉਣੀ, ਮੋਹਰ ਕਿੱਥੇ ਲਾਉਣੀ ਆ, ਝਾੜੂ ਉੱਤੇ ਲਾਉਣੀ ਆ। ਝਾੜੂ ਇੱਕ ਸਿੰਬਲ ਬਣ ਚੁੱਕਾ ਸੀ ਪੋਲੀਟੀਕਲ ਸਿਸਟਮ 'ਚੋਂ ਗੰਦਗੀ ਸਫਾਈ ਕਰਨ ਦਾ, ਨਾ ਕਿ ਭਗਵੰਤ ਮਾਨ। ਦਵਿੰਦਰ ਮਾਫ਼ ਕਰਨਾ ਹਰਪ੍ਰੀਤ ਜੀ, ਜਿਹੜੀ ਗੱਲ ਇੱਥੇ ਰਣਜੀਤ ਜੀ ਨੇ ਕਹੀ ਆ ਬਿਲਕੁਲ ਸਹੀ ਕਹੀ ਆ। ਤੀਜੀ ਆਪਸ਼ਨ ਜਿਹੜੀ ਹੈਗੀ ਆ ਇਹ ਕੋਂਬੀਨੇਸ਼ਨ ਸੀਗਾ, ਇਹ ਇਕੱਲਾ ਇਹ ਨਹੀਂ ਹੈਗਾ ਕਿ ਸੈਲੀਬ੍ਰਿਟ ਸਟੇਟਸ ਦੇ ਨਾਲ ਹੀ ਉਹਨਾਂ ਨੂੰ ਵੋਟ ਪਈ ਆ, ਇੱਥੇ ਕੋਂਬੀਨੇਸ਼ਨ ਹੈਗਾ ਆ। ਇੱਕ ਚਿਹਰਾ ਵੀ ਸੀਗਾ, ਇੱਕ ਜਿਹੜਾ ਚਿਹਰਾ ਆਲਰੇਡੀ ਪਹਿਲਾਂ ਤੋਂ ਆਵਾਜ਼ ਉਠਾ ਰਿਹਾ ਸੀਗਾ ਭ੍ਰਿਸ਼ਟਾਚਾਰ ਦੇ ਖਿਲਾਫ਼, ਆਲਰੇਡੀ ਇੱਕ ਚਿਹਰਾ ਜਿਹੜਾ ਬਣਿਆ ਹੋਇਆ ਸੀਗਾ ਕਿ ਇੱਕ ਬਹੁਤ ਇਮਾਨਦਾਰ ਔਰ ਸਮਾਜ ਦੇ ਪ੍ਰਤੀ ਆਪਣੀ ਜ਼ਿੰਮੇਵਾਰੀਆਂ ਨੂੰ ਨਿਭਾਉਂਦਾ ਹੋਇਆ ਆਲਰੇਡੀ ਇੱਕ ਚਿਹਰਾ ਸੀਗਾ। ਉਹਦੇ ਨਾਲ ਨਾਲ ਇੱਕ ਆਮ ਆਦਮੀ ਪਾਰਟੀ ਦਾ ਜਿਹੜਾ ਚੋਣ ਨਿਸ਼ਾਨ ਦਾ ਜਿਹੜਾ ਇੱਕ ਛਾਪ ਲੱਗੀ ਆ, ਇਹ ਦੋਨਾਂ ਦਾ ਕੰਬੀਨੇਸ਼ਨ ਜਿਹੜਾ ਸੀਗਾ ਇਹ ਉਹਨਾਂ ਨੂੰ ਜਿੱਤ ਵੱਲ ਲੈ ਕੇ ਗਿਆ ਆ। ਔਰ ਅਸੀਂ ਖੁਦ ਜਾਣਦੇ ਹਾਂ ਕਿ ਇੱਥੇ ਭਗਵੰਤ ਮਾਨ ਨੇ ਖੁਦ ਕਿੰਨੀ ਮਿਹਨਤ ਕੀਤੀ ਆ, ਇਕੱਲੇ ਇਕੱਲੇ ਬੰਦੇ ਨਾਲ ਉਹ ਪਿੰਡਾਂ ਦੇ ਵਿੱਚ ਜਾ ਕੇ ਬੱਸਾਂ ਦੇ ਵਿੱਚ ਟਰੈਵਲ ਕਰਕੇ ਉਹਨਾਂ ਨੇ ਹਰੇਕ ਤਕਰੀਬਨ ਕੋਸ਼ਿਸ਼ ਕੀਤੀ ਆ ਕਿ ਮੈਂ ਆਪਣੇ ਕੋਨਸਟੀਟੂਐਂਸੀ ਦੇ ਹਰੇਕ ਪਿੰਡ ਦੇ ਵਿੱਚ ਜਾ ਕੇ ਲੋਕਾਂ ਨਾਲ ਆਪ ਜਾ ਕੇ ਮਿਲ ਕੇ ਉਹਨਾਂ ਨਾਲ ਗੱਲਬਾਤ ਕਰਾਂ। ਅਤੇ ਮੇਰੇ ਹਿਸਾਬ ਦੇ ਨਾਲ ਇੱਕ ਉਹ ਜਿਹੜੀ ਚੀਜ਼ ਸੀਗੀ ਗਰਾਊਂਡ ਲੈਵਲ ਦੇ ਉੱਤੇ ਆ ਕੇ ਲੋਕਾਂ ਨਾਲ ਜਿਹੜਾ ਉਹਨਾਂ ਨੇ ਵਿਚਰਿਆ, ਅਤੇ ਇੱਕ ਜਿਹੜਾ ਉਹਨਾਂ ਦਾ ਆਲਰੇਡੀ ਸੈਲੀਬ੍ਰਿਟੀ ਸਟੇਟਸ ਸੀਗਾ ਉਹ ਕੋਂਬੀਨੇਸ਼ਨ ਮਿਲ ਕੇ ਉਹਨਾਂ ਨੇ ਇੱਕ MP ਦੀ ਜਿਹੜੀ ਚੋਣ ਸੀਗੀ ਉਹਨਾਂ ਨੂੰ ਜਿਤਾਈ ਆ। ਹਰਪ੍ਰੀਤ ਜੀ, ਮੇਰਾ ਮੰਨਣਾ ਹੈ ਕਿ ਤਿੰਨੋਂ ਪੁਆਇੰਟਸ ਜਿਹੜੇ ਤੁਸੀਂ ਅੱਗੇ ਰੱਖੇ ਹੈਗੇ ਮੈਂ ਤਿੰਨਾਂ ਤੋਂ ਐਗਰੀ ਕਰਦੀ ਹਾਂ। ਮੈਨੂੰ ਲੱਗਦਾ ਕਿਤੇ ਨਾ ਕਿਤੇ ਸੈਲੀਬ੍ਰਿਟੀ ਸਟੇਟਸ ਵੀ ਕਾਫੀ ਰੋਲ ਪਲੇ ਕਰਦਾ ਹੈ ਕਿਸੇ ਨਾ ਕਿਸੇ ਨੂੰ ਇਲੈਕਸ਼ਨ ਜਿਤਾਉਣ ਲਈ। ਉਸ ਤੋਂ ਬਾਅਦ ਦੂਜੀ ਗੱਲ ਜਿਹੜੀ ਤੁਸੀਂ ਕਹੀ ਕਿ ਆਮ ਆਦਮੀ ਪਾਰਟੀ ਦੇ ਸਿਧਾਂਤਾਂ ਅਤੇ ਆਮ ਆਦਮੀ ਪਾਰਟੀ ਦੇ ਚਿੰਨ੍ਹ 'ਤੇ, ਮੈਨੂੰ ਲੱਗਦਾ ਹੈ ਕਿ ਉਹ ਵੀ ਇੱਕ ਬਹੁਤ ਵੱਡਾ ਕੰਟਰੀਬਿਊਸ਼ਨ ਸੀਗਾ। ਅਤੇ ਤੀਜਾ ਜਿਹੜਾ ਤੁਸੀਂ ਪੁਆਇੰਟ ਦੱਸਿਆ ਸੀਗਾ ਉਹਦੇ ਤਾਂ ਵੀ ਮੈਂ ਬਿਲਕੁਲ ਐਗਰੀ ਕਰਦੀ ਹਾਂ, ਪਰ ਤੁਸੀਂ ਇੱਕ ਵਾਰੀ ਦੁਬਾਰਾ ਰਿਪੀਟ ਕਰ ਦਿਓਗੇ? ਤੀਜਾ ਮੇਰਾ ਜੋ ਪੁਆਇੰਟ ਸੀ ਉਹ ਇਹ ਸੀ ਕਿ ਕਿਤੇ ਨਾ ਕਿਤੇ ਜੋ ਭਗਵੰਤ ਮਾਨ ਜੀ ਨੇ ਇੱਕ ਇੱਦਾਂ ਦਾ ਚਿਹਰਾ ਪੇਸ਼ ਕੀਤਾ ਸੀ ਜਿਹਨੂੰ ਕਿ ਪੰਜਾਬ ਦੀ ਪਬਲਿਕ ਨੂੰ ਲੱਗਦਾ ਸੀ ਕਿ ਇਹ ਬੰਦਾ ਕਰਪਸ਼ਨ ਦੇ ਖਿਲਾਫ਼ ਬੋਲਦਾ ਵਾ, ਇਹ ਬੰਦਾ ਟੁੱਟੇ ਹੋਏ ਸਿਸਟਮ ਦੇ ਖਿਲਾਫ਼ ਬੋਲਦਾ, ਅਤੇ ਸ਼ਾਇਦ ਇਹ ਕੋਈ ਕਰਪਸ਼ਨ ਜਾਂ ਇਹ ਟੁੱਟੇ ਹੋਏ ਸਿਸਟਮ ਨੂੰ ਠੀਕ ਕਰਨ ਦੇ ਲਾਇਕ ਸਹੀ ਕੈਂਡੀਡੇਟ ਆ। ਐਬਸੋਲੂਟਲੀ, ਕਿਉਂਕਿ ਉਸ ਵੇਲੇ ਆਮ ਆਦਮੀ ਪਾਰਟੀ ਦੀ ਜਿਹੜੀ ਸ਼ੁਰੂਆਤ ਸੀ, ਆਮ ਆਦਮੀ ਦੀ ਜਿਹੜੀ ਪਹਿਚਾਨ ਸੀ ਜਿਵੇਂ ਕਿ ਰਣਜੀਤ ਜੀ ਨੇ ਕਿਹਾ ਕਿ ਅਸੀਂ ਕਰਪਸ਼ਨ ਨੂੰ ਹਟਾਵਾਂਗੇ, ਸਾਫ਼ ਕਰਾਂਗੇ, ਅਤੇ ਜਦ ਕੋਈ ਇਨਸਾਨ ਚੋਣ ਲੜਦਾ ਹੈ ਅਤੇ ਪਾਰਟੀ ਦੇ ਸਿਧਾਂਤਾਂ ਅਤੇ ਪ੍ਰਿੰਸੀਪਲਸ 'ਤੇ ਹੀ ਬੋਲਦਾ ਹੈ, ਅਤੇ ਉਸ ਵੇਲੇ ਮੈਨੂੰ ਯਾਦ ਹੈ ਜਦੋਂ ਚੋਣਾਂ ਹੋਈਆਂ ਸਨ ਕਾਫ਼ੀ ਪ੍ਰੋਐਕਟਿਵਲੀ ਜੋ ਕਿ ਹੈ ਭਗਵੰਤ ਮਾਨ ਜੀ ਨੇ ਕਾਫ਼ੀ ਸਪੀਚਸ ਦਿੱਤੀਆਂ ਸੀ, ਕਾਫ਼ੀ ਜੋਸ਼ ਨਾਲ ਇਹ ਗੱਲ ਕਹੀ ਸੀ, ਅਤੇ ਮੈਨੂੰ ਲੱਗਦਾ ਹੈ ਕਿ ਸ਼ਾਇਦ ਜਿਹੜੀ ਪਹਿਲਾਂ ਪਾਰਟੀ ਨਾਲ ਉਹ ਜੁੜੇ ਸੀ ਸ਼ਾਇਦ ਉੱਚੇ ਵੀ ਉਹਨਾਂ ਦੇ ਉਹੀ ਪ੍ਰਿੰਸੀਪਲ ਸੀਗੇ, ਪਰ ਆਮ ਆਦਮੀ ਪਾਰਟੀ ਨਾਲ ਨਾ ਹੀ ਉਹਨਾਂ ਨੂੰ ਸਿਰਫ ਪਲੈਟਫਾਰਮ ਮਿਲਿਆ ਪਰ ਆਪਣੀ ਸੈਲੀਬ੍ਰਿਟੀ ਸਟੇਟਸ ਨੂੰ ਲੈ ਕੇ, ਆਮ ਆਦਮੀ ਪਾਰਟੀ ਦੇ ਪਲੈਟਫਾਰਮ ਨੂੰ ਲੈ ਕੇ, ਉਹਨਾਂ ਨੇ ਪਾਰਟੀ ਦੇ ਸਿਧਾਂਤਾਂ ਨੂੰ ਲੈ ਕੇ ਆਪਣੀ ਇਹ ਜਿਹੜੀ ਹੈ ਚੋਣ ਜਿੱਤੀ ਸੀ। ਹਨੇਆ ਜੀ, ਤੁਸੀਂ ਕਿਤੇ ਨਾ ਕਿਤੇ ਸੈਲੀਬ੍ਰਿਟੀ ਸਟੇਟਸ ਨੂੰ ਵੀ ਕ੍ਰੈਡਿਟ ਦਿੱਤਾ ਵਾ, ਮੈਂ ਤੁਹਾਨੂੰ ਇਹ ਯਾਦ ਦਿਲਾ ਦੇਣਾ ਚਾਹੁੰਦਾ ਵੀ ਆਪ ਦੇ ਵੱਲੋਂ ਕਾਫ਼ੀ ਹੋਰ ਸੈਲੀਬ੍ਰਿਟੀ ਵੀ ਲੜੇ ਸੀ ਜਿਹੜੇ ਕਿ ਕਾਫ਼ੀ ਘੱਟ ਵੋਟਾਂ ਲੈ ਕੇ ਬਾਹਰ ਨਿਕਲੇ ਸੀ। ਜੇ ਤੁਸੀਂ ਵੋਟਾਂ ਦਾ ਡਿਸਟ੍ਰੀਬਿਊਸ਼ਨ ਕਰਨਾ ਚਾਹੋ ਥੋੜ੍ਹਾ ਜਿਹਾ ਮੈਨੂੰ ਦੱਸੋ ਕਿੰਨਾ ਕੁ ਸੈਲੀਬ੍ਰਿਟੀ ਕਰਕੇ ਮਿਲਿਆ ਸੀ, ਕਿੰਨਾ ਕੁ ਆਪ ਕਰਕੇ ਮਿਲਿਆ ਸੀ, ਕਿੰਨਾ ਕੁ ਇੱਕ ਓਨੈਸਟ ਪਰਸਨ ਕਰਕੇ ਮਿਲਿਆ ਸੀ, ਅੰਦਾਜ਼ਾ ਦਿਓ ਥੋੜ੍ਹਾ ਜਿਹਾ। ਸਪੋਜ਼ ਕਰੋ ਕਿ ਅਸੀਂ ਤਿੰਨਾਂ ਨੂੰ 35-35-35 ਦੇ ਮਾਰਜਨ 'ਤੇ ਰੱਖੀਏ, ਤਾਂ ਮੈਨੂੰ ਲੱਗਦਾ ਹੈ ਕਿਤੇ ਨਾ ਕਿਤੇ ਸੈਲੀਬ੍ਰਿਟੀ ਸਟੇਟਸ ਵਾਸ ਕਲੋਜ਼ ਟੂ 30%। ਰਣਜੀਤ ਸਿੰਘ ਜੀ, ਕੀ ਤੁਸੀਂ ਇਸ ਨੰਬਰ ਨਾਲ ਐਗਰੀ ਕਰਦੇ ਜੋ? ਨਹੀਂ ਹਰਪ੍ਰੀਤ ਜੀ, ਮੈਂ ਬਿਲਕੁਲ ਐਗਰੀ ਨਹੀਂ ਕਰਦਾ। 35% ਹੈਗਾ, 35 ਚੋਂ ਅਗਰ ਮੈਂ 30% ਸੈਲੀਬ੍ਰੇਟ ਹੋ, ਫਿਰ ਆਮ ਦੀ ਲੋੜ ਨਹੀਂ ਸੀ, ਫਿਰ ਤਾਂ ਪਹਿਲਾਂ ਜਿਹੜੀ ਇਲੈਕਸ਼ਨ ਲੜੀ ਸੀ ਵਿਧਾਨ ਸਭਾ ਦੀ, ਸ਼ਾਇਦ ਉਹਦੇ ਵਿੱਚ ਜਿੱਤ ਲੈਂਦੇ। ਪਾਰਟੀ ਦੇ ਸਿਧਾਂਤਾਂ ਨੂੰ 70% ਵੀ ਤਾਂ ਦੇ ਰਿਹਾ ਨਾ, ਪਰ ਇਸ ਤੋਂ ਉੱਪਰ ਮੈਂ ਉਹਨਾਂ ਨੂੰ ਲੈ ਕੇ ਨਹੀਂ ਜਾ ਸਕਦਾ, ਕਿਉਂਕਿ ਗਾਂਹ ਵੀ ਇਲੈਕਸ਼ਨ ਹੋਣੀ ਆ ਨੇ, ਜੋ ਹੁਣ ਉਹਨਾਂ ਦੇ ਹਲਕੇ ਦੇ ਵਿੱਚ ਹੀ ਇੱਕ ਇਲੈਕਸ਼ਨ ਹੋ ਕੇ ਰਹੀ ਆ, ਬਾਈ ਇਲੈਕਸ਼ਨ ਉਹਦੇ ਵਿੱਚ ਉਹ ਖੁਦ ਰੋਂਦੇ ਦਿਖਾਈ ਦੇ ਰਿਹਾ ਹੈਗਾ, ਕਿਉਂਕਿ ਲੋਕਾਂ ਨੇ ਆਮ ਕਹਿ ਦਿੱਤਾ ਸੀ ਕਿ ਅਸੀਂ ਭਗਵੰਤ ਮਾਨ ਨੂੰ ਵੋਟ ਪਾ ਕੇ ਪਹਿਲਾਂ ਬਹੁਤ ਵੱਡੀ ਗਲਤੀ ਕਰ ਲਈ ਹੈਗੀ। ਤੇ ਪਰਮਿੰਦਰ ਜੀ, ਤੁਸੀਂ ਥੋੜਾ ਹਾਈਲਾਈਟ ਕਰੋ ਕਿ ਤੁਸੀਂ ਗੱਲ ਕਹੀ ਸੀ ਕਿ ਭਗਵੰਤ ਮਾਨ ਪਹਿਲਾਂ ਵੀ ਕਾਫੀ ਜਿਹੜੀ ਉਹਨਾਂ ਦੇ ਆਊਟਸਪੋਕਨ ਰਹੇ ਹਨ, ਕਿਹੜੇ ਕਿਹੜੇ ਮੁੱਦਿਆਂ ਤੇ ਉਹ ਇਲੈਕਸ਼ਨ ਲੜਨ ਤੋਂ ਪਹਿਲਾਂ ਵੀ ਆਊਟਸਪੋਕਨ ਸੀਗੇ? ਇੱਥੇ ਬਿਲਕੁਲ ਆਹ ਗੱਲ ਜਿਹੜੀ ਹੈਗੀ ਆ ਹਰਪ੍ਰੀਤ ਜੀ, ਮੈਂ ਇਹਦੇ ਵੱਲ ਵੀ ਨਜ਼ਰ ਦਿਵਾਉਣੀ ਚਾਹੁੰਦਾ ਕਿ ਭਗਵੰਤ ਮਾਨ ਸ਼ੁਰੂ ਤੋਂ ਹੀ, ਚਾਹੇ ਉਹ ਜਦੋਂ ਐਜ਼ ਅ ਕਲਾਕਾਰ ਸਟੇਜ 'ਤੇ ਜਾਂਦੇ ਸੀਗੇ, ਉਹ ਸਮਾਜ ਦੇ ਪ੍ਰਤੀ ਆਪਣੀ ਰਿਸਪੋਂਸੀਬਿਲਟੀ ਨੂੰ ਬਹੁਤ ਵਧੀਆ ਤਰੀਕੇ ਨਾਲ ਨਿਭਾਉਂਦੇ ਸੀਗੇ, ਸਮਾਜ ਦੀਆਂ ਕੁਰੀਤੀਆਂ ਨੂੰ ਹਮੇਸ਼ਾ ਆਪਣੇ ਕਿਸੇ ਵੀ ਸਟੇਜ ਦੇ ਉੱਤੇ ਲਿਜਾ ਕੇ ਉਸਨੂੰ ਨਸ਼ਰ ਕਰਦੇ ਸੀਗੇ। ਕਿਹੜੀ ਕਿਹੜੀ ਸਮਾਜ ਦੀਆਂ ਕੁਰੀਤੀਆਂ ਦੀ ਗੱਲ ਕਰ ਰਹੇ ਤੁਸੀਂ? ਹਰਪ੍ਰੀਤ ਜੀ, ਬਹੁਤ ਸਾਰੀਆਂ ਸੀਗੀਆਂ, ਚਾਹੇ ਉਹ ਕੁੱਖਾਂ
ਬਿਲਕੁਲ ਹੋ ਬਿਲਕੁਲ ਔਰ ਉਹਦੇ ਨਾਲ ਪਰ ਨਸ਼ੇ ਤੇ ਰਣਜੀਤ ਸਿੰਘ ਜੀ ਨੂੰ ਆਬਜੈਕਸ਼ਨ ਆ ਉਹਦੇ ਕਿ ਬਾਹਰ ਇਹ ਲੈਕਚਰ ਦਿੰਦੇ ਨਸ਼ਾ ਨਾ ਕਰੋ ਨਸ਼ਾ ਨਾ ਕਰੋ ਤੇ ਆਪ ਸਵੇਰੇ ਸਾਮ ਨਸ਼ੇ ਤੋਂ ਤਰਿੰਦੇ ਨੇ ਹਰਪ੍ਰੀਤ ਜੀ ਇਹਨਾਂ ਨੂੰ ਕਲੀਨ ਚਿਟ ਦੇਣਾ ਚਾਹੋਗੇ ਬਿਲਕੁਲ ਮੈਂ ਉਹਨਾਂ ਨੂੰ ਕਲੀਨ ਚਿਟ ਦੇਣਾ ਚਾਹੂੰਗਾ ਇੱਥੇ ਤੁਸੀਂ ਉਸ ਆਦਮੀ ਨੂੰ ਭਾਵੇਂ ਮੈਂ ਹੋਵਾਂ ਮੈਂ 24 ਘੰਟੇ ਭਾਸ਼ਣ ਦੇਵਾਂ ਨਸ਼ਾ ਨਾ ਕਰੋ ਨਸ਼ਾ ਨਾ ਕਰੋ ਤੇ ਸਵੇਰੇ ਸ਼ਾਮ ਮੈਂ ਨਸ਼ਾ ਕਰਾਂ ਤੁਸੀਂ ਮੈਨੂੰ ਕਲੀਨ ਚਿਟ ਦੇਵੋਗੇ ਕੋਈ ਸਬੂਤ ਹੈਗਾ ਹਰਪ੍ਰੀਤ ਜੀ ਕੋਈ ਕਿਸੇ ਨੇ ਪੀਂਦੇ ਹੋਏ ਉਹਨਾਂ ਨੂੰ ਦੇਖਿਆ ਹਰਪ੍ਰੀਤ ਜੀ ਆਪਣੇ ਕਮੈਂਟ ਦੇ ਕਿੰਨੇ ਚਾਹੀਦੇ ਆ ਨਹੀਂ ਕਿੰਨੇ ਚਾਹੀਦੇ ਆ ਨਹੀਂ ਉਹਨਾਂ ਨੂੰ ਕੋਈ ਕੋਈ ਮੀਡੀਆ ਦੇ ਵਿੱਚ ਗੱਲ ਸਾਹਮਣੇ ਆਈ ਆ ਕਿੰਨੀ ਆਈਆਂ ਜੀ ਨਹੀਂ ਕੋਈ ਕੋਈ ਤੁਹਾਡੀ ਤੁਹਾਨੂੰ ਤਲਵੰਡੀ ਸਾਹਿਬ ਦੀ ਯਾਦ ਹੋਣੀ ਹੈ ਕਿ ਪੱਤਰਕਾਰ ਨੂੰ ਪੁੱਛਿਆ ਸੀ ਕਿ ਭਗਵੰਤ ਮਾਨ ਜੀ ਦਿਨੇ ਪੀ ਬੈਠੇ ਹੋ ਕੀ ਚੱਕਰ ਆ ਇਹ ਕਿਸੇ ਮੇਨ ਸਟ੍ਰੀਮ ਮੀਡੀਆ ਉੱਤੇ ਕੋਈ ਗੱਲ ਨਹੀਂ ਆਈ ਸੀ ਇਹ ਸਿਰਫ ਤੇ ਸਿਰਫ ਅਫਵਾਹਾਂ ਉੱਡ ਰਹੀਆਂ ਇੱਥੇ ਮੈਂ ਬਿਲਕੁਲ ਮੰਨਣ ਨੂੰ ਤਿਆਰ ਨਹੀਂ ਹੈਗਾ ਔਰ ਇਸ ਤੋਂ ਇਲਾਵਾ ਬਹੁਤ ਸਾਰੀਆਂ ਇੱਥੇ ਸੋਸ਼ਲ ਗੱਲਾਂ ਦੀ ਗੱਲ ਹੋ ਰਹੀ ਹੈ ਕਿ ਹਾਂ ਭਗਵੰਤ ਮਾਨ ਕਿਹੜੀਆਂ ਕਿਹੜੀਆਂ ਗੱਲਾਂ ਨੂੰ ਲੈ ਕੇ ਪ੍ਰੋਐਕਟਿਵ ਸੀਗੇ ਉਹ ਬਹੁਤ ਜ਼ਿਆਦਾ ਉਹਨਾਂ ਨੇ ਸਮਾਜ ਦੇ ਪ੍ਰਤੀ ਜਿਹੜੀਆਂ ਵੀ ਹੋਰ ਜ਼ਿੰਮੇਵਾਰੀਆਂ ਹੈਗੀਆਂ ਆਪਣੀਆਂ ਨਿਭਾਉਂਦੇ ਰਹੇ ਆ ਚਾਹੇ ਉਹ ਭ੍ਰਿਸ਼ਟਾਚਾਰ ਹੋਵੇ ਚਾਹੇ ਕੁਛ ਹੋਰ ਹੋਵੇ ਸੋ ਇਹ ਮੁੱਦਿਆਂ ਨੂੰ ਲੈ ਕੇ ਹਮੇਸ਼ਾ ਤੋਂ ਉਹ ਜਿਹੜਾ ਆ ਆਪਣੀ ਆਵਾਜ਼ ਬੁਲੰਦ ਕਰਦੇ ਰਹੇ ਜੇ ਹੁਣ ਇੱਕ ਪੋਲੀਟੀਕਲੀ ਐਕਟਿਵ ਹੋ ਕੇ ਉਹਨਾਂ ਨੇ ਇੱਕ ਆਮ ਆਦਮੀ ਪਾਰਟੀ ਦੇ ਬੈਨਰ ਦੇ ਹੇਠ ਇਹ ਚੋਣ ਲੜ ਕੇ ਅਗਰ ਜਿੱਤੀ ਆ ਤੇ ਮੈਂ ਨਹੀਂ ਸਮਝਦਾ ਕਿ ਇਸ ਚੀਜ਼ ਨੂੰ ਤੁਸੀਂ ਇਹ ਮੁੱਦਾ ਬਣਾਓ ਕਿ ਹਾਂਜੀ ਉਹ ਸੈਲੀਬ੍ਰਿਟੀ ਸਟੇਟਸ ਕਰਕੇ ਜਿੱਤੇ ਆ ਜਾਂ ਉਹ ਆਮ ਆਦਮੀ ਪਾਰਟੀ ਕਰਕੇ ਜਿੱਤੇ ਆ ਇਹ ਦੋਨਾਂ ਦਾ ਕੰਬੀਨੇਸ਼ਨ ਸੀਗਾ ਇੱਕ ਬਹੁਤ ਵਧੀਆ ਚਿਹਰਾ ਇੱਕ ਬਹੁਤ ਵਧੀਆ ਪਛਾਣ ਉਹਨਾਂ ਦੀ ਪਹਿਲਾਂ ਹੀ ਸੀਗੀ ਆਮ ਆਦਮੀ ਪਾਰਟੀ ਦੇ ਨਾਲ ਠੱਪਾ ਲੱਗਣ ਤੇ ਉਹਨਾਂ ਨੂੰ ਇੱਕ ਜਿਹੜਾ ਐਡਵਾਂਟੇਜ ਜ਼ਰੂਰ ਮਿਲਿਆ ਸੀਗਾ ਜਿਹੜੀ ਵੇਵ ਆ ਨਾ ਜੀ ਜਿਹੜੀ ਵੇਵ ਚੱਲ ਰਹੀ ਹੈਗੀ ਆ ਉਹਦੇ ਉੱਤੇ ਮੈਂ ਗੱਲ ਕਰਾਂਗਾ ਤੇ ਦੀ ਗੱਲ ਕਰਿਆ ਉਹ ਵੇਖ ਦੀ ਵੇਵ ਦੀ ਵੇਵ ਦੇ ਕਰਕੇ ਹੀ ਅਗਰ ਜਿੱਤਿਆ ਤੇ ਹਰਿੰਦਰ ਸਿੰਘ ਖਾਲਸਾ ਜਿੱਤਿਆ ਜਦਕਿ ਲੋਕਾਂ ਨੂੰ ਪਤਾ ਵੀ ਨਹੀਂ ਸਾਡੇ ਇਲਾਕੇ 'ਚ ਫੜਿਆ ਕੌਣ ਆ ਵੇਵ ਕਰਕੇ ਜਿੱਤਿਆ ਪ੍ਰੋਫੈਸਰ ਸਾਧੂ ਸਿੰਘ ਜਿੱਤਿਆ ਫਰੀਦ ਦੇ ਕੋਰਟ ਤੋਂ ਜਿੱਤਿਆ ਹੈਗਾ ਆ ਇਸ ਦੇ ਨਾਲ ਮੈਂ ਗੱਲ ਕਰਦਾ ਹੁਸ਼ਿਆਰਪੁਰ 'ਚ ਕਿੰਨੀ ਵੋਟ ਪਈ ਆ ਝਾੜੂ ਨੂੰ ਉਹ ਤੇ ਈਵਨ ਪਿੰਡਾਂ ਵਿੱਚ ਵੀ ਨਹੀਂ ਜਾ ਸਕੇ ਜਲੰਧਰ ਵਿੱਚ ਕਿੰਨੀ ਵੋਟ ਪਈ ਆ ਝਾੜੂ ਨੂੰ ਤੁਹਾਨੂੰ ਪਤਾ ਕਿ ਉਹਨਾਂ ਨੇ ਸ਼ਹਿਰ ਤੋਂ ਬਾਹਰ ਕਦਮ ਨਹੀਂ ਰੱਖਿਆ 2.5-3 ਲੱਖ ਵੋਟ ਅਗਰ ਤੁਸੀਂ ਮੈਨੂੰ ਇਹ ਇਕੱਲਾ ਕਹੀ ਜਾਂਦੇ ਜੀ ਕਿ ਭਗਵੰਤ ਮਾਨ ਆਪਣੇ ਸੈਲੀਬ੍ਰਿਟੀ ਜਿੱਤ ਗਿਆ ਪਹਿਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਜਿੱਥੇ ਇੱਕੋ ਵਿਧਾਨ ਸਭਾ ਹਲਕਾ ਕਵਰ ਕਰਨਾ ਸੀ ਉਦੋਂ ਭਗਵੰਤ ਮਾਨ ਨੇ ਕਿੱਥੇ ਸੀਗੇ ਇਹ ਚੀਜ਼ ਦੇ ਬਾਰੇ ਮੈਂ ਥੋੜ੍ਹਾ ਜਾਣਨਾ ਚਾਹੂੰਗੇ ਪਰਮਿੰਦਰ ਸਿੰਘ ਜੀ ਤੁਸੀਂ ਨਹੀਂ ਮੰਨਦੇ ਮੈਂ ਬਿਲਕੁਲ ਮੰਨਦਾ ਜੀ ਇਸ ਚੀਜ਼ ਦੀ ਕੰਟਰੀਬਿਊਸ਼ਨ ਹਮੇਸ਼ਾ ਰਹੀ ਆ ਤੇ ਰਿਸ਼ਦ ਅੱਗੇ ਜਾ ਕੇ ਵੀ ਰਹੂਗੀ ਪੰਜਾਬ ਦੇ ਵਿੱਚ ਕੋਈ ਵੀ ਚਿਹਰਾ ਅਗਰ ਆਉਂਦਾ ਆ ਅਗਰ ਉਹ ਅੱਗੇ ਆਉਂਦਾ ਪਿਆ ਹੈ ਤੇ ਡੈਫੀਨੇਟਲੀ ਇੱਕ ਉਹਨਾਂ ਦੀ ਪਛਾਣ ਜਿਹੜੀ ਹੈਗੀ ਆ ਆਲਰੇਡੀ ਬਣੀ ਹੋਈ ਆ ਆਲਰੇਡੀ ਅਗਰ ਉਹ ਮੀਡੀਆ ਦੇ ਵਿੱਚ ਹੈਗੇ ਆ ਉਹ ਪਛਾਣ ਹਮੇਸ਼ਾ ਹਰ ਇੱਕ ਦੀ ਹੈਲਪ ਕਰਦੀ ਆ ਚਾਹੇ ਰਣਜੀਤ ਜੀ ਕਹਿ ਰਹੇ ਹੈ ਕਿ ਰਣਜੀਤ ਸਿੰਘ ਜੀ ਦੇ ਪਿਛਲੀ ਗੱਲ ਦਾ ਜਵਾਬ ਦਿਓ ਪੀਪੀ ਤੋਂ ਕਿਉਂ ਨਹੀਂ ਜਿੱਤੇ ਸੀ ਕਿਉਂਕਿ ਸੈਲੀਬ੍ਰਿਟੀ ਉਹ ਉਦੋਂ ਵੀ ਸੀ ਬਿਲਕੁਲ ਹਰਪ੍ਰੀਤ ਜੀ ਉਸ ਟਾਈਮ ਦੇ ਉੱਤੇ ਵੀ ਸੈਲੀਬ੍ਰਿਟੀ ਸੀਗੇ ਮੈਂ ਇਹ ਨਹੀਂ ਕਹਿੰਦਾ ਕਿ ਸੈਲੀਬ੍ਰਿਟੀ ਨਹੀਂ ਸੀਗੇ ਪਰ ਉਸ ਟਾਈਮ ਦੇ ਉੱਤੇ ਇੱਕ ਜਿਹੜੀ ਵੇਵ ਸੀਗੀ ਉਹ ਇੰਨੀ ਨਹੀਂ ਸੀ ਬਣਾ ਪਾਏ ਔਰ ਉਸ ਟਾਈਮ ਦੇ ਉੱਤੇ ਵੋਟਾਂ ਕਾਫੀ ਲੈ ਕੇ ਗਏ ਸੀਗੇ ਪਰ ਉਸ ਟਾਈਮ ਦੇ ਵੋਟਾਂ ਸਿਰਫ ਉਹ ਐਂਟੀ ਜਿਹੜੀਆਂ ਅਕਾਲੀ ਦਲ ਸੀਗੀਆਂ ਉਹ ਲੈ ਕੇ ਗਏ ਸੀਗੇ ਹਰਪ੍ਰੀਤ ਜੀ ਮੈਂ ਪਰਮਿੰਦਰ ਜੀ ਨੂੰ ਯਾਦ ਦਿਵਾਉਣਾ ਚਾਹੁੰਦਾ ਥੋੜ੍ਹਾ ਜਿਹਾ ਭਗਵੰਤ ਮਾਨ ਉਹਨਾਂ ਬਾਰੇ ਕਿ ਜਿਹੜੀ ਇਹਨਾਂ ਨੇ ਗੱਲ ਕਰ ਰਹੇ ਹੈਗੇ ਆ ਕਿ ਜੀ ਭਗਵੰਤ ਮਾਨ ਉਹਨੇ ਸੈਲੀਬ੍ਰੇਟ ਸਭ ਤੋਂ ਪਹਿਲਾਂ ਭਗਵੰਤ ਮਾਨ ਉਹਨਾਂ ਨੇ ਪਾਰਟੀ ਜੁਆਇਨ ਕੀਤੀ ਸੀ ਜੀ ਬਲਵੰਤ ਸਿੰਘ ਰਾਮੂ ਹੋਣਾ ਦੀ ਲੋਕ ਭਲਾਈ ਪਾਰਟੀ ਉੱਥੇ ਗੱਲ ਦੀ ਬੜੀ ਛਾਲ ਮਾਰ ਕੇ ਆ ਗਿਆ ਪੀਪੀਵੀ ਦੇ ਵਿੱਚ ਜਦੋਂ ਦੇਖਾਂਗੇ ਪੀਪੀਵੀ ਦੇ ਵਿੱਚ ਵੀ ਮਨਪ੍ਰੀਤ ਬਾਦਲ ਦਾ ਕੱਦ ਬੁੱਤ ਸਾਡੇ ਤੋਂ ਇਹਨਾਂ ਤੋਂ ਕਾਫੀ ਵੱਡਾ ਹੈਗਾ ਉੱਥੋਂ ਇਹਨਾਂ ਨੇ ਬਿਨਾਂ ਰਿਜ਼ਾਈਨ ਕੀਤੇ ਇਹ ਗੱਲ ਗਲਤ ਹੈਗੀ ਆ ਰਣਜੀਤ ਜੀ ਦੇਖੋ ਪੀਪੀਪੀ ਨੂੰ ਛੱਡ ਕੇ ਇਹ ਆਏ ਹੈਗੇ ਆ ਰਿਜ਼ਾਈਨ ਕਰਨ ਦੀ ਇਹ ਗੱਲ ਸ਼ਾਇਦ ਮਨਪ੍ਰੀਤ ਬਾਦਲ ਨੂੰ ਸ਼ਾਇਦ ਪਸੰਦ ਨਹੀਂ ਆਈ ਸੀਗੀ ਕਿ ਮੈਂ ਆਪਣੀ ਪਾਰਟੀ ਮਰਜ ਨਹੀਂ ਕਰਨੀ ਅੱਜ ਦੀ ਡੇਟ ਦੇ ਵਿੱਚ ਚਾਹੇ ਉਹ ਅਫਵਾਹਾਂ ਉੱਡ ਰਹੀਆਂ ਕਿ ਪੀਪੀਪੀ ਜਿਹੜੀ ਹੈਗੀ ਆ ਕਾਂਗਰਸ ਦੇ ਵਿੱਚ ਮਰਜ ਹੋ ਰਹੀ ਆ ਤੇ ਉਸ ਟਾਈਮ ਦੇ ਉੱਤੇ ਮੈਨੂੰ ਲੱਗਦਾ ਹੈ ਕਿ ਇਹਨਾਂ ਦਾ ਆਪ ਜਿਹੜਾ ਮਨਪ੍ਰੀਤ ਬਾਦਲ ਸੀਗੇ ਉਹਨਾਂ ਦਾ ਕੋਈ ਜਿਹੜੇ ਡੀਲ ਆਮ ਆਦਮੀ ਪਾਰਟੀ ਤੋਂ ਵਿਚਾਰ ਰਹੇ ਸੀਗੇ ਸ਼ਾਇਦ ਉਹ ਸਕਸੈਸਫੁਲ ਨਾ ਹੋਈ ਹੋਵੇ ਅਗਰ ਭਗਵੰਤ ਮਾਨ ਉਸ ਟਾਈਮ ਦੇ ਉੱਤੇ ਆਏ ਹੈਗੇ ਆ ਵਧੀਆ ਗੱਲ ਸੀਗੀ ਇੱਕ ਵਧੀਆ ਵੇਵ ਬਣੀ ਹੋਈ ਸੀਗੀ ਉਸ ਵੇਵ ਨੂੰ ਸਕਸੈਸਫੁਲ ਬਣਾਉਣ ਦੇ ਵਿੱਚ ਉਹਨਾਂ ਦੇ ਸੈਲਿਬ੍ਰਿਟੀ ਸਟੇਟਸ ਨੇ ਔਰ ਆਮ ਆਦਮੀ ਪਾਰਟੀ ਦੇ ਇੱਕ ਜਿਹੜੀ ਸੋਚ ਸੀ ਅਗਰ ਸੈਲਿਬ੍ਰਿਟੀ ਸਟੇਟਸ ਦੀ ਗੱਲ ਕਰਦੇ ਆ ਪਰਮਿੰਦਰ ਜੀ ਤੁਸੀਂ ਤਾਂ ਮੈਨੂੰ ਹਰਿੰਦਰ ਸਿੰਘ ਖਾਲਸਾ ਦੱਸੋ ਕਿਹੜਾ ਸੈਲਿਬ੍ਰਿਟੀ ਸਟੇਟਸ ਹੈਗਾ ਆ ਨਾ ਦਾ ਪ੍ਰੋਫੈਸਰ ਸਾਧੂ ਸਿੰਘ ਦਾ ਕਿਹੜਾ ਹੈਗਾ ਉਹਦੇ ਤੇ ਸੈਲਿਬ੍ਰਿਟੀ ਹੈ ਉਹ ਜੀ ਉਹਨਾਂ ਲੋਕਾਂ ਦਾ ਗਏ ਵੀ ਉਹਦੇ ਲੋਕਾਂ ਦੇ ਗਏ ਸੀਗੇ ਉਹਨਾਂ ਦੇ ਲਈ ਫਿਰ ਵੀ ਦਿੱਤੇ ਹੈਗੇ ਜੀ ਉੱਥੇ ਐਂਟੀ ਜਿਹੜੀ ਅਕਾਲੀ ਦਲ ਸੀਗੀ ਵੋਟ ਉੱਥੇ ਉਹਨਾਂ ਨੂੰ ਕਾਮਯਾਬ ਨਹੀਂ ਸੀ ਸੰਗਰੂਰ ਵਿੱਚ ਨਹੀਂ ਸੀ ਬਾਕੀ ਇਹ ਕੱਲ ਸੰਗਰੂਰ ਦੀ ਗੱਲ ਨਹੀਂ ਹੈਗੀ ਪੂਰੇ ਪੰਜਾਬ ਦੀ ਪੂਰੇ ਹਿੰਦੁਸਤਾਨ ਦੀ ਗੱਲ ਕਰ ਰਹੇ ਹਾਂ ਇਹ ਉਹਨਾਂ ਨੇ ਸੈਲਿਬ੍ਰਿਟੀ ਸਿਲੈਕਸ਼ਨ ਕਰਕੇ ਜਿੱਤੇ ਹੈਗੇ ਆ ਥੋੜੀ ਜਿਹੀ ਸ਼ਾਂਤੀ ਬਣਾਓਗੇ ਥੋੜੀ ਜਿਹੀ
मैं अगला क्वेश्चन अपना गलबात अगे लैके चलते हैं। सेम क्वेश्चन मैं फिर तो तुहानू पुछदा वा परमिंदर सिंह ते हरनिया जी, तुसी कितने ना कितने मानते हो कि आप दा उन्हां दी वोटां विच योगदान हैगा वा, राइट जी? Yes. ते जेड़े हुण भगवंत मान जी दी ऑडियो क्लिप आई है जिच कि ए कहन डिया मैं सैलिब्रिटी स्टेटस करके जित्तिया वा, ते कितने ना कितने भगवंत मान जी ये गल गलत कहन डिया कि आप पार्टी दा हुण भगवंत मान जी दे खिलाफ एक्शन लेना बनदा है कि नहीं? एब्सोल्युटली नॉट। व्हाई नॉट? दरमियान किसी पक्ष नूं लैके नहीं, अगर किसी तीसरे बंदे दे नाल नहीं कोई पॉइंट क्लियर हुंदा उहनां दा, अगर हैगा तां तुसीं डेफिनेटली इह गल कर सकदे आ। अपनी गल पूरी कर लो, उसके बाद रणजीत सिंह जी तुसी बोलियो। नहीं बोलिया उन्होंने, कोई प्रेस कॉन्फ्रेंस आयोजित करके नहीं बोलिया कि हाँ, या फिर फेसबुक से जाके या ट्विटर से जाके या सोशल मीडिया से उन्होंने फैलाया हो मैं ये सोचता पार्टी बारे, मैं वो सोचता, तां तो तुसी उन्होंने डिसमिस भी करो। दो कलीग्स ने आपस की गल की, तुसी छोटी जी गल नु अगेन तुसी पूरी टेप ला के दिखाओ, पूरी कॉन्वर्सेशन ला के दिखाओ, फिर असी गल करांगे। रणजीत सिंह जी, हरप्रीत जिस तरह इन्होंने कहा कि जी उन्होंने कोई पार्टी खिलाफ गल नहीं बोली, एक दोनों मानते हैं धर्मवीर गांधी और भगवंत मान कि यह छे महीने पुरानी टेप हैगी। हरप्रीत जी अगर तुम टेप ध्यान न सुनी होने लीडर के नाम लै गया और खालसा जी अपने बंदे लै गया, फूल करना चाह रहा रणजीत सिंह जी थोड़ी जी शांति बनाई रखो, सारे जने सवाल है मेरा एक बहुत वड्डा सवाल है। परमिंदर सिंह जी का कमेंट करना है, तो गो अहेड प्लीज परमिंदर सिंह। रणजीत जी और हरप्रीत जी इतने एक सवाल जो सत्तों वड्डा होड़ दा पिया है कि ये असीं बहुत चंगी तरह असीं इसनूं एग्री कर सकते हैं कि ये इस टेप दे विच बहुत सारी जिहड़ी अग्गियों या पिछों जिहड़ी कटिंग हैगी आ उह कीती गई है। हरनिया जी, ਤੁਸੀਂ ਦੋਵੇਂ ਜੋ ਗੱਲ ਕਹਿ ਰਹੇ ਹੋ ਜੋ ਕਿ ਸਾਰੀ ਟੇਪ ਸਾਹਮਣੇ ਨਹੀਂ ਹੈ, ਮੈਂ ਤੁਹਾਡੀ ਦੋਵਾਂ ਨਾਲ ਕਿਤੇ ਨਾ ਕਿਤੇ ਐਗਰੀ ਕਰਦਾ, ਪਰ ਇਹ ਮੁੱਦਾ ਤਾਂ ਹੁੰਦਾ ਜੇ ਭਗਵੰਤ ਮਾਨ ਜੀ ਅੱਜ ਆਪਣੀ ਇੰਟਰਵਿਊ ਵਿੱਚ ਆਉਂਦੇ ਕਿ ਸਾਰੀ ਟੇਪ ਸਾਹਮਣੇ ਲਿਆਓ। ਭਗਵੰਤ ਮਾਨ ਜੀ ਨੇ ਇੱਦਾਂ ਦੀ ਕੋਈ ਗੱਲ ਨਹੀਂ ਕੀਤੀ, ਉਹਨਾਂ ਨੇ ਸਿਰਫ
ਉਹਨਾਂ ਨੇ ਜੋ ਜੇ ਕੋਈ 1% ਵੀ ਭਗਵੰਤ ਮਾਨ ਜੀ ਨੂੰ ਲੱਗਦਾ ਨਾ ਮੇਰੀ ਸਾਰੀ ਟਿਪ ਸਾਹਮਣੇ ਆਉਣ ਨਾਲ ਮੇਰੇ ਉੱਤੇ ਇੱਕ ਮੇਰੇ ਤੋਂ ਇਹ ਇਲਜ਼ਾਮ ਮੇਰੇ ਤੋਂ ਮੈਨੂੰ ਕੁਐਸਚਨ ਨਹੀਂ ਪੁੱਛੇ ਜਾਣਗੇ ਜਾਂ ਮੈਂ ਐਂਟੀ ਆਪ ਦੇ ਕਟਗਹਿਰੇ ਵਿੱਚੋਂ ਬਾਹਰ ਨਿਕਲੂੰਗਾ ਅਤੇ ਭਗਵੰਤ ਮਾਨ ਜੀ ਨੇ ਗੱਲ ਅੱਜ ਕਰਨੀ ਸੀ ਪਰ ਉਹਨਾਂ ਨੇ ਨਹੀਂ ਕੀਤੀ ਜਦੋਂ ਭਗਵੰਤ ਮਾਨ ਜੀ ਨੇ ਆਪ ਨਹੀਂ ਗੱਲ ਕੀਤੀ ਮੇਰੇ ਖਿਆਲ ਤੁਹਾਡੇ ਦੋਵਾਂ ਦਾ ਇਹ ਕਹਿਣਾ ਕਿ ਸਾਰੀ ਟਿਪ ਬਾਹਰ ਲਿਆਓ ਮੈਨੂੰ ਕਿਤੇ ਨਾ ਕਿਤੇ ਉਚਿਤ ਨਹੀਂ ਲੱਗਦਾ ਹੈ ਨਹੀਂ 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 ਦੇਖੋ ਹਰਪ੍ਰੀਤ ਜੀ ਠੀਕ ਹੈ ਚਲੋ ਮੰਨ ਲਿਆ ਕਿ ਤੁਹਾਨੂੰ ਲੱਗਦਾ ਹੈ ਕਿ ਉਹਨਾਂ ਨੇ ਖੁਦ ਗੱਲ ਨਹੀਂ ਕੀਤੀ ਟੇਪ ਲਿਆਉਣ ਦੀ ਅਤੇ ਅਸੀਂ ਐਗਰੀ ਕਰਦੇ ਹਾਂ ਕਿ ਮੇ ਬੀ ਉਹ ਨਹੀਂ ਉਹਨਾਂ ਦੇ ਦਿਮਾਗ 'ਚ ਇਹ ਗੱਲ ਨਹੀਂ ਆਈ ਜਾਂ ਉਹਨਾਂ ਨੇ ਕਿਉਂ ਇਸ ਗੱਲ ਬਾਰੇ ਟਿੱਪਣੀ ਨਹੀਂ ਕੀਤੀ ਤਾਂ ਨਹੀਂ ਜਾਣਦੇ ਜੇ ਐਮਪੀ ਨੇ ਉਹ ਐਮਪੀ ਨੇ ਜੋ ਉਹਨਾਂ ਦੇ ਦਿਮਾਗ 'ਚ ਇਹ ਗੱਲ ਨਹੀਂ ਆਈ ਤੇ ਫਿਰ ਇਹ ਸਾਡੀ ਗਲਤੀ ਨਹੀਂ ਹੈਗੀ ਉਹ ਟ੍ਰੈਪਡ ਨੇ ਇਸ ਟਾਈਮ ਨਹੀਂ ਨਹੀਂ ਕਿਸੇ ਵੀ ਸੋਸ਼ਲ ਮੀਡੀਆ ਤੇ ਜਾਂ ਪਬਲਿਕ ਪਲੇਟਫਾਰਮ ਤੇ ਹਰਪ੍ਰੀਤ ਜਨਾਬ ਦਾ ਬੋਲਣ ਦਾ ਮੌਕਾ ਦੇ ਮੈਂ ਇੱਕ ਵਧੀਆ ਐਗਜ਼ਾਮਪਲ ਦੂੰਗਾ ਇਹਨਾਂ ਦੇ ਕੋਲ ਕੋਈ ਤੋੜ ਨਹੀਂ ਹੋਏਗਾ ਓਕੇ ਹਰਨੇਆ ਜੀ ਰਣਜੀਤ ਜੀ ਦੀ ਵਾਰ ਰਣਜੀਤ ਜੀ ਗੋ ਹੈਡ ਪਲੀਜ਼ ਹਰਪ੍ਰੀਤ ਜੀ ਜਿਸ ਤਰ੍ਹਾਂ ਕਿ ਉਹਨਾਂ ਨੇ ਕਿਹਾ ਜੀ ਕਿ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਹਰਪ੍ਰੀਤ ਮੈਂ ਤੁਹਾਨੂੰ ਥੋੜਾ ਬੈਕ ਫਲੈਸ਼ ਲੈ ਕੇ ਜਾਣਾ ਚਾਹੁੰਦਾ ਤੁਹਾਨੂੰ ਯਾਦ ਹੋਣਾ ਕਿ ਅੰਮ੍ਰਿਤਸਰ ਤੋਂ ਇਹਨਾਂ ਦੀ ਹੀ ਅਨੁਸ਼ਾਸਨੀ ਕਮੇਟੀ ਦੇ ਇੱਕ ਸਨ ਡਾਕਟਰ ਚੀਮਾ ਜੀ ਉਹਨਾਂ ਪਾਰਟੀ ਨੇ ਕੱਢਿਆ ਸੀ ਉਹਨਾਂ ਦੇ ਸਟੇਟਮੈਂਟ ਪੜ੍ਹ ਕੇ ਦੇਖੋ ਜਿਹੜੇ ਉਹਨਾਂ ਨੇ ਉਹ ਭੁੱਲ ਦਿੱਤਿਆ ਉਹਨਾਂ ਨੇ ਕਿਹਾ ਸੀ ਕਿ ਸਾਡੇ ਨਾਲ ਭਗਵੰਤ ਮਾਨ ਇੱਕ ਟਾਈਮ 'ਤੇ ਹਰਿੰਦਰ ਸਿੰਘ ਖਾਲਸਾ ਧਰਮਵੀਰ ਗਾਂਧੀ ਅਤੇ ਸਾਡੇ ਨਾਲ ਇਹ ਹਰਿੰਦਰ ਸਿੰਘ ਭਗਵੰਤ ਮਾਨ ਨੇ ਐਗਰੀ ਕੀਤਾ ਸੀ ਕਿ ਅਸੀਂ ਸੁੱਚਾ ਸਿੰਘ ਛੋਟੇਪੁਰ ਨੂੰ ਬਾਹਰ ਕੱਢਣ ਲਈ ਪਾਪ ਤੇ ਨੂੰ ਲੈਟਰ ਲਿਖਾਂਗੇ ਉਸ ਵਕਤ ਇਹ ਗੱਲ ਵੀ ਨਿਕਲੀ ਸੀ ਭਗਵੰਤ ਮਾਨ ਨੇ ਵੀ ਗੱਲ ਨਿਕਲੀ ਸੀ ਪਰ ਜਦੋਂ ਉਹਨਾਂ ਨੂੰ ਬਾਹਰ ਕੱਢਿਆ ਗਿਆ ਭਗਵੰਤ ਮਾਨ ਨੇ ਯਕਦਮ ਆਪਣਾ ਸਟੈਂਡ ਚੇਂਜ ਕੀਤਾ ਇਟ ਮੀਨਸ ਭਗਵੰਤ ਮਾਨ ਨੇ ਕਿਤੇ ਨਾ ਕਿਤੇ ਤੇ ਜਾ ਕੇ ਇਹੋ ਜਿਹੀਆਂ ਗੱਲਾਂ ਕੀਤੀਆਂ ਪਾਰਟੀ ਲੀਡਰਸ਼ਿਪ ਦੇ ਖਿਲਾਫ ਅਤੇ ਜਾਂ ਪਾਰਟੀ ਦੇ ਜਿਹੜੇ ਦੂਜੇ ਲੀਡਰ ਹੈਗੇ ਆ ਫੂਲਕਾ ਜੀ ਹਾਰ ਗਏ ਉਹਨਾਂ ਕੋਲ ਵੀ ਝਾੜੂ ਸੀ ਸ਼ੇਰਗਿੱਲ ਜੀ ਹਾਰ ਗਏ ਉਹਨਾਂ ਕੋਲ ਵੀ ਝਾੜੂ ਸੀ ਮੈਂ ਇਕੱਲਾ ਝਾੜੂ ਵਰਗੇ ਨਹੀਂ ਦਿੱਤਿਆ ਅਗਰ ਭਗਵੰਤ ਮਾਨ ਜੀ 'ਚ ਇੰਨਾ ਦਮ ਹੈ ਅਗਰ ਦੋਨੇ ਮੰਨਦੇ ਹੈਗੇ ਆ ਕਿ ਭਗਵੰਤ ਮਾਨ ਬਹੁਤ ਜ਼ਿਆਦਾ ਸਟਰੋਂਗ ਹੈਗਾ ਆ ਭਗਵੰਤ ਮਾਨ ਨੇ ਇਹੋ ਜਿਹਾ ਕੰਮ ਕੀਤੇ ਆ ਅੱਜ ਰਿਜ਼ਾਇਨ ਕਰ ਦੇਣਾ ਹਰਪ੍ਰੀਤ ਤਾਂ ਮੈਂ ਕੱਲ੍ਹ ਹੋਰ ਇੱਥੇ ਚੇਤੇ ਕਰਵਾ ਦੇਣਾ ਕਿ 2 ਮਹੀਨੇ ਪਹਿਲਾਂ 2 ਵਾਰੀ ਭਗਵੰਤ ਮਾਨ ਜੀ ਨੇ ਅਰਵਿੰਦ ਕੇਜਰੀਵਾਲ ਨੂੰ ਵੀ ਇਹ ਗੱਲ ਦਿੱਲੀ 'ਚ ਕਹਿਤੀ ਸੀ ਕਿ ਮੈਂ ਰਿਜ਼ਾਈਨ ਕਰ ਦਿੰਦਾ ਐਜ਼ ਏ ਐਮ ਪੀ ਦੇ ਪਹਿਲਾਂ ਤਾਂ ਕੁਛ ਨਹੀਂ ਬੋਲੇ ਕਿਉਂਕਿ ਕੇਜਰੀਵਾਲ ਨੂੰ ਬਹੁਤ ਹੀ ਸ਼ਾਂਤ ਸੁਭਾਅ ਦੇ ਗਿਆ ਜੋ 3ਵੀਂ ਵਾਰੀ ਭਗਵੰਤ ਮਾਨ ਨੇ ਇਹ ਗੱਲ ਕਹੀ ਕਿ ਆਈ ਵਿਲ ਰਿਜ਼ਾਈਨ ਉਹਨਾਂ ਨੇ ਕਹਿਤਾ ਭਗਵੰਤ ਜੀ ਆਪ ਜਹਾਂ ਪਰ ਬੈਠੀਏ ਔਰ ਇਹ ਲੀਜੀਏ ਕਾਪੀ ਪਰ ਆਪਣਾ ਰਿਜ਼ਾਈਨ ਲਿਖ ਕੇ ਦੀਜੀਏ ਔਰ ਆਪਣੇ ਬਲ ਬੂਤੇ ਪਰ ਜਾ ਕੇ ਮੇਰੇ ਕੋਲ ਇਲੈਕਸ਼ਨ ਲੜ ਕੇ ਦਿਖਾਈਏ ਔਰ ਨਾਲ ਦੀ ਨਾਲ ਜਦੋਂ ਰਿਪੋਰਟ ਮੰਗੀ ਚਾਰੋਂ ਦੇ ਚਾਰੋਂ ਐਮ ਪੀ ਗੈਪ ਆਪਣੀ ਰਿਪੋਰਟ ਕਿਉਂ ਨਹੀਂ ਭੇਜੀ ਅਗਰ ਭਗਵੰਤ ਮਾਨ ਜੀ ਇੰਨੇ ਸੁੱਚੇ ਸੁੱਚੇ ਸੀਗੇ ਜਦੋਂ ਡਾਕਟਰ ਚੀਮਾ ਨੇ ਕਿਹਾ ਸੀ ਕਿ ਭਗਵੰਤ ਮਾਨ ਸਾਡੇ ਨਾਲ ਸਹਿਮਤ ਸੀ ਕਿ ਅਸੀਂ ਸੁੱਚਾ ਸਿੰਘ ਛੋਟੇਪੁਰ ਨੂੰ ਹਿਲਾਉਣਾ ਉਦੋਂ ਭਗਵੰਤ ਮਾਨ ਨੇ ਕਿਉਂ ਨਹੀਂ ਇਹ ਕਿਹਾ ਕਿ ਮੇਰੀ ਚੀਮਾ ਹੋਣਾਂ ਨਾਲ ਗੱਲ ਨਹੀਂ ਹੋਈ ਇਹ ਭਗਵੰਤ ਮਾਨ ਨੇ ਡਿਨਾਈ ਕਿਉਂ ਨਹੀਂ ਕੀਤਾ ਕਿ ਮੈਂ ਇਹਨਾਂ ਲੀਡਰਾਂ ਖਿਲਾਫ ਕਿਉਂ ਨਹੀਂ ਬੋਲਿਆ ਇਹ ਭਗਵੰਤ ਮਾਨ ਨੇ ਕਿਉਂ ਨਹੀਂ ਕਿਹਾ ਜਿਸ ਤਰ੍ਹਾਂ ਕਿ ਤੁਸੀਂ ਵੀ ਕਿਹਾ ਕਿ ਪੂਰੀ ਟੇਪ ਲੈ ਕੇ ਆਓ ਫਿਰ ਮੇਰੇ ਨਾਲ ਗੱਲ ਕਰੋ ਉਦੋਂ ਭਗਵੰਤ ਮਾਨ ਦੀ ਜ਼ਮੀਰ ਕਿੱਥੇ ਸੀ ਉਦੋਂ ਭਗਵੰਤ ਮਾਨ ਦਾ ਵੈਸੇ ਤਾਂ ਭਗਵੰਤ ਮਾਨ ਜੀ ਕਹਿੰਦੇ ਸੀ ਕਿ ਮੈਨੂੰ ਬਹੁਤ ਚੀਜ਼ਾਂ ਮੇਰੇ ਦਿਮਾਗ 'ਚ ਰਹਿੰਦੀਆਂ ਨੇ ਕਾਫੀ ਤੇਜ਼ ਰਹਿੰਦੀਆਂ ਨੇ ਜਦੋਂ ਵੀ ਭਗਵੰਤ ਮਾਨ 'ਤੇ ਕੋਈ ਨਾ ਕੋਈ ਗੱਲ ਆਈ ਆ ਬਹਾਨਾ ਬਣਾ ਕੇ ਨਿਕਲਣਾ ਉਹਦੇ ਵਿੱਚੋਂ ਇਹਨਾਂ ਕੋਲੋਂ ਸਿੱਖੇ ਕਿਉਂਕਿ ਇਸ ਵਕਤ ਸਿਰਫ ਇਹ 2 ਲੀਡਰ ਆਪਣੇ ਆਪ ਨੂੰ ਮੰਨਦੇ ਆ ਸੁੱਚਾ ਸਿੰਘ ਛੋਟੇਪੁਰ ਅਤੇ ਭਗਵੰਤ ਮਾਨ ਔਰ ਇਹ ਵੀ ਤੁਹਾਨੂੰ ਦਾਅਵਾ ਕਰ ਦੇਣਾ ਥੋੜ੍ਹੇ ਦਿਨ ਠਹਿਰੋ ਇਹਨਾਂ ਦੋਨੋਂ ਦੀ ਖੜਕੀ ਲਓ ਕਿਉਂਕਿ ਭਗਵੰਤ ਮਾਨ ਹੁਣੀ ਇੰਨੇ ਕੁ ਛੱਤ ਰਹਿ ਗਿਆ ਕਿ ਇਹਦੀ ਗੱਲ ਇਹਦੀ ਗੱਲ ਇਹਦੇ ਕੋਲ ਕਰਕੇ ਆਪਸ ਵਿੱਚ ਹੀ ਲੜਾ ਕੇ ਆਪਣਾ ਫਾਇਦਾ ਲਵੋ ਰਣਜੀਤ ਜੀ ਤੁਸੀਂ ਬਹੁਤ ਹੀ ਸੀਰੀਅਸ ਐਲੀਗੇਸ਼ਨ ਜਿਹੜੇ ਆ ਇੱਥੇ ਲਗਾਏ ਹੈਗੇ ਬਹੁਤ ਜ਼ਿਆਦਾ ਸੀਰੀਅਸ ਐਲੀਗੇਸ਼ਨਸ ਹੈਗੇ ਆ ਇਹ ਕਿ ਭਗਵੰਤ ਮਾਨ ਸਿਰਫ ਇੱਧਰ ਦੀ ਗੱਲ ਉੱਧਰ ਕਰਨ ਵਾਲਿਆਂ ਦੇ ਵਿੱਚੋਂ ਹੀ ਹੈਗੇ ਆ ਇੱਦਾਂ ਬਿਲਕੁਲ ਨਹੀਂ ਹੈਗਾ ਰਣਜੀਤ ਜੀ ਆਰਪੀ ਜੀ ਇੱਥੇ ਇੱਕ ਚੀਜ਼ ਸਾਨੂੰ ਨੋਟ ਕਰਨੀ ਚਾਹੀਦੀ ਹੈ ਕਿ ਆਰਪੀ ਜੀ ਲੈਟ ਮੀ ਫਿਨਿਸ਼ ਆਮ ਆਦਮੀ ਪਾਰਟੀ ਦੇ ਵਿੱਚ ਅਗਰ ਕੋਈ ਐਮਪੀ ਪ੍ਰੋਐਕਟਿਵਲੀ ਬਹੁਤ ਜ਼ਿਆਦਾ ਅਗਰ ਲੋਕਾਂ ਦੇ ਵਿੱਚ ਵਿਚਰਦਾ ਪਿਆ ਹੈ ਆਈ ਥਿੰਕ ਉਹ ਭਗਵੰਤ ਮਾਨ ਹੀ ਹੈਗਾ ਜੇ ਕੋਈ ਆਪਣੇ ਕੰਮ ਦੀ ਇਨਫੋਰਮੇਸ਼ਨ ਜਿਹੜੀ ਹੈਗੀ ਆ ਉਹ ਲੋਕਾਂ ਤੱਕ ਪਹੁੰਚਾ ਰਿਹਾ ਤਾਂ ਸ਼ਾਇਦ ਭਗਵੰਤ ਮਾਨ ਹੀ ਹੈਗਾ ਬਾਕੀ 3 ਐਮ ਪੀ ਜਿਹੜੇ ਸੀਗੇ ਉਹਨਾਂ ਦੇ ਵਿੱਚੋਂ ਕੋਈ ਵੀ ਐਮ ਪੀ ਜਿਹੜਾ ਆ ਉਹ ਸ਼ਰੇਆਮ ਆ ਕੇ ਉਹਨਾਂ ਨੇ ਪਬਲਿਕਲੀ ਕੋਈ ਅਨਾਊਂਸਮੈਂਟਸ ਜਿਹੜੀਆਂ ਹੈਗੀਆਂ ਉਹ ਨਹੀਂ ਕੀਤੀਆਂ ਹੈਗੀਆਂ ਪਬਲਿਕਲੀ ਉਹਨਾਂ ਨੇ ਆ ਕੇ ਕੋਈ ਵੀ ਜਿਹੜੀ ਗੱਲ ਹੈਗੀ ਆ ਆਮ ਆਦਮੀ ਪਾਰਟੀ ਦੇ ਜਾਂ ਆਪਣੀ ਕੰਸਟੀਟੂਐਂਸੀ ਦੇ ਵਿੱਚੋਂ ਕੁਛ ਵੀ ਕਰਦੇ ਪਏ ਆ ਉਹਨਾਂ ਲੋਕਾਂ ਤੱਕ ਨਹੀਂ ਪਹੁੰਚਾਈਆਂ ਹੈਗੀਆਂ ਆਮ ਆਦਮੀ ਪਾਰਟੀ ਦੇ ਵਿੱਚ ਅਗਰ ਪੰਜਾਬ ਦੇ ਵਿੱਚ ਭਗਵੰਤ ਮਾਨ ਇੰਟਰਨੈਟ ਦਾ ਸਹਾਰਾ ਲੈਂਦੇ ਪਏ ਆ ਜਾਂ ਕਿਸੇ ਵੀ ਤਰੀਕੇ ਦਾ ਸਹਾਰਾ ਲੈਂਦੇ ਪਏ ਉਹ ਲੋਕਾਂ ਤੱਕ ਗੱਲ ਪਹੁੰਚਾਉਂਦੇ ਪਏ ਆ ਕਿ ਮੈਂ ਆਹ ਕੀਤਾ ਆ ਮੈਂ ਤੁਹਾਡੇ ਲਈ ਆਹ ਕੁਛ ਕਰ ਰਿਹਾ ਆ ਸੋ ਅਗਰ ਉਹ ਇਹ ਸਭ ਕੁਛ ਕਰਦੇ ਪਏ ਆ ਅਗਰ ਉਹਨਾਂ ਨੂੰ ਕਿਤੇ ਨਾ ਕਿਤੇ ਬੈਕਲੈਸ਼ ਆ ਰਿਹਾ ਆ ਤਾਂ ਮੈਨੂੰ ਲੱਗਦਾ ਕਿ ਇਹ ਸਿਰਫ ਆਪੋਜੀਸ਼ਨ ਪਾਰਟੀਆਂ ਵੱਲੋਂ ਕੁਛ ਨਾ ਕੁਛ ਕੀਤਾ ਜਾ ਰਿਹਾ ਆ ਔਰ ਜਿਸ ਹਿਸਾਬ ਨਾਲ ਸੁਖਵੀਰ ਸਿੰਘ ਬਾਦਲ ਨੇ ਇੱਕ ਇਹ ਗੱਲ ਕਹੀ ਹੈ ਕਿ ਅਜੇ ਭਗਵੰਤ ਮਾਨ ਦਾ ਹੋਰ ਬਹੁਤ ਕੁਛ ਬਾਹਰ ਆਉਣਾ ਆ ਤੇ ਮੈਨੂੰ ਸਿਰਫ ਤੇ ਸਿਰਫ ਇਹੀ ਲੱਗਦਾ ਪਿਆ ਕਿ ਕਿਤੇ ਨਾ ਕਿਤੇ ਇਹ ਜਿਹੜੀਆਂ ਰਿਕਾਰਡਿੰਗਸ ਹੈਗੀਆਂ
ਹੈ ਇਹ ਭਗਵੰਤ ਮਾਨ ਦੀਆਂ ਰਿਕਾਰਡਿੰਗ ਜਾਣ ਬੁੱਝ ਕੇ ਕੀਤੀਆਂ ਜਾ ਰਹੀਆਂ ਜਾਂ ਆਮ ਆਦਮੀ ਪਾਰਟੀ ਦੇ ਜਿਹੜੇ ਜਿੰਨੇ ਵੀ ਹੋਰ ਐਮ ਪੀ ਹੈਗੇ ਆ ਜਾਂ ਹੋਰ ਵਰਕਰ ਹੈਗੇ ਆ ਜਾਂ ਲੀਡਰ ਹੈਗੇ ਆ ਉਹਨਾਂ ਦੀਆਂ ਰਿਕਾਰਡਿੰਗ ਆਲਰੇਡੀ ਕਿਤੇ ਨਾ ਕਿਤੇ ਹੋ ਰਹੀਆਂ ਹੈਗੀਆਂ ਤੇ ਉਹਨਾਂ ਵਿੱਚੋਂ ਕੋਈ ਨਾ ਕੋਈ ਮਸਾਲਾ ਕੱਢ ਕੇ ਜਿਹੜਾ ਆ ਉਹ ਲੋਕਾਂ ਸਾਹਮਣੇ ਇੱਦਾਂ ਲਿਆਂਦਾ ਜਾ ਰਿਹਾ ਆ ਪਰਮਿੰਦਰ ਜੀ ਜਿਸ ਤਰ੍ਹਾਂ ਦੀ ਹੁਣ ਐਲੀਗੇਸ਼ਨ ਲਾਇਆ ਕਿ ਸੁਖਬੀਰ ਸਿੰਘ ਬਾਦਲ ਹੋਣਾ ਨੇ ਆਹ ਗੱਲ ਕਹੀ ਹੈਗੀ ਆ ਪਰ ਸੁਖਬੀਰ ਸਿੰਘ ਬਾਦਲ ਹੋਣਾ ਦੀ ਜਿਹੜੀ ਮੈਂ ਗੱਲਬਾਤ ਕਰਾਂ ਤੇ ਸੁਖਬੀਰ ਸਿੰਘ ਬਾਦਲ ਹੋਣਾ ਦੀ ਜੀ ਸਾਡੇ ਕੋਲ ਵਾਇਰਲ ਬਹੁਤ ਕੁਝ ਹੋਣਾ ਬਾਕੀ ਆ ਉਦੋਂ ਭਗਵੰਤ ਮਾਨ ਕਿਉਂ ਨਹੀਂ ਬੋਲਿਆ ਕਿ ਲਿਆ ਦੱਸੋ ਜੀ ਮੈਂ ਹੋਰ ਕੀ ਕੀਤਾ ਆ ਕਿਉਂਕਿ ਕੁਛ ਨਾ ਕੁਛ ਅਗਰ ਮੈਂ ਕੋਈ ਗੱਲ ਕਰਾਂਗਾ ਮੇਰੀ ਗੱਲ ਰਿਕਾਰਡ ਕੀਤੀ ਹੋਏਗੀ ਤੁਸੀਂ ਕਰ ਲਓ ਹਰਪ੍ਰੀਤ ਦੀ ਗੱਲ ਹਰਨੇਹਾ ਦੀ ਗੱਲ ਤੁਸੀਂ ਤਾਂ ਹੀ ਕਹਿ ਸਕੋਗੇ ਜੇ ਗੱਲ ਮੈਂ ਆਪਣੇ ਤੌਰ ਤੇ ਕਹੀ ਹੈਗੀ ਆ ਮੈਂ ਆਪ ਗਈ ਆ ਜੇ ਮੈਂ ਹਰਪ੍ਰੀਤ ਦੇ ਖਿਲਾਫ ਕੁਛ ਬੋਲਿਆ ਨਹੀਂ ਜਾ ਕੇ ਪਰਮਿੰਦਰ ਜੀ ਦੇ ਖਿਲਾਫ ਨਹੀਂ ਬੋਲਿਆ ਕੋਈ ਮੈਨੂੰ ਆਏ ਕਵੇ ਓਕੇ ਜੀ ਮੈਂ ਤੇਰੀ ਆਡੀਓ ਰਿਲੀਜ਼ ਕਰ ਰਿਹਾ ਜਦੋਂ ਪਰਮਿੰਦਰ ਦੇ ਖਿਲਾਫ ਬੋਲੀਆਂ ਮੈਂ ਕਹੂੰਗਾ ਲੈ ਕੇ ਆ ਭਾਈ ਸਾਹਮਣੇ ਰੱਖ ਮੇਰੇ ਕਿੱਥੇ ਆ ਆਡੀਓ ਕਿੱਥੇ ਆ ਜਦ ਮੈਨੂੰ ਪਤਾ ਕਿ ਮੈਂ ਬੋਲਿਆ ਤਾਂ ਹੀ ਮੈਂ ਚੁੱਪ ਕਰਕੇ ਬੈਠੂੰਗਾ ਵੈਸੇ ਚੁੱਪ ਕਰਕੇ ਕੋਈ ਨਹੀਂ ਬਹਿੰਦਾ ਔਰ ਅਗਰ ਸੁਖਬੀਰ ਸਿੰਘ ਬਾਦਲ ਨੂੰ ਕੋਈ ਕੁਛ ਇਹੋ ਜਿਹੀ ਚੀਜ਼ ਹੈ ਜਿਹੜੀ ਕਿ ਉਹ ਕਹਿੰਦੇ ਕਿ ਹਲੇ ਬਹੁਤ ਕੁਝ ਵਾਇਰਲ ਹੋਣਾ ਬਾਕੀ ਹੈ ਮੇਰੇ ਖਿਆਲ 'ਚ ਉਹਨਾਂ ਨੂੰ ਵਾਇਰਲ ਕਰ ਲੈਣਾ ਚਾਹੀਦਾ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਜਿਹੜੇ ਲੀਡਰ ਦਿਨ ਵੇਲੇ ਇੱਕ ਭਗਤ ਸਿੰਘ ਦੀ ਪੱਗ ਬੰਨ ਕੇ ਭਗਤ ਸਿੰਘ ਦਾ ਨਾਂ ਲੈ ਕੇ ਲੋਕਾਂ ਨੂੰ ਗੁਰਗਲਾਉਂਦੇ ਹੈਗੇ ਆ ਉਹਨਾਂ ਦਾ ਰਾਤ ਨੂੰ ਪਰਦੇ ਪਿੱਛੇ ਚਿਹਰਾ ਕੀ ਹੈ ਚਲੋ ਰਣਜੀਤ ਸਿੰਘ ਜੀ ਆਪਾਂ ਗੱਲਬਾਤ ਦਾ ਸਿਲਸਿਲਾ ਥੋੜ੍ਹਾ ਜਿਹਾ ਅੱਗੇ ਵਧਾਉਂਦੇ ਹਾਂ ਨਾਲੇ ਸੁਖਬੀਰ ਸਿੰਘ ਬਾਦਲ ਤੇ ਮੇਰੇ ਖਿਆਲ ਥੋੜ੍ਹਾ ਜਿਹਾ ਆਪਣੀ ਪੀੜ੍ਹੀ ਥੱਲੇ ਸੋਟਾ ਮਾਰ ਲੈਣ ਤੇ ਉਹ ਵੀ ਵਾਇਰਲ ਰੂਲਰ ਰਿਲੀਜ਼ ਕਰਨ ਜੋਗੇ ਹੈ ਨਹੀਂ ਆ ਪਰ ਮੇਰਾ ਅਗਲਾ ਕੁਐਸਚਨ ਤੁਹਾਡੇ ਦੋਵਾਂ ਵਾਸਤੇ ਇਹ ਆ ਆਪ ਵੱਲੋਂ ਕਾਫੀ ਇਲਜ਼ਾਮ ਲੱਗ ਰਹੇ ਨੇ ਸੈਂਟਰ ਗਵਰਨਮੈਂਟ ਉੱਤੇ ਕਿ ਇਹ ਸਾਡੀਆਂ ਕਾਲਾਂ ਇਹਨਾਂ ਜੋ ਇੰਡੀਅਨ ਇੰਟੈਲੀਜੈਂਸ ਆ ਸਾਡੀਆਂ ਕਾਲਾਂ ਟੇਪ ਕਰਦੀ ਆ ਗਾਂਧੀ ਜੀ ਪਹਿਲਾਂ ਜਦੋਂ ਆਡੀਓ ਕਲਿੱਪ ਬਾਹਰ ਆਇਆ ਸੀ ਪਹਿਲਾਂ ਇਹ ਦੱਸਿਆ ਜਾ ਰਿਹਾ ਸੀ ਗਾਂਧੀ ਜੀ ਨੇ ਰਿਲੀਜ਼ ਕੀਤਾ ਪਰ ਗਾਂਧੀ ਜੀ ਨੇ ਵੀ ਪੱਲਾ ਝਾੜ ਲਿਆ ਉਹ ਆਂਦੇ ਕਿ ਇੰਡੀਆ ਦੀ ਇੰਟੈਲੀਜੈਂਸ ਏਜੰਸੀ ਆਪ ਦੀਆਂ ਕਾਲਾਂ ਟੇਪ ਕਰਦੀ ਆ ਤੁਹਾਡੇ ਤਿੰਨਾਂ ਦੇ ਹਿਸਾਬ ਨਾਲ ਜਿਹੜੀ ਆਡੀਓ ਕਲਿੱਪ ਬਾਹਰ ਆਈ ਹੈ ਕੀ ਤੁਹਾਨੂੰ ਲੱਗਦਾ ਹੈ ਕਿ ਇੰਡੀਅਨ ਇੰਟੈਲੀਜੈਂਸ ਏਜੰਸੀ ਆਪ ਦੀਆਂ ਕਾਲਾਂ ਟੇਪ ਕਰਦੀ ਆ ਕਿ ਉਹਨਾਂ ਕੋਲ ਹੋਰ ਕੋਈ ਕੰਮ ਨਹੀਂ ਬਚਿਆ ਜੇ ਆਪਾਂ ਵੇਖੀਏ ਤਾਂ ਸਰਹੱਦ 'ਤੇ ਇੱਧਰ ਪਾਕਿਸਤਾਨ ਨਾਲ ਕਾਫੀ ਜ਼ਿਆਦਾ ਇੰਡੀਆ ਦੀ ਟੈਨਸ਼ਨ ਚੱਲ ਰਹੀ ਆ ਉੱਧਰ ਚਾਈਨਾ ਨਾਲ ਕਾਫੀ ਜ਼ਿਆਦਾ ਟੈਨਸ਼ਨ ਚੱਲ ਰਹੀ ਆ ਕੀ ਉਹ ਸਾਰੇ ਕੰਮ ਛੱਡ ਕੇ ਇੰਡੀਆ ਦੀ ਸੈਂਟਰਲ ਏਜੰਸੀ ਜੋ ਰੌਅ ਦੀ ਗੱਲ ਕਰ ਲਈ ਜਾਂ ਹੋਰ ਕਿਸੇ ਦੀ ਗੱਲ ਕਰ ਲਈ ਉਹ ਆਪ ਦੀਆਂ ਕਾਲਾਂ ਟੇਪ ਕਰਦੀ ਆ ਹਰਪ੍ਰੀਤ ਜੀ ਰੌਅ ਆਈ ਥਿੰਕ ਜਿਹੜੀ ਕੰਟਰੀ ਦੀ ਇੰਟਰਨਲ ਕੋਈ ਵੀ ਹੈਗੀ ਆ ਉਹਦੇ ਵਿੱਚ ਕੋਈ ਵੀ ਉਹ ਪਾਰਟ ਨਹੀਂ ਨਿਭਾਉਂਦੀ ਹੈਗੀ ਹਾਂ ਹੋਰ ਏਜੰਸੀਜ਼ ਕੱਲੀਏ ਇੱਕ ਨਹੀਂ ਹੈਗਾ ਕਿ ਇੱਕ ਦੋ ਏਜੰਸੀਆਂ ਹੀ ਕੰਮ ਕਰਦੀਆਂ ਹੋਣ ਦੇਸ਼ ਦੇ ਅੰਦਰ ਅਲੱਗ ਅਲੱਗ ਏਜੰਸੀਜ਼ ਜਿਹੜੀਆਂ ਹੈਗੀਆਂ ਉਹ ਕੰਮ ਕਰਦੀਆਂ ਹੁੰਦੀਆਂ ਸੋ ਅਗਰ ਇਹ ਇਲਜ਼ਾਮ ਹੈਗਾ ਆ ਤਾਂ ਡੈਫੀਨੇਟਲੀ ਇਹ ਤੋਂ ਪਹਿਲਾਂ ਵੀ ਇਲਜ਼ਾਮ ਲੱਗਦੇ ਰਹੇ ਹੈਗੇ ਆ ਕਈ ਵਾਰੀ ਜਿਹੜੀਆਂ ਸੈਂਟਰ ਦੀਆਂ ਸਰਕਾਰਾਂ ਨੇ ਜਾਂ ਰੂਲਿੰਗ ਪਾਰਟੀਜ਼ ਨੇ ਜਿੰਨੀਆਂ ਵੀ ਉਹਨਾਂ ਵੱਲੋਂ ਕੋਈ ਨਾ ਕੋਈ ਇੱਦਾਂ ਦਾ ਕਾਰਨਾਮਾ ਕੀਤਾ ਜਾਂਦਾ ਰਿਹਾ ਪਹਿਲਾਂ ਵੀ ਇਲਜ਼ਾਮ ਲੱਗੇ ਸੀਗੇ ਕਿ ਕੁਛ ਜਿਹੜੀਆਂ ਕਈ ਮਿਨਿਸਟਰਸ ਦੇ ਜਾਂ ਕਈ ਜਿਹੜੇ ਸਟੇਟ ਲੈਵਲ ਦੇ ਮਿਨਿਸਟਰ ਸੀਗੇ ਉਹਨਾਂ ਦੀਆਂ ਕਾਲਸ ਜਿਹੜੀਆਂ ਉਹ ਰਿਕਾਰਡ ਕੀਤੀਆਂ ਗਈਆਂ ਉਹਨਾਂ ਦੀ ਸਰਵੇਲੈਂਸ ਜਿਹੜੀ ਕੀਤੀ ਲੱਗ ਰਿਹਾ ਕਿ ਤੁਹਾਨੂੰ ਲੱਗਦਾ ਮੋਦੀ ਜੀ ਨੂੰ ਕੀ ਕਹਿੰਦੇ ਆਪ ਦੀ ਤੇ ਕਿ ਹੋਰ ਆਪ ਦੇ ਲੀਡਰਾਂ ਦੀ ਭਗਵੰਤ ਮਾਨ ਹੋ ਗਏ ਜਾਂ ਕਿ ਹੋਰ ਹੋ ਗਏ ਉਹਨਾਂ ਦੀ ਕਾਲ ਰਿਕਾਰਡ ਕਰਕੇ ਕੋਈ ਫਾਇਦਾ ਹੋ ਸਕਦਾ ਜਾਂ ਮੋਦੀ ਜੀ ਕੰਮ ਕਰਨਗੇ ਅਗਰ ਦਿੱਲੀ ਦੇ ਵਿੱਚ ਅਸੀਂ ਥੋੜ੍ਹੀ ਜਿਹੀ ਵੀ ਨਜ਼ਰ ਮਾਰੀਏ ਇੱਕ ਮੈਂ ਬਸ ਸ਼ਾਇਦ ਪਹਿਲਾਂ ਵੀ ਗੱਲ ਕੀਤੀ ਸੀ ਕਿ ਸ਼ਾਇਦ ਬੱਚਾ ਵੀ ਜੇ ਉਸਨੂੰ ਸਿਨੈਰੀਓ ਦਿੱਤਾ ਜਾਵੇ ਜਾਂ ਆਹ ਸਿਨੈਰੀਓ ਹੈਗਾ ਆ ਤਾਂ ਅਸੀਂ ਸਾਫ਼ ਦੇਖ ਸਕਦੇ ਹਾਂ ਕਿ ਜਿਹੜੇ ਲੈਫਟੀਨੈਂਟ ਗਵਰਨਰ ਹੈ ਉਹ ਉੱਥੇ ਦਿੱਲੀ ਦੀ ਸਰਕਾਰ ਨੂੰ ਕੰਮ ਹੀ ਨਹੀਂ ਕਰਨ ਦੇ ਰਹੇ ਉੱਥੇ ਸਿੱਧਾ ਸਿੱਧਾ ਕੰਟਰੋਲ ਜਿਹੜਾ ਉਹ ਸੈਂਟਰ ਦਾ ਗਵਰਨਮੈਂਟ ਦਾ ਦਿਖਦਾ ਪਿਆ ਆ ਔਰ ਆਮ ਆਦਮੀ ਪਾਰਟੀ ਤਾਂ ਪਹਿਲਾਂ ਕਹਿ ਚੁੱਕੀ ਹੈ ਕਿ ਹਾਂਜੀ ਉੱਥੇ ਜਿਹੜੇ ਸਾਡੇ ਆਫਿਸਿਸ ਆ ਉਹਦੇ ਵਿੱਚ ਸਾਨੂੰ ਪ੍ਰੋਪਰਲੀ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ ਉੱਥੇ ਹੋਮ ਗਾਰਡ ਦੇ ਜਿਹੜੇ ਜਵਾਨ ਹੈਗੇ ਉਹਨਾਂ ਨੂੰ ਲਿਆ ਕੇ ਬਿਠਾਇਆ ਗਿਆ ਹੈ ਕਿ ਉਹ ਇੱਥੇ ਬੈਠੇ ਮੰਨ ਲਓ ਜਿਹੜੀ ਰਿਕਾਰਡਿੰਗ ਆਈ ਹੈ ਇਹ ਕਿਹਨੇ ਕੀਤੀ ਹੈ ਗਾਂਧੀ ਜੀ ਨੇ ਲੀਕ ਕੀਤੀ ਹੈ ਕਿ ਇੰਡੀਅਨ ਇੰਟੈਲੀਜੈਂਸ ਏਜੰਸੀ ਨੇ ਲੀਕ ਕੀਤੀ ਹੈ ਕੋਈ ਨਾ ਕੋਈ ਏਜੰਸੀ ਜਿਹੜੀ ਹੈਗੀ ਆ ਹਰਪ੍ਰੀਤ ਜੀ ਉਹ ਕੰਮ ਕਰ ਰਹੀ ਹੈ ਇੱਥੇ ਔਰ ਮੈਂ ਇਹ ਸਮਝਦਾ ਹਾਂ ਕਿ ਸ਼ਾਇਦ ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਕੋਈ ਵੀ ਵਰਕਰ ਆ ਕੋਈ ਵੀ ਨੇਤਾ ਹੈਗਾ ਉਹਨਾਂ ਨੂੰ ਫੂਕ ਫੂਕ ਕੇ ਕਦਮ ਰੱਖਣਾ ਪੈਣਾ ਆ ਪਰਮਿੰਦਰ ਸਿੰਘ ਜੀ ਥੋੜ੍ਹੀ ਦੇਰ ਪਹਿਲਾਂ ਤੁਸੀਂ ਰਣਜੀਤ ਸਿੰਘ ਨੂੰ ਕਿਹਾ ਸੀ ਕਿ ਕਾਫੀ ਗੰਭੀਰ ਐਲੀਗੇਸ਼ਨ ਲਾ ਰਹੇ ਜੋ ਭਗਵੰਤ ਮਾਨ ਜੀ ਤੇ ਕੀ ਤੁਸੀਂ ਹੁਣ ਇੰਡੀਅਨ ਇੰਟੈਲੀਜੈਂਸ ਏਜੰਸੀ ਉੱਤੇ ਗੰਭੀਰ ਐਲੀਗੇਸ਼ਨ ਨਹੀਂ ਲਾ ਰਹੇ ਹਰਪ੍ਰੀਤ ਜੀ ਜੇ ਤਾਂ ਇਹ ਐਲੀਗੇਸ਼ਨ ਪਹਿਲਾਂ ਕਦੀ ਨਾ ਲੱਗੇ ਹੋਣ ਤਾਂ ਵੀ ਆ ਇਹ ਤੋਂ ਪਹਿਲਾਂ ਵੀ ਐਲੀਗੇਸ਼ਨ ਲੱਗਦੇ ਰਹੇ ਹੈਗੇ ਆ ਪਹਿਲਾਂ ਕਈ ਜਿਹੜੇ ਸਾਡੇ ਨੇਤਾ ਹੈਗੇ ਆ ਜਾਂ ਕਈ ਆਪਣੇ ਪਾਰਟੀਆਂ ਦੇ ਲੀਡਰ ਹੈਗੇ ਆ ਉਹਨਾਂ ਦੀਆਂ ਜਿਹੜੀਆਂ ਰਿਪੋਰਟਸ ਹੈਗੀਆਂ ਜਾਂ ਉਹਨਾਂ ਦੀਆਂ ਸਰਵੇਲੈਂਸ ਜਿਹੜੀਆਂ ਕੀਤੀਆਂ ਗਈਆਂ ਆ ਉਹ ਆਲਰੇਡੀ ਅੱਗੇ ਆਈਆਂ ਸੀਗੀਆਂ ਉਸ ਤੋਂ ਬਾਅਦ ਹੀ ਮੈਂ ਇਹ ਇਲਜ਼ਾਮ ਲਗਾ ਰਿਹਾ ਇਹ ਕੋਈ ਪਹਿਲੀ ਵਾਰੀ ਇਗਜ਼ਾਮ ਜਿਹੜਾ ਇਲਜ਼ਾਮ ਆ ਉਹ ਨਹੀਂ ਲੱਗ ਰਿਹਾ
ਤੇ ਹਰਪ੍ਰੀਤ ਜੀ ਬੰਦੂ ਨੇ ਕਿਹਾ ਕਿ ਜਿੱਦਾਂ ਇਹਨਾਂ ਨੇ ਕਿਹਾ ਕਿ ਇਲਜ਼ਾਮ ਪਹਿਲੀ ਵਾਰ ਲੱਗ ਰਿਹਾ ਭਗਵੰਤ ਮਾਨ ਤੇ ਵੀ ਇਲਜ਼ਾਮ ਕੋਈ ਪਹਿਲੀ ਵਾਰ ਨਹੀਂ ਲੱਗ ਰਿਹਾ ਕਿ ਉਹਨਾਂ ਨੇ ਪਾਰਟੀ ਦੇ ਖਿਲਾਫ ਜਾ ਕੇ ਸਭ ਆਪਣੀ ਹੋਮੇ ਨੂੰ ਪੱਠੇ ਪਾਇਆ ਬਲਕਿ ਜਿਸ ਤਰ੍ਹਾਂ ਕਿ ਪਰਮਿੰਦਰ ਜੀ ਨੇ ਕਿਹਾ ਸੀ ਕਿ ਅਸੀਂ ਪਰਸਨਲ ਲਾਈਫ ਮੈਂ ਵਾਕਿਆ ਕਿਸੇ ਦੀ ਪਰਸਨਲ ਲਾਈਫ 'ਤੇ ਅਟੈਕ ਨਹੀਂ ਕਰਨਾ ਅਗਰ ਮੈਂ ਅਟੈਕ ਕਰਨਾ ਹੁੰਦਾ ਤਾਂ ਭਗਵੰਤ ਮਾਨ ਉਹਨਾਂ ਦੀ ਜੋ ਫੈਮਿਲੀ ਮੈਟਰ ਚੱਲ ਰਿਹਾ ਮੈਂ ਉਸ ਦੇ ਉੱਪਰ ਅਟੈਕ ਕਰਦਾ ਅਗਰ ਮੈਂ ਅਟੈਕ ਕਰਨਾ ਹੁੰਦਾ ਉਹਨਾਂ ਦੇ ਬੱਚੇ 'ਤੇ ਅਟੈਕ ਕਰਦਾ ਕਿ ਮੈਂ ਉਹ ਚੀਜ਼ ਪਰ ਜਿਹੜੇ ਬੰਦਾ ਪਬਲਿਕਲੀ ਕਹਿ ਰਿਹਾ ਜੀ ਕਿ ਪੰਜਾਬ ਨੂੰ ਅਸੀਂ ਨਸ਼ਿਆਂ ਤੋਂ ਬਚਾਵਾਂਗੇ ਮੈਨੂੰ ਕਹਿੰਦਾ ਇੱਕ ਟੇਪ ਦੇ ਵਿੱਚ ਯਾਦ ਹੈ ਜੀ ਹਰਪ੍ਰੀਤ ਜੀ ਸ਼ਾਇਦ ਤੁਹਾਨੂੰ ਥੋੜ੍ਹਾ ਹੱਥ ਆਏਗਾ ਕਹਿੰਦੇ ਜੀ ਅਸੀਂ ਨਸ਼ਿਆਂ ਖਿਲਾਫ਼ ਬਹੁਤ ਉੱਚੀ ਬੋਲਦੇ ਆ ਤਾਂ ਹੀ ਉਹ ਪਊਆ ਪੀ ਕੇ ਸਟੇਜ 'ਤੇ ਚੜ੍ਹਦੇ ਆ ਹੁਣ ਮੈਨੂੰ ਵਾਕਈ ਗੱਲ ਸਹੀ ਲੱਗਦੀ ਆ ਕਿ ਨਸ਼ੇ ਖਿਲਾਫ਼ ਜਿਹੜੇ ਬੋਲਦੇ ਆ ਪਊਆ ਪੀ ਕੇ ਜਾਂ ਫਿਰ ਥੋੜ੍ਹਾ ਬਹੁਤ ਨਸ਼ਾ ਕਰਕੇ ਸਟੇਜ ਦੇ ਉੱਪਰ ਜਾਂਦੇ ਹੋਣਗੇ ਕੋਈ ਇੱਦਾਂ ਦੀ ਗੱਲ ਵੀ ਹੈ ਨਹੀਂ ਗੀ ਕਿ ਅਗਰ ਭਗਵੰਤ ਮਾਨ ਹੋਣੀ ਐਡੇ ਵੀ ਦੁੱਧ ਧੋਤੇ ਨਹੀਂ ਹੈਗੀ ਕਿ ਉਹ ਇੱਕਦਮ ਵੰਡਣ ਪਰ ਹਾਂ ਜਿਹੜਾ ਇਸ ਵਕਤ 2017 ਕਿਉਂਕਿ ਸਾਰਿਆਂ ਨੂੰ ਪਤਾ ਕਿ ਪੰਜਾਬ ਦੇ ਲੋਕ ਬਦਲ ਚਾਹੁੰਦੇ ਹੈਗੇ ਆ ਹਰ ਬੰਦਾ ਜਿਹੜਾ ਆ ਉਹ ਆਪਣੇ ਆਪ ਨੂੰ MLA ਔਰ ਆਪਣੇ ਆਪ ਨੂੰ ਉਹ CM ਮੰਨ ਰਿਹਾ ਇਸ ਸਟੇਜ ਦੇ ਵਿੱਚ ਹੀ ਭਗਵੰਤ ਮਾਨ ਹੋਣੀ ਨੇ ਕੁਝ ਕੁ ਲੀਡਰਾਂ ਦੇ ਨਾਲ ਲੈ ਕੇ ਕਿਹਾ ਜੀ ਕਿ ਉਹ ਤੇ ਆਪਣੇ ਆਪ ਨੂੰ MLA ਘੋਸ਼ਿਤ ਕਰ ਚੁੱਕੇ ਨੇ ਬੜੇ ਸਮਝਦੇ ਪਏ ਹੈਗੇ ਆ ਇਟ ਮੀਨਸ ਕਿਤੇ ਨਾ ਅਗਰ ਭਗਵੰਤ ਮਾਨ ਹੁਣ MP ਹੈਗੇ ਆ ਉਹਨਾਂ ਨੂੰ ਬਤੌਰ MP ਕੰਮ ਕਰਨਾ ਚਾਹੀਦਾ ਮੈਂਬਰ ਆਫ ਪਾਰਲੀਮੈਂਟ ਉਹ ਲੋਕ ਸਭਾ 'ਚ ਹੈਗੇ ਆ ਉਹਨਾਂ ਨੂੰ ਕੀ ਫਿਕਰ ਪਈ ਆ ਕਿ ਪੰਜਾਬ ਦੇ ਵਿੱਚ ਪਾਰਟੀ ਵਾਲੇ ਕਿਹਨੂੰ ਟਿਕਟ ਦੇ ਰਹੇ ਆ ਹੁਣ ਇੱਥੋਂ ਕਿਤੇ ਨਾ ਕਿਤੇ ਤੁਹਾਨੂੰ ਵੀ ਆਈਡੀ ਲੱਗ ਜਾਣਾ ਚਾਹੀਦਾ ਕਿ ਅਗਰ ਭਗਵੰਤ ਮਾਨ ਨੇ ਇਹ ਗੱਲ ਕੀਤੀ ਹੈਗੀ ਆ ਭਗਵੰਤ ਮਾਨ ਦੇ ਦਿਲ 'ਚ ਕਿਤੇ ਨਾ ਕਿਤੇ ਚੀਜ਼ ਸੁੱਟਦੀ ਆ ਕਿ ਇਹ ਨਾ ਹੋਵੇ ਕਿ ਮੈਂ ਇਕੱਲਾ MP ਬਣ ਚੁੱਕਿਆ ਰਹਿ ਗਿਆ ਤੇ ਪੰਜਾਬ ਦੇ CM ਦੀ ਜਿਹੜੀ ਕੁਰਸੀ ਆ ਉਹ ਕਿਸੇ ਹੋਰ ਨੂੰ ਚੱਲਦਾ ਕੁਰਸ ਚਾਹੇ ਸਿਆਸੀ ਲੀਡਰ ਕੋਈ ਵੀ ਆ ਮੈਂ ਇੱਕ ਨੂੰ ਨਹੀਂ ਕਹਿੰਦਾ ਸਿਆਸੀ ਲੀਡਰ ਕੋਈ ਵੀ ਆ ਹਰ ਇੱਕ ਦੇ ਦਿਲ ਦੇ ਵਿੱਚ ਇੱਕ ਜ਼ਰੂਰ ਇਹ ਹੁੰਦਾ ਆ ਕਿ ਮੈਂ ਕਦੇ ਨਾ ਕਦੇ ਸਟੇਟ ਦਾ CM ਜ਼ਰੂਰ ਬਣਾ ਰਣਜੀਤ ਸਿੰਘ ਜੀ ਤੁਸੀਂ ਕਾਫੀ ਸੰਗੀਨ ਇਲਜ਼ਾਮ ਲਾ ਰਹੇ ਹੋ ਭਗਵੰਤ ਮਾਨ ਜੀ ਤੇ ਤੁਸੀਂ ਇਹ ਕਹਿ ਰਹੇ ਹੋ ਉਹਨਾਂ ਦੇ ਮਨ 'ਚ ਵਿੱਚ ਕਿਤੇ ਨਾ ਕਿਤੇ ਪੰਜਾਬ ਦੀ ਇੱਕ CM ਦੀ ਕੁਰਸੀ ਉਹਨਾਂ ਨੂੰ ਨਜ਼ਰ ਆ ਰਹੀ ਹੈ ਇਹਦੇ ਕਰਕੇ ਸਾਰਾ ਕੁਝ ਹੋ ਰਿਹਾ ਹੈ ਪਰਮਿੰਦਰ ਸਿੰਘ ਜੀ ਤੁਸੀਂ ਇਸ ਗੱਲ ਨਾਲ ਐਗਰੀ ਕਰੋਗੇ ਜਾਂ ਨਹੀਂ ਬਿਲਕੁਲ ਨਹੀਂ ਹਰਪ੍ਰੀਤ ਜੀ ਇਹਦੇ ਵਿੱਚ ਅਗਰ ਉਹ ਕਹਿ ਰਹੇ ਨੇ ਕਿ ਉਹ ਸਿਰਫ ਤੇ ਸਿਰਫ ਪੰਜਾਬ ਦੇ CM ਬਣਨ ਦਾ ਸੁਪਨਾ ਦੇਖ ਕੇ ਹੀ ਪੋਲੀਟਿਕਸ ਦੇ ਵਿੱਚ ਆਇਆ ਤਾਂ ਮੈਂ ਇਸ ਨੂੰ ਸਿਰੇ ਤੋਂ ਨਕਾਰਦਾ ਕਿਉਂਕਿ ਜਿਹੜਾ ਵੀ ਪੋਲੀਟੀਸ਼ੀਅਨ ਖਾਸ ਤੌਰ 'ਤੇ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਜੇ ਅਸੀਂ ਪੋਲੀਟੀਕਲ ਦੇਖਿਆ ਜਾਵੇ ਤਾਂ ਉਹ ਮੇਰੇ ਹਿਸਾਬ ਦੇ ਨਾਲ ਆਮ ਲੋਕਾਂ ਦੇ ਲਈ ਕੰਮ ਕਰਨ ਲਈ ਅੱਗੇ ਆਏ ਆ ਉਹਨਾਂ ਦੇ ਵਿੱਚ ਸ਼ਾਇਦ ਕੁਰਸੀ ਨੂੰ ਲੈ ਕੇ ਜਿਹੜੀ ਦੌੜ ਹੈਗੀ ਆ ਉਹ ਇੰਨੀ ਜ਼ਿਆਦਾ ਨਹੀਂ ਹੈਗੀ ਪਰ ਜਿਹੜੀ ਗੱਲ ਇਹ ਇੱਥੇ ਕਹੀ ਜਾ ਰਹੀ ਆ ਕਿ ਉਹ ਸਿਰਫ ਪੰਜਾਬ ਦੇ ਚੀਫ ਮਿਨਿਸਟਰ ਬਣਨ ਦੀ ਦੌੜ ਦੇ ਵਿੱਚ ਸ਼ਾਮਲ ਹੋਏ ਆ ਇਦਾਂ ਦਾ ਕੁਛ ਵੀ ਨਹੀਂ ਹੈਗਾ ਜੇ ਆਮ ਆਦਮੀ ਪਾਰਟੀ ਦਾ ਜਿਹੜਾ ਕਨਸਟੀਟਿਊਸ਼ਨ ਜਿਹੜਾ ਹੈਗਾ ਪਰਮਿੰਦਰ ਸਿੰਘ ਜੀ ਜੇ ਤੁਸੀਂ ਇਸ ਗੱਲ ਤੋਂ ਐਗਰੀ ਨਹੀਂ ਕਰਦੇ ਤੇ ਜੋ ਰਣਜੀਤ ਸਿੰਘ ਜੀ ਤੁਹਾਨੂੰ ਕੁਐਸਚਨ ਕਰ ਰਹੇ ਆ ਜੇ ਉਹਨਾਂ ਦੇ ਮਨ 'ਚ ਲਾਲਚ ਨਹੀਂ ਹੈਗਾ ਫਿਰ ਇੰਨੀ ਗੱਲਬਾਤ ਕਿਉਂ ਇੰਨੀ ਟੈਨਸ਼ਨ ਕਿਉਂ ਇੰਨੀ ਹਿਲਜੁਲ ਕਿਉਂ ਉੱਥੇ MP ਨੇ ਉਹਨਾਂ ਦੀ ਕੁਰਸੀ ਤੇ ਸਿਕਿਓਰ ਆ ਅਗਲੇ 3-3.5 ਸਾਲ ਹਰਪ੍ਰੀਤ ਜੀ ਕਿਤੇ ਨਾ ਕਿਤੇ ਜਿਹੜੇ ਪਾਰਟੀ ਦੇ ਵਰਕਰ ਹੁੰਦੇ ਆ ਉਹਨਾਂ ਨੂੰ ਇਹ ਜ਼ਰੂਰ ਹੁੰਦਾ ਆ ਇਹ ਜ਼ਰੂਰੀ ਨਹੀਂ ਹੈਗਾ ਕਿ ਆਮ ਆਦਮੀ ਪਾਰਟੀ ਦੇ ਵਿੱਚ ਅਗਰ ਸਾਨੂੰ ਇਹ ਦੇਖਣ ਨੂੰ ਮਿਲਦਾ ਪਿਆ ਕਿ ਹਾਂ ਇਹ ਪੋਲੀਟਿਕਸ ਕਰਦੇ ਪਏ ਆ ਜਾਂ ਇੱਕ ਧੜੇਬੰਦੀ ਥੋੜ੍ਹੀ ਬਹੁਤ ਹੈਗੀ ਆ ਇਹ ਹਰੇਕ ਪਾਰਟੀ ਦੇ ਵਿੱਚ ਹੁੰਦਾ ਆ ਇਹ ਆਮ ਆਦਮੀ ਪਾਰਟੀ ਕੋਈ ਅਲੱਗ ਨਹੀਂ ਆਈ ਹੈਗੀ ਦੁਨੀਆ 'ਤੇ ਪਰ ਇੱਥੇ ਜਿਹੜਾ ਇਸ਼ੂ ਹੈਗਾ ਉਹ ਆਮ ਆਦਮੀ ਪਾਰਟੀ ਨੂੰ ਵੀ ਦੂਜੀਆਂ ਪਾਰਟੀਆਂ ਵਾਂਗੂ ਪੋਲੀਟੀਕਲ ਪਾਰਟੀ ਦੋਵਾਂ ਨੂੰ ਕੰਪੇਅਰ ਕਰਦੇ ਜੋ ਕਿ ਜਾਂ ਤੁਸੀਂ ਆਮ ਆਦਮੀ ਪਾਰਟੀ ਦਾ ਇੱਕ ਮੈਂ ਪੋਲੀਟਿਕਸ ਕਿਹਾ ਕਿ ਅੰਦਰ ਉਹਨਾਂ ਦੇ ਆਪਸੀ ਮਤਭੇਦ ਜਿਹੜੇ ਹੈਗੇ ਆ ਉਸ ਚੀਜ਼ ਨੂੰ ਲੈ ਕੇ ਮੈਂ ਗੱਲ ਕਰ ਰਿਹਾ ਆ ਮੈਂ ਕਿਸੇ ਹੋਰ ਚੀਜ਼ ਨੂੰ ਲੈ ਕੇ ਨਹੀਂ ਗੱਲ ਕਰਦੇ ਆ ਆਪਸੀ ਮਤਭੇਦ ਹਰੇਕ ਜਗ੍ਹਾ ਹੁੰਦੇ ਆ ਆਫਿਸ ਦੇ ਵਿੱਚ ਹੁੰਦੇ ਆ ਸਕੂਲ ਕਾਲਜਸ ਦੇ ਵਿੱਚ ਹੁੰਦੇ ਆ ਸੋ ਅਗਰ ਇਹ ਪੋਲੀਟੀਕਲ ਪਾਰਟੀ ਅਗਰ ਹੈਗੀ ਹੈ ਤਾਂ ਅਗਰ ਇਹਦੇ ਅੰਦਰ ਹੈਗੀ ਹੈ ਤਾਂ ਕੋਈ ਵੱਡੀ ਗੱਲ ਨਹੀਂ ਹੈਗੀ ਹਾਂ ਠੀਕ ਆ ਮੈਂ ਉਹਨਾਂ ਦੇ ਵਿਚਾਰਾਂ ਦੇ ਨਾਲ ਕਿਸੇ ਦੇ ਨਾਲ ਨਹੀਂ ਮੈਂ ਸਹਿਮਤ ਹੁੰਦਾ ਅਤੇ ਇਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਹੈਗੀ ਜਿੱਦਾਂ ਸਟਾਰਟਿੰਗ ਦੇ ਵਿੱਚ ਅਸੀਂ ਸ਼ੋਅ ਦੀ ਗੱਲ ਕੀਤੀ ਸੀਗੀ ਕਿ ਅਗਰ ਉਹ ਆਪਣੇ ਕਿਸੇ ਕੁਲੀਗ ਦੇ ਨਾਲ ਕੋਈ ਵੀ ਗੱਲ ਕਰਦੇ ਪਏ ਆ ਇਹ ਟੋਟਲੀ ਡਿਫਰੈਂਟ ਗੱਲ ਹੈਗੀ ਆ ਹਾਂ ਅਗਰ ਪਾਰਟੀ ਦੀ ਵਿਚਾਰਧਾਰਾ ਦੇ ਹੀ ਅਗੇਂਸਟ ਹੋ ਕੇ ਕੋਈ ਗੱਲ ਕਰਦੇ ਪਏ ਆ ਫਿਰ ਅਸੀਂ ਕਹਿ ਸਕਦੇ ਹਾਂ ਕਿ ਹਾਂਜੀ ਇਹ ਜਿਹੜੀ ਪਾਰਟੀ ਦੇ ਅਗੇਂਸਟ ਇਹ ਆਲਰੇਡੀ ਬੋਲਦੇ ਪਏ ਆ ਅਤੇ ਜੋ ਰੀਅਲ ਦੇ ਵਿੱਚ ਪਰਸਨ ਹੈਗੇ ਆ ਅਗਰ ਉਹ ਪਾਰਟੀ ਦੇ ਅਗੇਂਸਟ ਬੋਲਦੇ ਪਏ ਤਾਂ ਫਿਰ ਉਹ ਪਾਰਟੀ ਦੇ ਨਾਲ ਸਟੈਂਡ ਕਿਉਂ ਕਰਦੇ ਪਏ ਆ ਫਿਰ ਤਾਂ ਸਵਾਲ ਜਿਹੜਾ ਹੈਗਾ ਸਭ ਤੋਂ ਵੱਡਾ ਖੜਾ ਹੁੰਦਾ ਆ ਹਰਨਿਆ ਜੀ ਰਣਜੀਤ ਸੀ ਮੈਂ ਵੀ ਇਸੇ ਗੱਲ ਨੂੰ ਐਗਰੀ ਕਰਦੀ ਹਾਂ ਕਿ ਰਣਜੀਤ ਜੀ ਮੈਨੂੰ ਲੱਗਦਾ ਹੈ ਕਿ ਇਹ ਸਾਰੇ ਜਿਹੜੇ ਲੋਕਾਂ ਨੇ ਇਹ ਜਿਹਨਾਂ ਨੇ ਆਡੀ ਟੇਪ ਕੱਢੀ ਹੈ ਅਤੇ ਉਸ ਤੋਂ ਬਾਅਦ ਜਿਹੜੇ ਲੋਕ ਇਹਦਾ ਮੁੱਦਾ ਬਣਾ ਰਹੇ ਹਨ ਉਹਨਾਂ ਕੋਲ ਐਕਚੁਅਲੀ ਪੰਜਾਬ ਦੇ ਬਾਕੀ ਮੁੱਦੇ ਜਿਹੜੇ ਨੇ ਖਤਮ ਹੋ ਗਏ ਹਨ ਸ਼ਾਇਦ ਉਹਨਾਂ ਨੂੰ ਬਸ ਇੱਕ ਭਗਵੰਤ ਮਾਨ ਦੀ ਟਿੱਪਣੀ ਦਾ ਹੀ ਇੱਕ ਮੁੱਦਾ ਮਿਲਿਆ ਹੈ ਜਿਸ ਨੂੰ ਲੈ ਕੇ ਉਹ ਖਬਰਾਂ ਬਣਾ ਰਹੇ ਹਨ ਅਤੇ ਉਹਦੇ ਉੱਤੇ ਗੱਲਬਾਤ ਕਰ ਰਹੇ ਹਨ ਮੈਨੂੰ ਲੱਗਦਾ ਹੈ ਸਰਾਸਰ ਉਹਨਾਂ ਨੂੰ ਫਰੇਮ ਕਰਨ ਦੀ ਗੱਲ ਹੈ ਹਾਂ ਦੂਜੀ ਗੱਲ ਜਿਹੜੀ ਤੁਸੀਂ ਪੁੱਛੀ ਸੀ ਕਿ CM ਬਣਨ ਦਾ ਸੁਪਨਾ ਜਾਂ CM ਬਣਨ ਦੀ ਇੱਛਾ ਰੱਖਣਾ ਮੈਨੂੰ ਨਹੀਂ ਲੱਗਦਾ ਕਿ ਕੋਈ ਗਲਤ ਹੈ ਅਲਟੀਮੇਟਲੀ ਸਾਰੇ ਬੰਦੇ ਹੀ ਪੋਲੀਟਿਕਸ 'ਚ ਅੱਗੇ ਜਾਣਾ ਚਾਹੁੰਦੇ ਹਨ ਅਤੇ ਜੇ ਉਹ ਰੱਖਦੇ ਵੀ ਹਨ ਉਹ 'ਚ ਵੀ ਕੋਈ ਗਲਤ ਨਹੀਂ ਹੈ ਉਹਨਾਂ ਵੱਲੋਂ ਕੋਈ ਕੀਤੀ ਗਈ
ਮੇਰੇ ਖਿਆਲ ਤੋਂ ਤੁਸੀਂ ਸਾਰੇ ਲੀਡਰਸ ਨੂੰ ਲੈ ਲਓ, ਕਿਸੇ ਨਾ ਕਿਸੇ ਮੁਕਾਮ ਤੇ ਤਾਂ ਜਾਣਾ ਹੀ ਚਾਹੁੰਦੇ ਹੋਣਗੇ। ਸਾਰੇ ਸੀਐਮ ਬਣਨਾ ਚਾਹੁੰਦੇ ਕੀ ਪਤਾ ਹਰਪ੍ਰੀਤ ਜੀ, ਕੀ ਪਤਾ ਜੇ ਤੁਹਾਨੂੰ ਪਲੈਟਫਾਰਮ ਦਿੱਤਾ ਜਾਏ ਤੁਸੀਂ ਨਹੀਂ ਕਹੋਗੇ ਕਿ ਹਾਂਜੀ ਅੱਜ ਤੋਂ ਕੁਝ ਸਾਲ ਬਾਅਦ ਮੈਂ ਵੀ ਆਪਣੇ ਆਪ ਨੂੰ ਉਸ ਮੁਕਾਮ ਤੇ ਵੇਖਾਂ। ਲਾਲਚ ਮੈਂ ਨਹੀਂ ਸਮਝਦਾ, ਕਿਸੇ ਸੀਟ ਤੋਂ ਤੁਸੀਂ ਸ਼ੁਰੂ ਕਰ ਰਹੇ ਹੋ, ਇੱਕ ਲੋਅ ਲੈਵਲ ਤੋਂ ਤੁਸੀਂ ਸ਼ੁਰੂ ਕਰ ਰਹੇ ਹੋ ਤੇ ਅੱਗੇ ਜਾਣਾ, ਤੁਸੀਂ ਕੀ ਲਾਲਚ ਹੈ? ਹਰ ਬੰਦਾ ਆਪਣੀ ਜੌਬ 'ਚ ਚਾਹੁੰਦਾ ਕਿ ਉਹ ਅੱਗੇ ਜਾਵੇ, ਉਹ ਭਾਵੇਂ ਪੀਐਮ ਦੀ ਜੌਬ ਹੋਵੇ ਭਾਵੇਂ ਪੀਐਨ ਦੀ ਜੌਬ ਹੋਵੇ। ਅੱਗੇ ਰੱਖਤਾ ਤੇ ਉਸ ਤੋਂ ਬਾਅਦ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਜੱਜ ਕਰਨਾ ਬਹੁਤ ਗਲਤ ਹੈ। ਮੈਨੂੰ ਇਹ ਲੱਗਦਾ ਹੈ ਕਿ ਜੇ ਇਹਨਾਂ ਕੋਲ ਇੰਨਾ ਟਾਈਮ ਹੈ ਕਿ ਉਹ ਇਸ ਚੀਜ਼ ਨੂੰ ਇੰਨਾ ਵੱਡਾ ਮੁੱਦਾ ਬਣਾ ਸਕਦੇ ਹਨ, ਤੇ ਪੰਜਾਬ 'ਚ ਜਿਹੜੀਆਂ ਬਾਕੀ ਸਮੱਸਿਆਵਾਂ ਨੇ ਉਹਨਾਂ ਨੂੰ ਤਾਂ ਤੁਸੀਂ ਬੋਲੀ ਜਾਓ। ਹਰਪ੍ਰੀਤ ਜੀ, ਜਿਸ ਤਰ੍ਹਾਂ ਕਿ ਗੱਲ ਤੁਸੀਂ ਅਹੰਕਾਰ ਦੀ ਕੀਤੀ, ਮੈਂ ਵੀ ਅਹੰਕਾਰ ਦੀ ਗੱਲ ਕੀਤੀ ਹੈਗੀ ਆ। ਅਗਰ ਮੈਂ ਮੈਂਬਰ ਆਫ ਪਾਰਲੀਮੈਂਟ ਹੈਗਾ ਆ, ਮੈਨੂੰ ਕੀ ਕੇਅਰ ਹੈ ਕਿ ਪਾਰਟੀ ਕਿਹੜੇ ਬੰਦੇ ਨੂੰ MLA ਦੀ ਟਿਕਟ ਦੇ ਰਹੀ ਹੈ? ਇਹਦੇ ਵਿੱਚ ਉਹਨਾਂ ਨੇ ਸਾਫ਼ ਸਾਫ਼ ਜ਼ਿਕਰ ਕੀਤਾ ਕਿ ਸਾਨੂੰ ਖੁੱਡੇ ਲੈਣ ਲਾ ਕੇ ਇਹ ਬੰਦੇ ਆਪਣੇ ਆਪਣੇ ਨੂੰ ਬੰਦਿਆਂ ਨੂੰ MLA ਬਣੇ ਸਮਝਦੇ ਹੈਗੇ ਆ। ਅਗਰ ਉਹ MP ਦੇ ਤੌਰ 'ਤੇ ਸੰਤੁਸ਼ਟ ਨੇ, ਅਗਰ ਉਹ ਲੋਕਾਂ ਦੀ ਵਧੀਆ ਸੇਵਾ ਕਰ ਰਹੇ ਨੇ, ਤਾਂ ਫਿਰ ਪਾਰਟੀ ਚਾਹੇ ਪਰਮਿੰਦਰ ਸਿੰਘ ਦੇ ਹਰਨੇਆ ਹੁੰਦੇ ਆ ਜਾਂ ਹਰਪ੍ਰੀਤ ਦੇ MLA ਟਿਕਟ, ਮੈਨੂੰ ਉਹਦੇ ਨਾਲ ਕੀ? ਅਗਰ ਮੈਂ ਪਾਰਟੀ ਦੇ ਵਫ਼ਾਦਾਰ ਸਿਪਾਹੀ ਹਾਂ, ਮੈਂ ਤਾਂ ਸਗੋਂ ਇਹ ਕਹਾਂ ਕਿ ਤੁਸੀਂ ਜਿਹਨੂੰ ਮਰਜ਼ੀ ਟਿਕਟ ਦਿਓ, ਮੈਂ ਤੁਹਾਡੇ ਨਾਲ ਖੜਾ ਹਾਂ, ਚਾਹੇ ਜਿਹਨੂੰ ਮਰਜ਼ੀ CM ਐਲਾਨੋ। ਇੱਥੇ ਕਿਤੇ ਨਾ ਕਿਤੇ ਭਗਵੰਤ ਮਾਨ ਦੇ ਵਿੱਚੋਂ ਜਿਹੜੀ ਕੁਰਸੀ ਦੀ ਲਾਲਸਾ ਹੈਗੀ ਆ, ਉਹਦੀ ਕਿਤੇ ਨਾ ਕਿਤੇ ਮਹਿਕ ਜਿਹੜੀ ਆ ਆਪਾਂ ਕਹਿੰਦੇ ਖੁਸ਼ਬੋ ਉਹਨਾਂ ਨੂੰ ਆ ਰਹੀ ਆ ਕਿ ਅਗਰ ਮੈਂ ਹੁਣ ਨਹੀਂ ਬੋਲਿਆ ਤਾਂ ਡੈਫੀਨੇਟਲੀ ਮੇਰੀ CM ਦੀ ਜਿਹੜੀ ਕੁਰਸੀ ਜਾਂਦੀ ਲੱਗਣੀ ਆ। ਇਹਨਾਂ ਬੈਠ ਰਿਹਾ ਕਿ ਮੈਂ ਹੁਣੇ ਬੋਲਦਾ, ਹੁਣ ਇਕੱਲਾ ਇਕੱਲਾ ਕਰਕੇ ਪੰਜਾਬ ਕਿੱਥੇ ਜਾ ਰਿਹਾ? 6 ਮਹੀਨੇ ਪਹਿਲਾਂ ਜਦੋਂ ਇਹ ਕਨਵਰਸੇਸ਼ਨ ਬਾਹਰ ਆਈ ਹੈ ਤਦੋਂ CM ਦੇ ਸੁਪਨੇ ਲੈ ਰਹੇ ਸੀਗੇ। ਇਹ ਤੇ ਰਣਜੀਤ ਜੀ ਤੁਸੀਂ ਜ਼ਬਰਦਸਤੀ ਦੀ ਗੱਲ ਜਿਹੜੀ ਹੈ ਨਾਲ ਜੋੜ ਰਹੇ ਹੋ, ਇਸ ਗੱਲ ਦੀ ਕੋਈ ਰਿਕੁਆਇਰਮੈਂਟ ਨਹੀਂ ਸੀ। ਖੈਰ ਹੁਣ ਤੁਸੀਂ ਜੇ ਜੋੜ ਵੀ ਦਿੱਤੀ ਹੈ ਨਾਲ, ਇਸ 'ਚ ਕੁਝ ਗਲਤ ਨਹੀਂ ਹੈਗਾ, ਤੇ ਉਹਦੀ ਮਹਿਕ ਆ ਵੀ ਰਹੀ ਹੈ ਤੇ ਉਹ 'ਚ ਵੀ ਕੋਈ ਗਲਤ ਨਹੀਂ ਹੈਗਾ। ਹਾਲਾਂਕਿ ਇਸ ਕਨਵਰਸੇਸ਼ਨ ਵਿੱਚ ਉਸ ਚੀਜ਼ ਨੂੰ ਜੋੜਨਾ ਬਿਲਕੁਲ ਗਲਤ ਹੈ। ਕਿੱਥੇ ਗਲਤ ਆ ਜੀ? ਉਹਨਾਂ ਨੇ ਕਿਹਾ ਨਹੀਂ ਕਿ MLA ਆਹ ਬੰਦੇ ਬਣਾਉਣ ਜਾ ਰਿਹਾ, ਸਾਨੂੰ ਖੁੱਡੇ ਲੈਣ ਲਾਇਆ। ਉਹਨਾਂ ਨੇ ਗੱਲ ਕਹੀ ਜਾਂ ਨਹੀਂ ਕਹੀ ਕਿ ਸਾਨੂੰ ਪਾਸੇ ਕਰਕੇ ਉਹ ਬੰਦੇ ਆਪਣੇ MLA ਬਣਾ ਰਿਹਾ? MLA ਦੇ ਵਿੱਚੋਂ ਹੀ ਜਿਹੜਾ CM ਬਣਨਾ, ਨਾ ਕਿ MP ਜੋ CM ਬਣਨਾ। ਹਰਨੇਆ ਜੀ, ਟਾਈਮ ਬਹੁਤ ਘੱਟ ਬਚਿਆ ਆਪਣੇ ਕੋਲ, ਅਦਰਵਾਈਜ਼ ਮੈਂ ਤੁਹਾਨੂੰ ਜ਼ਰੂਰ ਬੋਲਣ ਦਾ ਮੌਕਾ ਦਿੰਦਾ। ਅਗਲਾ ਕੁਐਸਚਨ ਹਰਨੇਆ ਜੀ, ਤੁਸੀਂ ਅਤੇ ਪਰਮਿੰਦਰ ਜੀ ਦੋਵਾਂ ਨੇ ਆਖਿਆ ਸੀ ਜਿਹੜੀ ਪਰਸਨਲ ਲਾਈਫ ਹੈ ਉਹ ਅੱਡ ਆ, ਪ੍ਰਾਈਵੇਟ ਲਾਈਫ ਅੱਡ ਆ, ਜਿਹੜੀ ਪਬਲਿਕ ਲਾਈਫ ਹੈ ਉਹ ਅੱਡ ਆ। ਜੇ ਅੱਜ ਆਪਾਂ ਇਹ ਮੰਨ ਲਈਏ ਭਗਵੰਤ ਮਾਨ ਜੀ ਆਪ ਦੇ ਵੱਲੋਂ 2017 ਦੀ ਇਲੈਕਸ਼ਨ ਲੜਦੇ ਆ ਪੰਜਾਬ ਦੀ, ਅਤੇ ਮੈਂ ਜੇ ਉਹ ਅੱਗੇ ਜਾ ਕੇ ਚੀਫ ਮਿਨਿਸਟਰ ਵੀ ਬਣ ਜਾਂਦੇ ਆ, ਜੇ ਫਿਰ ਉਸ ਤੋਂ ਬਾਅਦ ਭਗਵੰਤ ਮਾਨ ਜੀ ਕੋਮੇਡੀ ਕਰਨ ਕੈਨੇਡਾ ਅਮਰੀਕਾ ਆਉਣਗੇ, ਅਤੇ ਜੇ ਕੋਈ ਕਹੂਗਾ ਕਿ ਪੰਜਾਬ ਦਾ CM ਕੋਮੇਡੀ ਕਰਨ ਕੈਨੇਡਾ ਅਮਰੀਕਾ ਆਇਆ ਵਾ, ਉਦੋਂ ਵੀ ਤੁਸੀਂ ਇਹੀ ਕਹੋਗੇ ਕਿ ਪ੍ਰਾਈਵੇਟ ਲਾਈਫ ਆੜਿਆ ਤੇ ਪਬਲਿਕ ਲਾਈਫ ਆੜਿਆ? ਹਰਪ੍ਰੀਤ ਜੀ, ਜੌਬ ਦੇ ਨਾਲ ਪ੍ਰਾਇੋਰਟੀਜ਼ ਚੇਂਜ ਹੁੰਦੀਆਂ, ਤੇ ਆਈ ਐਮ ਸ਼ੋਰ ਤੁਸੀਂ ਇਹ ਮੰਨਦੇ ਹੋ ਕਿ ਪੰਜਾਬ ਦੇ CM ਨੂੰ ਇੱਕ ਹਰਨੇ ਆ ਜੀ, ਤੁਸੀਂ ਇਸ ਗੱਲ ਤੋਂ ਤੁਹਾਨੂੰ ਐਗਰੀ ਹੁੰਦੇ ਜੋ ਕਿ ਜੇ ਪੰਜਾਬ ਦਾ CM ਕੋਮੇਡੀ ਕਰਨ ਕੈਨੇਡਾ ਅਮਰੀਕਾ ਜਾਂ UK ਗਿਆ, ਤੁਹਾਨੂੰ ਉਹ ਚੋਂ ਕੋਈ ਪ੍ਰੋਬਲਮ ਨਹੀਂ? ਦੈਟਸ ਗੁੱਡ। ਹਰਪ੍ਰੀਤ ਜੀ, ਇਨਵੈਲਿਡ ਕੁਐਸਚਨ ਹੈ ਜੀ, ਤੁਸੀਂ ਪੰਜਾਬ ਦੇ CM ਬਣ ਜਾਂਦੇ ਹੋ? ਨੋ, ਤੁਸੀਂ ਪੰਜਾਬ ਦੇ CM ਬਣ ਜਾਂਦੇ, ਤੁਹਾਡੇ ਕੋਲ ਟਾਈਮ ਪਿਆ ਕੋਮੇਡੀ ਕਰਨ ਦਾ? ਪਰ ਤੁਸੀਂ MP ਬਣ ਕੇ ਜਦੋਂ ਕਰ ਸਕਦੇ ਜੋ ਮੈਂਬਰ ਆਫ ਪਾਰਲੀਮੈਂਟ, ਉਦੋਂ ਤੁਹਾਡੇ ਕੋਲ ਮਤਲਬ ਕਿ ਤੁਸੀਂ ਇਹ ਕਹਿ ਰਹੇ ਜੋ ਮੈਂਬਰ ਆਫ ਪਾਰਲੀਮੈਂਟ ਕੋਲ ਟਾਈਮ ਹੈਗਾ ਵਾ, ਉਸੇ ਨਾਲ ਉਹ ਆਪਣੇ ਦੂਜੇ ਪ੍ਰੋਫੈਸ਼ਨ ਨੂੰ ਲੈ ਕੇ ਆਏ ਹਨ। ਲੈਟ ਮੀ ਬੀ ਵੈਰੀ ਕਲੀਅਰ, ਪਰ ਪੰਜਾਬ ਦੀ CM ਦੀ ਪੋਜੀਸ਼ਨ ਤੇ MP ਦੀ ਪੋਜੀਸ਼ਨ 'ਚ ਜ਼ਮੀਨ ਆਸਮਾਨ ਦਾ ਫਰਕ ਹੈ। ਤੇ ਫਿਰ ਜਦੋਂ ਪੰਜਾਬ ਦੇ CM ਬਣਨਗੇ ਉਦੋਂ ਦੂਜਾ ਦੇਖੋ ਜੀ, ਜਿਹੜੀ ਆਪਾਂ ਕੈਨੇਡਾ ਆਏ ਹੈਗੇ ਆ, ਉਹ ਇਹ ਬਣ ਕੇ ਨਹੀਂ ਆਏ ਕਿ ਕਮੇਡੀਅਨ ਭਗਵੰਤ ਮਾਨ ਆ ਰਿਹਾ। ਹਰ ਰੇਡੀਓ ਤੇ, ਹਰ TV ਤੇ, ਹਰ ਨਿਊਜ਼ ਪੇਪਰ ਤੇ ਇਹ ਕਿਹਾ ਕਿ ਸੰਗਰੂਰ ਤੋਂ
आम आदमी के संसद भगवंत मान जी भी आ रहे हैं उसके विच ये नहीं लिखा गया कि हास रस कॉमेडी कलाकार भगवंत मान आ रहा देयर इज डिफरेंस जो आप कोई बंदा इतने एज ए मैंबर कलाकार कलाकार बन के आया मैं कोई मैंबर पार्लीमेंट नहीं अगर कोई मैं इतने मैंबर पार्लीमेंट कहता गलत गल है मैं इतने नहीं बन के आया पर उन्होंने तो किसी भी क्लैरिफाई नहीं किया कि मैं मैंबर पार्लीमेंट तौर पर जब मैं कलाकार तौर पर रणजीत जी बहुत वैलिड पॉइंट हैगा तुहाडा उन्होंने अगर वो इत्थे आए हैगे आ वो एज अ उन्होंने प्रचार जिहड़ा हैगा वो किया गया जिहड़ा उन्हां दा नाम हैगा आ वो ऑलरेडी इस चीज़ नूं लैके बहुत वड्डा बनिया होया सी कि हाँ जी वो आम आदमी पार्टी दे संगरूर तो MP हैगे आ सो अगर उस चीज़ नूं जिहड़े उन्हां दे प्रमोटर हैगे आ जां स्पोंसरर्स हैगे आ जां जिन्हां दे कोल वो आए आ अगर वो यूटिलाइज करदे आ इह उन्हां दी प्रॉब्लम हैगी आ इह भगवंत मान जी दी प्रॉब्लम नहीं आ भगवंत मान जी नूं हाँ इन्ना जरूर परमिंदर सिंह जी भगवंत मान जी दी प्रॉब्लम नहीं आ हरप्रीत जी जिनी देर तक भगवंत मान जी उस दे उते क्लैरिफिकेशन दे देंदे कि हाँ जी मैं इत्थे अपने प्राइवेट ट्रिप नहीं पर तुसीं कह रहे हो कि इट्स इहनां दी प्रमोटर्स दी प्रॉब्लम आ बट एज ए MP तुहानूं लगदा कि तुहाडी कोई रिस्पोंसिबिलिटी नहीं होनी चाहीदी बिल्कुल होनी चाहिए मैं उही गल तुहाडे नाल हरप्रीत जी क्लीयर की है कि एज लोंग एज भगवंत मान जी उस चीज़ में लैके क्लैरीफाई कर देंगे कि हाँ जी मैं एज इतने अपने प्राइवेट ट्रिप के उत्ते आया हुआ मैं इस चैनल के नाल आया हुआ सो उन्होंने वो गल जी क्लीयर कर दी है उस तो पहला मैं एक चीज़ होर कहनी चाहना तुम जी गल कर रहे हो कि जो मुख्यमंत्री बन जाएंगे कि फिर भी वो ये काम जो जारी रखेंगे हरप्रीत जी मेरे हिसाब से प्रायोरिटीज़ जी जॉब के अकॉर्डिंगली चेंज होंगे और पहले MP नहीं है या पहले मैंबर मैंबर पार्लीमेंट नहीं है जिन्होंने ये अपने जो प्रोफेशन है वो रिलेटेड कोई काम किया हो बहुत सारे एग्जाम्पल साढ़े को ऑलरेडी है फिल्म इंडस्ट्री तो जिन्हें भी साढ़े मैंबर पार्लीमेंट बने हुए या राज्यसभा के मैंबर है वो समय अपना जो टाइम हैगा वो बिल्कुल अपने मूवीज भी करते अपने होर जे शोज है वह भी करते हैं सो इतने असी भगवंत मान जी के उत्ते असी कही कि हाँ जी यही एक कल करते पे इदा नहीं है सो होर भी जोड़े साडे नेता ज मैंबर पार्लीमेंट है ऑलरेडी करते पे आ भगवंत मान इत एज ए मैंबर ऑफ पार्लीमेंट आ रहे हैं जगह जाकर उन्होंने कहा कि मेरा प्राइवेट दौरा बहुत सारे लीडर इतने आते हैं सानू पता भी नहीं लगता बहुत सारे आर्टिस्ट आते हैं सानू पता भी नहीं लगता आते हैं आगे मुड़ जाते हैं क्यों क्योंकि बहुत सारे लीडर धी पुत है आते हैं उन्होंने मिले परिवारक फंक्शन अटेंड किया वापस चले गए किसी को पता नहीं लगा अगर कोई क्वेश्चन पूछा गया उन्होंने वालों सीधा होंगे जी मैं इतने अपने परिवार को मिलने आया सी मैं कोई पोलीटिकल फेरी से नहीं सी आया अगर प्रचार ही यही कहता कि जो मैंबर पार्लीमेंट भगवंत मान जी आ रहे हैं तो फिर उन्होंने यह कहने का कोई हक नहीं कि मैं अपनी प्राइवेट फेरी से आया जो पहला क्लीयर कर कि फेरी प्राइवेट आ तो जहाँ एज ए मैंबर पार्लीमेंट फेरी आ उस तरह इस चीज़ में अगर मीडिया से प्रचारा जाए तो सानू किसी कोई ऑब्जेक्शन नहीं भगवंत मान दी जिहड़ा भगवंत मान ने अज तो 4-5 साल पहला आप जो वापस चलीए एक इदां दा नेता पंजाबियों नूं विखाया सी जिहड़ा कि करप्शन के खिलाफ बोलता सी जिहड़ा कि सिस्टम के खिलाफ बोलता सी असी उम्मीद करते हैं कि भगवंत मान जी अजे भी उदां दे ही होणगे ते जिहड़ियां गल्लां बाहर आ रही ने किते ना किते ये गल्लां झूठियां होणगियां उम्मीद करते हैं कि भगवंत मान जी जे किते डिजर्व करते हैं जे किते ओह ऑनेस्ट तरीके नाल चलते हैं तो अगे जाके पंजाब दे CM भी बनन ते पंजाब नूं तरक्कियां दवाउन इत्थे सानूं चारों नूं दो इजाजत धन्यवाद